ਗ੍ਰਿਫਤਾਰੀ ਉਸ ਲੈਵਲ ਦਾ ਜਿਹੜਾ ਸਿਸਟਮ ਸੀ ਮੈਨੂੰ ਦੇਖਣ ਨੂੰ ਮਿਲਿਆ ਫਰਸਟ ਟਾਈਮ। ਹਾਂਜੀ, ਲੇਕਿਨ ਆਬਵੀਅਸਲੀ ਇੱਕ ਹਿਊਮਨ ਨੇਚਰ ਦੇ ਅਨਸਾਰ ਕਈ ਮਨ 'ਚ ਉਤਰਾਅ ਚੜ੍ਹਾਅ ਆਉਂਦੇ ਆ, ਕਦੀ ਚੜ੍ਹਦੀ ਕਲਾ 'ਚ ਵੀ ਹੁੰਦਾ ਮਨ, ਕਦੀ ਤੁਹਾਡਾ ਬਿਲਕੁਲ ਢਿੰਡੀ ਕਲਾ ਚੱਲ ਜਾਂਦਾ ਹੈ ਨਾ। ਸੋ ਉਹ ਫਿਰ ਦਾਸ ਨੂੰ ਉਹਨਾਂ ਜਦੋਂ ਰੌਲਾ ਇੱਥੇ ਪੈ ਗਿਆ ਜ਼ਿਆਦਾ, ਉਹਨਾਂ ਨੇ ਮੇਰੇ 'ਤੇ ਇੱਕ ਮਨ ਘੜਤ ਕਹਾਣੀ ਘੜ ਕੇ ਝੂਠੀ ਅਤੇ ਮੈਨੂੰ ਉਹਨਾਂ ਨੇ ਜੇਲ੍ਹ 'ਚ ਸੁੱਟ ਦਿੱਤਾ, ਜਿੱਥੇ ਮੈਨੂੰ ਤਕਰੀਬਨ ਕਾਫੀ ਸਮਾਂ ਲੱਗਾ। ਮੈਨੂੰ ਵਾਪਸ ਆਉਣ 5.5 ਸਾਲ ਲੱਗੇ ਇੰਗਲੈਂਡ ਆਪਣੇ ਪਰਿਵਾਰ ਕੋਲ। ਉਸ ਪਰਿਵਾਰ ਤੇ ਵੀ ਕਾਫੀ ਅਸਰ ਪਿਆ ਹੋਣਾ ਬੱਚਿਆਂ ਤੇ, ਜਿਹੜਾ ਫਾਦਰ ਦਾ ਰੋਲ ਨਹੀਂ ਸੀ ਉੱਥੇ ਘਰ ਵਿੱਚ, ਫਾਦਰ ਸੀਗਾ ਪ੍ਰਿਜ਼ਨ ਵਿੱਚ, ਸੋ ਬੱਚਿਆਂ ਤੇ ਕਾਫੀ ਅਸਰ ਪਿਆ ਹੋਣਾ ਇਹਦੇ ਬਾਰੇ। ਦੇਖੋ ਜੀ, ਇੱਕ ਤਾਂ ਮੇਰਾ ਆਪਣਾ ਤਜਰਬਾ, ਹਾਂਜੀ, ਨਿੱਜੀ ਤਜਰਬਾ ਵੀ ਮੇਰੇ ਪਰਿਵਾਰ ਨੂੰ ਕਿਸ ਹਾਲਾਤਾਂ ਚੋਂ ਲੰਘਣਾ ਪਿਆ, ਉਹਦੇ ਵਿੱਚ ਸਿੰਘਣੀ ਆ, ਉਹਦੇ ਵਿੱਚ ਬੱਚੇ ਆ, ਹਾਂਜੀ, ਉਹਦੇ ਵਿੱਚ ਹੋਰ ਵੀ ਮੇਰੇ ਮਾਂ ਪਿਓ ਨੇ, ਭੈਣ ਭਰਾ ਨੇ, ਲੇਕਿਨ ਉਹਨਾਂ ਦਾ ਸੰਘਰਸ਼ ਮੇਰੇ ਤੋਂ ਵੀ ਵੱਡਾ ਸੀ, ਕਿਉਂਕਿ ਮੈਂ ਫੜ ਹੋਣ ਤੋਂ ਬਾਅਦ, ਟੋਚਰ ਹੋਣ ਤੋਂ ਬਾਅਦ ਇੱਕ ਜੇਲ੍ਹ ਦੇ ਸਿਸਟਮ 'ਚ ਆ ਗਿਆ, ਲੇਕਿਨ ਉਹਨਾਂ ਦਾ ਸੰਘਰਸ਼ ਹਰ ਰੋਜ਼ ਦਾ ਸੀਗਾ, ਮਨ ਤੇ ਕਾਫੀ ਅਸਰ, ਬੋਝ ਪੈ ਜਾਂਦਾ ਉਹਨਾਂ ਦਾ ਹਰ ਤਰ੍ਹਾਂ ਦਾ, ਮਨ ਤੇ ਕੀ ਫਿਜ਼ੀਕਲੀ ਮੈਂਟਲੀ ਦੋਨੋਂ ਵੀ, ਉਹਨਾਂ ਨੂੰ ਇਕਨੋਮਿਕਲੀ ਵੀ, ਸਾਰੇ ਜੇ ਸਿਸਟਮ ਨੂੰ ਦੇਖੀਏ ਤੇ ਉਹਨਾਂ ਨੂੰ ਸਫ਼ਰ ਕਰਨਾ ਪੈਂਦਾ ਸੀ, ਜਦੋਂ ਜੈਦ ਕਰਨੀ ਪਈ, ਮੇਰੇ ਲਈ ਵੀ ਜਦੋਂ ਜੈਦ ਕਰਨੀ ਪੈਂਦੀ ਸੀਗੀ ਕਿ ਮੈਨੂੰ ਛਡਾਉਣ ਦੀਆਂ ਕੋਸ਼ਿਸ਼ਾਂ ਸੀਗੀਆਂ, ਕਦੀ ਕਿਸੇ ਵਕੀਲ ਨੂੰ ਮਿਲੋ, ਕਿਸੇ ਮਿਨਿਸਟਰ ਨੂੰ ਮਿਲੋ, ਕਿਸੇ ਲੋਬੀ ਕਰੋ, ਕੁਛ ਕੁਛ ਕਰੋ, ਉਹ ਬੜਾ ਇੱਕ ਤਕੜਾ ਸੰਘਰਸ਼ ਪਰਿਵਾਰ ਦਾ ਹੁੰਦਾ, ਪਰਿਵਾਰ ਦੀ ਬਹੁਤ ਵੱਡੀ ਦੇਣ ਹੁੰਦੀ ਆ ਉਹਦੇ ਵਿੱਚ, ਹਾਂਜੀ, ਬਿਲਕੁਲ। ਸੋ ਉਹਦੇ ਵਿੱਚ ਜਿਗਰਾ ਕਰਨਾ ਪੈਂਦਾ। ਪ੍ਰਵੀਰ ਸਿੰਘ ਜੀ, ਮੈਨੂੰ ਇੱਕ ਹੈਰਾਨਗੀ ਦੀ ਗੱਲ ਆ ਵੀ ਤੁਸੀਂ ਆਪ ਖੁਦ ਟੋਰਚਰ ਤੁਹਾਨੂੰ ਹੋਇਆ, ਔਰ ਜਿਹੜੇ ਆਪਾਂ ਖਾੜਕੂ ਸਿੰਘਾਂ ਦੀ ਗੱਲ ਕਰਦੇ ਹਾਂ, ਜਿਹੜੇ ਸ਼ਹੀਦ ਹੋ ਗਏ ਉਹ ਤਾਂ ਗਏ, ਪਰ ਬਹੁਤੇ ਹਜੇ ਵੀ ਹੈ ਕਿ ਭਾਈ ਜਗਤਾਰ ਸਿੰਘ ਹਵਾਰੇ ਵਰਗੇ ਹੋਰ ਵੀ, ਜਿਨ੍ਹਾਂ ਦੇ ਨਾਲ ਤੁਹਾਡੇ ਜਾਂ ਭੁੱਲਰ ਸਾਹਿਬ ਦੀ ਵੀ ਗੱਲ ਕਰ ਸਕਦੇ ਹਾਂ, ਪਰ ਤੁਸੀਂ ਜਦੋਂ ਬਾਹਰ ਆਏ ਆ, ਐਡੀ ਵੱਡੀ ਹਕੂਮਤ ਜਿਹੜੀ ਕਿਸੇ ਨੂੰ ਬਖਸ਼ਦੀ ਨਹੀਂ ਹੈਗੀ, ਤੁਹਾਨੂੰ ਕਿੱਥੋਂ ਐਕਸਪੈਕਟ ਹੋਇਆ ਵੀ ਮੈਂ ਇਹਨਾਂ ਦਾ ਇਹਨਾਂ ਮੈਨੂੰ ਸਵੀਕਾਰ ਇਹਨਾਂ ਦਾ ਚੈਲੰਜ, ਔਰ ਤੁਸੀਂ ਕਾਫੀ ਹੱਦ ਤੱਕ ਪ੍ਰਾਪਤੀਆਂ ਵੀ ਬਹੁਤ ਕੀਤੀਆਂ, ਇਹ ਵੀ ਇੱਕ ਬਹੁਤ ਵੱਡੀ ਇੱਕ ਡੇਵਿਡ ਐਂਡ ਗੋਲੀਅਥ ਵਾਲੀ ਜਿਹੜੀ ਕਹਾਣੀ ਆਪਾਂ ਪੜ੍ਹਦੇ ਨਾ, ਇਹ ਤੁਹਾਨੂੰ ਕਿਸ ਤਰ੍ਹਾਂ ਸਪਿਰਿਟ ਮਿਲਿਆ? ਦੇਖੋ, ਸਪਿਰਿਟ ਸਾਰੀ ਸਾਨੂੰ ਆਪਣੇ ਗੁਰੂ ਸਾਹਿਬ ਤੋਂ ਮਿਲਦੀ ਹੈ, ਆਪਣੇ ਗੁਰਬਾਣੀ ਤੋਂ ਮਿਲਦੀ ਆ, ਗੁਰੂ ਸਾਹਿਬ ਦੇ ਜੋ ਸਾਨੂੰ ਸੰਦੇਸ਼ ਨੇ, ਆਦੇਸ਼ ਨੇ, ਸਾਡਾ ਜੋ ਇਤਿਹਾਸ ਆ, ਉਹ ਸਭ ਤੋਂ ਤੁਹਾਨੂੰ ਇੱਕ ਚੀਜ਼ ਮਿਲਦੀ ਆ, ਜਿਹੜੀ ਤੁਹਾਨੂੰ ਜਿਹਨੂੰ ਆਪਾਂ ਸਿੱਖੀ ਸਿਦਕ ਕਹਿ ਦਿੰਦੇ ਹਾਂ, ਸਾਡੇ ਕੋਲ ਉਸ ਵੇਲੇ ਜੇਲ੍ਹ ਦੇ ਵਿੱਚ ਕੁਛ ਹੋਰ ਨਹੀਂ ਹੁੰਦਾ, ਸਿੱਖੀ ਇੱਕ ਆਸਰਾ ਹੁੰਦਾ ਗੁਰੂ ਸਾਹਿਬ ਦਾ, ਉੱਥੋਂ ਤੁਸੀਂ ਗਾਈਡੈਂਸ ਲੈ ਕੇ ਆਪਣੀ ਜ਼ਿੰਦਗੀ ਤੋਰਦੇ ਹਾਂ, ਤਾਂ ਉਹੀ ਗਾਂ ਤੁਹਾਨੂੰ ਤੋਰਦੀ ਆ ਅੱਗੇ ਵੀ, ਹਾਂਜੀ, ਉਹ ਸਾਡਾ ਧੁਰਾ ਆ, ਸਾਡਾ ਜੀਵਨ ਆ, ਅਤੇ ਮੈਂ ਇਹ ਕਹੂੰਗਾ ਵੀ ਜਿਹੜੀ ਪ੍ਰਾਪਤੀ ਅੱਜ ਅਸੀਂ ਦੇਖ ਰਹੇ ਹਾਂ ਸਿੱਖੀ ਦੇ ਵਿੱਚ, ਉਹ ਮੇਰੀ ਇਕੱਲੇ ਦੀ ਨਹੀਂ ਹੈਗੀ, ਇੱਕ ਸਤਿਗੁਰ ਦੀ ਕਿਰਪਾ ਆ, ਮੈਂ ਸਭ ਤੋਂ ਪਹਿਲਾਂ ਤਾਂ ਉਹ ਕਹੂੰਗਾ। ਵੀਰ ਜੀ, ਇੱਕ ਗੱਲ ਇਹ ਆ ਵੀ ਤੁਸੀਂ ਇੱਕ ਕਦਮ ਚੁੱਕਿਆ, ਸਭ ਤੋਂ ਜਿਹੜਾ ਵੱਡਾ ਕਦਮ ਤੁਸੀਂ ਚੁੱਕਿਆ, ਅੱਗੇ ਤੁਹਾਡੀ ਟੀਮ ਆ ਬਣਦੀ, ਲੀਡਰਸ਼ਿਪ ਤਾਂ ਤੁਸੀਂ ਅੱਗੇ ਲੈ ਕੇ ਗਏ। ਦੇਖੋ, ਉਹਦੇ ਵਿੱਚ ਕੁਛ ਗੱਲਾਂ, ਉਹ ਜਿਗਰਾ ਚਾਹੀਦਾ, ਹਾਂਜੀ ਹਾਂਜੀ, ਉਸ ਵਿੱਚ ਇਹ ਹੁੰਦੇ ਆ ਵੀ ਜਿਹੜਾ ਮੈਨੂੰ ਜਿਹੜੀ ਮੈਨੂੰ ਸਤਿਗੁਰ ਨੇ ਸੋਝੀ ਦਿੱਤੀ ਆ, ਸਮਝ ਦਿੱਤੀ ਆ, ਜਦੋਂ ਤੁਹਾਡੀ ਭਾਵਨਾ ਸਹੀ ਹੋਵੇ, ਤੁਹਾਡੇ ਖਿਆਲ ਸਹੀ ਹੋਣ, ਤੁਹਾਡਾ ਗੋਲ ਵੀ ਸਹੀ ਹੋਵੇ, ਤੇ ਉੱਥੇ ਸਤਿਗੁਰੂ ਆਪ ਵਰਤ ਜਾਂਦਾ, ਹਾਂਜੀ, ਗੁਰੂ ਸੰਗਤ ਵੀ ਉੱਥੇ ਸਹਾਇਤਾ ਹੋ ਜਾਂਦੀ ਆ, ਤੁਹਾਨੂੰ ਉਹ ਜੀ ਇਦਾਂ ਦੀ ਟੀਮ ਵੀ ਮਿਲ ਜਾਂਦੀ ਆ, ਉਹ ਗੁਰੂ ਸਾਹਿਬ ਦੀ ਖੇਡ ਬਣ ਜਾਂਦੀ ਆ, ਕਿਉਂਕਿ ਗੁਰੂ ਨੇ ਉਹ ਚੀਜ਼ ਨੂੰ ਅੱਗੇ ਲਿਆਉਣਾ ਹੁੰਦਾ, ਆਪਣੀ ਸੋਚ ਨੂੰ, ਆਪਣੀ ਵਿਚਾਰਧਾਰਾ ਨੂੰ, ਹਾਂਜੀ, ਉਹ ਕਿਸੇ ਨਾ ਕਿਸੇ ਰੂਪ ਨੂੰ ਫਿਰ ਉਹ ਸ਼ੇਪ ਦਿੰਦੀ ਆ। ਮੇਰੀ ਸੋਚ ਇਹ ਆ, ਇਹ ਗੁਰੂ ਦੀ ਖੇਡ ਕਰਕੇ ਇਹ ਸਾਰੀ ਟੀਮ ਨੇ, ਇਹ ਸਾਰੀ ਨੇ ਬੜੀ ਮਿਹਨਤ ਕੀਤੀ ਆ, ਅਤੇ ਮਿਹਨਤ ਕਰਦਾ ਸਦਕਾ ਜਿਹੜਾ ਹੈਗਾ ਅੱਜ ਕੌਮ ਦੇ ਵਿੱਚ ਬਹੁਤ ਵੱਡੇ ਜਿਹੜਾ ਹਿੱਸਾ ਆ, ਉਹ ਜੇਲ੍ਹਾਂ 'ਚੋਂ ਕੱਢ ਕੇ ਉਹਨਾਂ ਨੂੰ ਪਰਿਵਾਰਾਂ ਤੋਂ ਬਚਾਇਆ। ਪ੍ਰਵੀਰ ਸਿੰਘ, ਮੈਂ ਇਹੀ ਗੱਲ ਢੇਸੀ ਸਾਹਿਬ ਤੁਹਾਡੇ ਕੋਲ ਇਸੀ ਗੱਲ ਤੋਂ ਤੁਹਾਡੇ ਕੋਲ ਆਊਂਗਾ, ਮਿਹਨਤ ਕਰਨ ਦੀ ਲੋੜ ਆ ਜੀ, ਅਕਲ ਦੀ ਵੀ ਲੋੜ ਆ। 84 ਤੋਂ ਬਾਅਦ ਅਸੀਂ ਸਾਰੇ ਹੀ ਪਹਿਲਾਂ ਤੋਂ ਵੀ ਅਤੇ ਬਾਅਦ 'ਚ ਵੀ ਆਪਾਂ ਦੇਖਿਆ ਬਹੁਤ ਕੁਛ, ਬੜੇ ਪੈਸੇ ਇਕੱਠੇ ਹੋਏ ਸ਼ਹੀਦਾਂ ਵਾਸਤੇ, ਪਰ ਮੈਂ ਕਹਿੰਦਾ ਜਦੋਂ ਤੱਕ SOPW ਨੇ ਕੰਮ ਚੁੱਕਿਆ ਸੀ, ਸ਼ਾਇਦ ਪਹਿਲਾਂ ਉਸ ਲੈਵਲ 'ਤੇ ਉਸ ਜਿਗਰੇ ਦੇ ਨਾਲ, ਉਸ ਹਲੇਮੀ ਦੇ ਨਾਲ ਵੀ, ਨਾਲੇ ਉੱਥੇ ਲੀਗਲੀ ਪ੍ਰੋਸੈਸ ਪਹਿਲਾਂ ਨਹੀਂ ਸੀ, ਪੈਸੇ ਤਾਂ ਲੋਕ ਦਿੰਦੇ ਸੀ ਜਦੋਂ ਗੁਰ ਅਕਲੀ ਕੀ ਜਿੱਦਾਂ ਦੀ ਗੱਲ ਕੀਤੀ ਆ। ਕੀ ਆ ਵੀ SOPW ਨੇ ਕੀ ਕੁਛ ਕੀਤਾ ਜਿਹੜਾ ਕਿ, ਜਾਂ ਸਿੱਖ ਰਿਲੀਫ ਜਿਹੜਾ ਕਿ ਪਹਿਲਾਂ ਆਪਾਂ ਨਹੀਂ ਕਰ ਸਕ, ਕਿਹੜੀ ਘਾਟ ਇਹਨਾਂ ਨੇ ਜਾਣੀ ਕਿ ਪੂਰੀ ਕੀਤੀ? ਪਹਿਲਾਂ ਤਾਂ ਨਾ ਮੈਂ ਭਾਈ ਬਲਵੀਰ ਸਿੰਘ ਦਾ ਧੰਨਵਾਦ ਕਰਦਾ ਵੀ ਜਦੋਂ ਇਹਨਾਂ ਦੀ ਚੈਰਿਟੀ ਦੇ ਨਾਲ, ਇੰਨੀ ਜ਼ਿਆਦਾ ਨੇੜਤਾ ਨਹੀਂ ਸੀ ਜ਼ਿਆਦਾ, ਪਰ ਜਦੋਂ ਵੀ ਅਸੀਂ ਇਹਨਾਂ ਕੋਲ ਗਏ ਹਾਂ ਕਿਸੇ ਵੀ ਚੈਰੀਟੇਬਲ ਕੰਮ ਵਾਸਤੇ, ਇਹਨਾਂ ਨੇ ਨਾ ਕੀਤੀ, ਭੈਣ ਜੀ ਨੇ ਨਾ ਕੀਤੀ, ਸਾਡੇ ਨਾਲ ਤੁਰੇ ਹਮੇਸ਼ਾ, ਇਹ ਨਹੀਂ ਦੇਖਿਆ ਵੀ ਉਹ ਫਲਾਨੀ ਚੈਰਿਟੀ ਹੈ ਜਿੱਦਾਂ ਆਪਾਂ ਕਰਦੇ ਹੁੰਦੇ ਹਾਂ ਵੀ ਨਹੀਂ ਮੇਰਾ ਹੀ ਹੋਵੇ, ਇੱਦਾਂ ਨਹੀਂ, ਇਹ ਨਾਲ ਤੁਰੇ ਹਮੇਸ਼ਾ, ਭੈਣ ਜੀ ਸਾਡੇ ਨਾਲ ਗਏ ਹਮੇਸ਼ਾ। ਦੂਜੀ ਗੱਲ ਜਿਹੜੀ ਕਹੀ ਆ ਸਿਸਟਮ ਤੁਸੀਂ, ਵੀ ਉੱਥੇ ਸਿਸਟਮ ਕੀ ਆ, ਸ਼ਾਇਦ ਤੁਹਾਨੂੰ ਨਾ ਪਤਾ ਹੋਵੇ, ਜਿਹੜੇ ਪਾਲ ਸਿੰਘ ਬਹੁਤ ਸਮਾਂ ਜੇਲ੍ਹ 'ਚ ਰਹੇ ਨਾ, ਉਹ ਅਸੀਂ ਇਕੱਠੇ ਤੁਰੇ ਸੀ, ਠੀਕ, ਇਕੱਠੇ ਤੁਰੇ ਸੀ ਪੰਜਾਬ ਦੇ ਵਿੱਚ, ਮੈਂ ਉਹਨਾਂ ਦੇ ਨਾਲ ਰਿਹਾ,
ਪੈਰਿਸ ਵਾਲੇ ਫਰਾਂਸ ਹਾਂ ਪੈਰਿਸ ਵਾਲੇ ਉਹ ਕਿਸੇ ਵੀ ਟਾਈਮ ਤੇ ਕਿਸੇ ਵੀ ਬੰਦੇ ਨੂੰ ਚੁੱਕ ਸਕਦੀ ਪੁਲਿਸ ਕੋਈ ਵੀ ਐਲੀਗੇਸ਼ਨ ਸਿਸਟਮ ਇੱਦਾਂ ਦਾ ਜੀ ਜੀ ਇਹ ਇਹ ਮੈਂ ਸਿੰਘਾਂ ਨੂੰ ਬੇਨਤੀ ਕਰੂੰਗਾ ਜਿਹੜੇ ਜਾਂਦੇ ਆ ਉੱਥੇ ਬੀ ਕੇਅਰਫੁਲ ਕੋਈ ਵੀ ਤੁਹਾਤੇ ਐਲੀਗੇਸ਼ਨ ਲਾ ਸਕਦੇ ਆ ਡਿਪੈਂਡਸ ਪੇ ਬੰਦਾ ਉਹ ਦੇਖਦੇ ਆ ਵੀ ਕਿਹਨਾਂ ਦੇ ਨਾਲ ਜਾਂਦਾ ਕਿਹਦੇ ਨਾਲ ਆ ਜਦੋਂ ਭਾਈ ਰਾਜਵਾਣੀ ਦਾ ਸੀਗਾ ਨਾ ਕੇਸ ਉਦੋਂ ਪਟਿਆਲੇ ਉਹਨਾਂ ਨੇ ਬੜਾ ਧੱਕਾ ਕੀਤਾ ਉਹ ਮੈਨੂੰ ਕਦੇ ਭੁੱਲਦਾ ਨਹੀਂ ਕਸ਼ਮੀਰ ਸਿੰਘ ਹੁਣੀ ਸੀਗੇ ਆਪਣੇ ਅੰਮ੍ਰਿਤਸਰ ਅਕਾਲੀ ਦਲ ਦੇ ਉਹ ਸਿੰਘ ਖੜ ਗਏ ਕੰਧ ਬਣ ਕੇ ਅਤੇ ਜਿੱਥੇ ਤੁਹਾਨੂੰ ਪਤਾ ਵੀ ਸੰਗਤ ਮਗਰ ਹੋਵੇ ਉੱਥੇ ਬਹੁਤ ਔਖਾ ਹੋ ਜਾਂਦਾ ਪਰ ਸਿਸਟਮ ਐਸਾ ਹੈ ਜਿਹੜਾ ਤੁਹਾਨੂੰ ਬਹੁਤ ਬਹੁਤ ਕੇਅਰਫੁਲ ਹੋਣ ਦੀ ਲੋੜ ਹੈ ਦੂਜੀ ਗੱਲ ਜਿਹੜਾ ਇਹਨਾਂ ਨੇ ਕੰਮ ਸ਼ੁਰੂ ਕੀਤਾ ਰਿਲੀਫ ਸਿੱਖ ਰਿਲੀਫ ਇਹ ਸਭ ਤੋਂ ਸੈਂਸਿਟਿਵ ਕੰਮ ਸੀ ਚੈਰਿਟੀਆਂ ਦੇ ਕੰਮ ਬਹੁਤੇ ਔਖੇ ਨਹੀਂ ਹੈ ਟੂ ਬੀ ਓਨੈਸਟ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਮੀਡੀਆ ਪ੍ਰਚਾਰ ਕਰਦਾ ਤੁਹਾਨੂੰ ਡੋਰ ਟੂ ਡੋਰ ਅਸੀਂ ਡੋਰ ਟੂ ਡੋਰ ਹੀ ਮੰਗਦੇ ਰਹੇ ਹਾਂ ਤਾਂ ਕਲੇਰਾ ਪ੍ਰੋਜੈਕਟ ਸੀਗੀ ਅੱਜ ਵੀ ਹੁਣ ਵੀ ਇੱਕ ਦਿਨ ਆ ਗਏ ਉਹ ਮੈਂ ਉਹਨਾਂ ਨੂੰ £15,000 ਦੋ ਦਿਨਾਂ ਇਕੱਠਾ ਕਰਕੇ ਦਿੱਤਾ ਜੀ ਕਮਿਟੀ ਚੋਂ ਡੋਰ ਟੂ ਡੋਰ ਜਾ ਕੇ ਇੱਦਾਂ ਵੀ ਕਰਨਾ ਪੈਂਦਾ ਉਹ ਕੰਮ ਬਹੁਤ ਔਖਾ ਉਹ ਵੀ ਸ਼ਾਇਦ ਕਰਦੇ ਹੋਣਗੇ ਪਰ ਜਿਹੜਾ ਅੱਜ ਕੰਮ ਹੈਗਾ ਨਾ ਉਸ ਬੰਦੇ ਦੀ ਸੇਵਾ ਕਰਨਾ ਜਿਹੜਾ ਕਾਨੂੰਨ ਦੀ ਨਿਗਾਹ 'ਚ ਆ ਸਿੰਘ ਖਾਸ ਕਰਕੇ ਜਿਹੜਾ ਮਾਇਨੋਰਿਟੀ ਗਰੁੱਪ ਦੇ ਨਾਲ ਅਤੇ ਖਾੜਕੂ ਜਿਹੜੀ ਹੈਗੀ ਕਮਿਊਨਿਟੀ ਉਹਦੇ ਨਾਲ ਹੈਗਾ ਸੰਬੰਧਿਤ ਉਹ ਬਹੁਤ ਔਖਾ ਆਪਣੇ ਆਪ ਵਿੱਚ ਇਟਸ ਨੋਟ ਈਜ਼ੀ ਬਿਲਕੁਲ ਉਹਦੇ ਵਿੱਚ ਤੁਹਾਨੂੰ ਹਰ ਤਰ੍ਹਾਂ ਦਾ ਰਿਸਕ ਆ ਤੁਹਾਡੇ 'ਤੇ ਕੇਸ ਪਾਉਂਦੀ ਆ ਪਾਏ ਵੀ ਆ ਤੁਹਾਡੇ ਫੰਡ ਫਰੀਜ਼ ਕਰਦੀ ਆ ਤੁਹਾਨੂੰ ਧਮਕੀਆਂ ਦਿੰਦੀ ਸਰਕਾਰ ਹਰ ਤਰ੍ਹਾਂ ਦੇ ਨਾਲ ਉਹ ਕੋਸ਼ਿਸ਼ ਕਰਦੀ ਆ ਵੀ ਇਹਨਾਂ ਨੂੰ ਕਿਸੇ ਨਾ ਕਿਸੇ ਅਸੀਂ ਚੱਕਰ ਦੇ ਵਿੱਚ ਪਾ ਲਈਏ ਸੋ ਇਸ ਪੱਖੋਂ ਇਹਨਾਂ ਦਾ ਕੰਮ ਬਹੁਤ ਵੱਡਾ ਹੋਰ ਵੀ ਟੇਸੀ ਸਾਹਿਬ ਤੁਸੀਂ ਬਲਵੀਰ ਸਿੰਘ ਤੁਸੀਂ ਵੀ ਆ ਸਕਦੇ ਆ ਕਿਉਂਕਿ ਪਿਛਲੇ 10 ਸਾਲਾਂ 'ਚ ਜਿਹੜਾ ਸਾਡਾ ਸੋਸ਼ਲ ਮੀਡੀਆ ਜਾਂ ਵੈਸੇ ਵੀ ਮੀਡੀਆ ਸਾਡਾ ਅੱਗੇ ਹੈ ਨਹੀਂ ਸੀਗਾ ਕਿਸੇ ਨੂੰ ਪਤਾ ਨਹੀਂ ਲੱਗਦਾ ਸੀ ਵੀ ਕੀ ਕੁਛ ਹੋ ਰਿਹਾ ਅਤੇ ਇਹਦੇ ਵਿੱਚੋਂ ਇੱਕ ਇਹ ਵੀ ਗੱਲ ਉੱਭਰਦੀ ਆ ਵੀ ਕਈ ਜੇ ਜਿਹਨਾਂ ਦੀ ਮਦਦ ਕੀਤੀ ਵੀ ਹੁੰਦੀ ਆ ਉਹ ਮੀਡੀਆ 'ਤੇ ਕਹਿੰਦੇ ਸਾਨੂੰ ਕੁਛ ਨਹੀਂ ਮਿਲਿਆ ਉਹ ਕਾਰਨ ਹੋ ਸਕਦੇ ਜੋ ਢੇਸੀ ਸਾਹਿਬ ਨੇ ਗੱਲ ਕਹੀ ਜਿਵੇਂ ਮੈਂ ਕਹਿ ਦਿੱਤਾ ਤਾਂ ਫਿਰ ਸਾਡੇ 'ਤੇ ਫਿਰ ਉਹ ਤਸ਼ੱਦਦ ਹੋਰ ਵੀ ਹੋ ਸਕਦਾ ਇਹਦੇ ਨਾਲ ਵੀ ਥੋੜ੍ਹੀ ਜਿਹੀ ਕਨਫਿਊਜ਼ਨ ਵੀ ਹੋ ਜਾਂਦੀ ਆ ਕਿ ਨਹੀਂ ਵੀ ਲੋਕੀ ਕਹਿੰਦੇ ਵੀ ਇੱਕ ਪਾਸੇ ਤਾਂ ਕਹਿੰਦੇ ਜੀ ਅਸੀਂ ਸੇਵ ਕਰਦੇ ਤਾਂ ਦੂਜੇ ਪਾਸੇ ਉਹ ਕਹਿੰਦੇ ਸਾਨੂੰ ਕੁਛ ਉਹ ਇੱਦਾਂ ਸੀ ਵੀ ਜਦੋਂ ਅਸੀਂ ਇਹ ਸ਼ੁਰੂ ਕੀਤਾ ਨਾ ਪ੍ਰੋਜੈਕਟ ਇਹਦੇ ਵਿੱਚ ਅਸੀਂ ਸਭ ਤੋਂ ਵੱਡੀ ਗੱਲ ਇਹ ਦੇਖੀ ਸੀ ਵੀ ਸਿਸਟਮ ਹੈ ਨਹੀਂ ਉਸ ਵੇਲੇ ਵੀ ਜਥੇਬੰਦੀਆਂ ਸੀਗੀਆਂ ਜਿਹੜੀਆਂ ਸ਼ਹੀਦ ਪਰਿਵਾਰਾਂ ਦੀਆਂ ਸੇਵਾ ਕਰਦੀਆਂ ਸੀਗੀਆਂ ਕਾਫੀ ਸੀਗੀਆਂ ਲੇਕਿਨ ਕੋਈ ਇੱਕ ਆਰਗੇਨਾਈਜੇਸ਼ਨ ਲੀਗਲੀ ਸੈਟਅਪ ਨਹੀਂ ਸੀਗੀ ਇੱਕ ਸਿਸਟਮ ਸੈਟਅਪ ਨਹੀਂ ਸੀਗਾ ਜਿਹਦਾ ਕਰਕੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਅਕਾਊਂਟੇਬਲ ਨਹੀਂ ਹੋ ਸਕਦੀਆਂ ਸੀਗੀਆਂ ਸੋ ਸਿੱਖ ਲੀਵ ਦਾ ਇੱਕ ਜਿਹੜਾ ਵੱਡੀ ਗੱਲ ਹੈ ਸਭ ਤੋਂ ਵੱਡੀ ਗੱਲ ਜਿਹੜੀ ਸਿੱਖ ਲੀਵ ਦੇ ਵਿੱਚ ਹੈ ਇਹ ਤੋਂ ਛੁੱਟ ਪਈ ਅਸੀਂ ਉਹਨਾਂ ਨਾਲ ਮੱਥਾ ਲਾਇਆ ਜਿੱਥੇ ਗੌਰਮੈਂਟ ਏਜੰਸੀਆਂ ਕਹਿ ਲਓ ਅਥਾਰਟੀਆਂ ਕਹਿ ਲਓ ਗੌਰਮੈਂਟ ਸੈਲਫ ਜਿਹੜੀ ਆ ਉਹ ਇਨਵੋਲਵ ਹੁੰਦੀ ਆ ਪਰ ਇਹ ਤੋਂ ਵੱਡੀ ਗੱਲ ਇਹ ਸੀਗੀ ਵੀ ਜਿਹੜੀ ਸੰਗਤ ਜਦੋਂ ਕੁਐਸਚਨ ਕਰਦੀ ਵੀ ਅਸੀਂ ਲੱਖਾਂ ਹੀ ਪੌਂਡ ਲੱਖਾਂ ਹੀ ਅਸੀਂ ਆਪਣੇ ਗਹਿਣੇ ਜਿਹੜੇ ਵਰਥ ਸੀਗੇ ਉਹ ਦਿੱਤੇ ਕੌਣ ਉੱਪਰ ਕਿੱਥੇ ਗਏ ਸਿੱਖ ਲੀਫ ਨੇ ਉਹ ਸਿਸਟਮ ਇੱਕ ਇਹੋ ਜਿਹਾ ਕ੍ਰੀਏਟ ਕਰਤਾ ਜਿਹੜਾ ਟ੍ਰਾਂਸਪੈਰੈਂਟ ਸੀਗਾ ਹਾਂਜੀ ਕਿਉਂਕਿ ਉਹ ਸਿਸਟਮ ਇਹ ਸੀਗਾ ਬੈਂਕ ਟੂ ਬੈਂਕ ਜਿਹੜਾ ਅੱਜ ਤੱਕ ਕਿਸੇ ਨੇ ਨਹੀਂ ਕੀਤਾ ਉਹ ਸਿੱਖ ਲੀਫ ਨੇ ਉਸ ਸਿਸਟਮ ਨੂੰ ਅੱਜ ਮੈਂ ਜੇ ਇੱਥੇ ਬਹਿ ਕੇ ਮਾਣ ਨਾਲ ਆਪਣੀ ਟੀਮ ਨੂੰ ਵਧਾਈ ਵੀ ਦਿੰਦਾ ਵੀ ਇਹਨਾਂ ਨੇ ਉਸ ਸਿਸਟਮ ਕਿਉਂਕਿ ਬੱਚੇ ਇੱਥੇ ਦੇ ਪੜ੍ਹੇ ਲਿਖੇ ਸੀਗੇ ਉਹ ਸਾਰੇ ਇਹਨਾਂ ਨੂੰ ਪਤਾ ਸੀਗਾ ਸਿਸਟਮ ਦਾ ਇਹਨਾਂ ਨੇ ਉਹ ਸਿਸਟਮ ਬਣਾਏ ਜਿਹਦੇ ਨਾਲ ਕੋਈ ਕੁਐਸਚਨ ਨਹੀਂ ਕਰ ਸਕਦਾ ਜਿਹੜਾ ਤੁਹਾਡਾ ਕੁਐਸਚਨ ਆ ਇਹਦੇ ਵਿੱਚ ਨਾ ਮੈਂ ਗੱਲ ਹੋਰ ਐਡ ਕਰਨਾ ਚਾਹੂੰਗਾ ਇੱਥੇ ਕੋਈ ਚਲੋ ਬਹੁਤ ਸਾਰੇ ਸਿੰਘ ਦੋ ਤਰ੍ਹਾਂ ਦੇ ਕੰਮ ਆਉਂਦੇ ਆ ਜੀ ਇੱਕ ਤਾਂ ਨੰਬਰ ਦੂਰ ਤਾਂ ਹੀ ਚੱਲ ਗਿਆ ਤਾਂ ਲੋਕਾਂ ਦੇ ਟੈਲੀਫੋਨ ਆਉਂਦੇ ਆ ਜੀ ਤੁਸੀਂ ਇਹ ਕੰਮ ਕਰਦੇ ਸਾਡਾ ਆ ਹੋ ਗਿਆ ਸਾਡੀ ਬੱਚੀ ਵੀ ਇੱਕ ਵਾਰੀ ਮੈਂ ਪੁੱਛਿਆ ਮੈਂ ਕਿਹਾ ਕੁੜੀ ਬੀ ਏ 'ਚ ਪੜ੍ਹਦੀ ਉਹ ਕਹਿੰਦੇ 4 ਸਾਲ ਹੋ ਗਿਆ ਬੀ ਏ 'ਚ ਹੀ ਆਏ ਸੋ ਇੱਦਾਂ ਵੀ ਹੈਗੀ ਆ ਪਰ ਇੱਦਾਂ ਵੀ ਹੈਗੀ ਆ ਵੀ ਸਾਡੇ ਨੰਬਰ ਦੂਰ ਤਾਂ ਹੀ ਗਏ ਕਰਕੇ ਕਈ ਲੋਕ ਮਿਲੀਅਨੇਅਰ ਵੀ ਹੈਗੇ ਆ ਉਹ ਕਹਿੰਦੇ ਦੱਸੋ ਦਾਨ ਕਿੱਥੇ ਦਈਏ ਜਦੋਂ ਮੈਂ ਉਹਨੂੰ ਕਿਹਾ ਇਹਨਾਂ ਦਾ ਨਾਂ ਦਿੱਤਾ ਤਾਂ ਉਹ ਬੜੇ ਖੁਸ਼ ਹੋਏ ਉਹਨਾਂ ਨੇ ਹੁਣ ਫਿਰ ਕਹਿੰਦੇ ਪਏ ਮੈਂ ਕਿਹਾ ਵੇਟ ਕਰੋ ਪਹਿਲਾਂ ਇਹ ਦੇਖੋ ਤੁਹਾਡੀ ਪਹਿਲੀ ਮਾਇਆ ਕਿੱਥੇ ਗਈ ਆ ਭਾਈ ਗੁਰਨਾਮ ਸਿੰਘ ਮਿਲੀਅਨੇਅਰ ਦੁਨੀਆ 'ਚ ਬਹੁਤ ਨੇ ਪਰ ਡੈਲ ਮਿਲੀਅਨੇਅਰ ਕਿਸੇ ਕਿਸੇ ਦਾ ਹੁੰਦਾ ਉਹ ਬਜ਼ੁਰਗ ਨੇ ਜਿਹਨਾਂ ਦੀ ਮੈਂ ਕਰਦਾ ਸਿਆਣੇ ਸਾਰੀ ਉਮਰ ਨਾ ਸ਼ਰਾਬ ਨਾ ਮੀਟ ਅਤੇ ਉਹ ਕਹਿੰਦੇ ਮੇਰਾ ਨਾਂ ਨਹੀਂ ਬਸ ਮੇਰੀ ਇੱਕੋ ਕੰਡੀਸ਼ਨ ਆ ਜਿੱਦਾਂ ਜਿੰਨਾ ਮਰਜ਼ੀ ਲੈ ਲਓ ਨਾ ਨਹੀਂ ਆਉਣਾ ਚਾਹੀਦਾ ਸੋ ਸਾਡਾ ਸਿਰ ਚੋਂ ਸਾਨੂੰ ਅੱਜ ਵੀ ਟੈਲੀਫੋਨ ਆਉਂਦੇ ਆ ਪੈਸੇ ਦੇਣ ਦੇ ਅਸੀਂ ਉਹਨਾਂ ਨੂੰ ਕਹੀਦਾ ਪਹਿਲੇ ਰਹਿਣ ਦਿਓ ਤੁਸੀਂ ਜਦੋਂ ਲੋੜ ਵੀ ਤੁਹਾਡੇ ਕੋ ਆਪੇ ਲੈ ਲਾਂਗੇ ਅਸੀਂ ਬਿਨਾ ਮਤਲਬ ਤੋਂ ਪੈਸੇ ਨਹੀਂ ਲਈਦੇ ਬਿਲਕੁਲ ਜਿਹੜੇ ਪੈਸੇ ਲਈਦੇ ਵੀ ਉਹ ਵੀ ਅਕਾਊਂਟੇਬਲ ਹੁੰਦੇ ਨੇ ਮੈਂ ਜੀ ਇੱਕ ਮਿੰਟ ਦਰਸ਼ਕਾਂ ਨੂੰ ਦੱਸਣਾ ਪੈਂਦਾ ਵੀ ਅੱਜ ਅਸੀਂ ਕੋਈ ਪੀਲ ਸ਼ੋਅ ਨਹੀਂ ਸਾਡਾ ਹੈਗਾ ਅੱਜ ਵਨ ਸ਼ੋਅ ਹੈਗਾ ਅਸੀਂ ਇੱਕ ਤੁਹਾਨੂੰ ਮਿਸਾਲ ਪੇਸ਼ ਕਰਦੇ ਤੁਹਾਡੇ ਮੋਹਰੇ ਜੋ ਕਿ ਸਿੱਖ ਰਿਲੀਫ ਆ ਜਿਨ੍ਹਾਂ ਨੇ ਕਰਕੇ ਦਿਖਾਇਆ ਔਰ ਅਸੀਂ ਇਹਨਾਂ ਤੋਂ ਸਿੱਖਿਆ ਮੋਰੇ ਰੱਖਦੇ ਹਾਂ ਸਿੱਖਣਾ ਸੀ ਕੁਛ ਇਹਨਾਂ ਤੋਂ ਔਰ ਸੰਗਤਾਂ ਨੂੰ ਵੀ ਆਪਾਂ ਕੁਛ ਜਾਣਕਾਰੀ ਦੱਸਣੀ ਵੀ ਤੁਸੀਂ ਜੋ ਸੇਵਾ ਕਰਦੇ ਆ ਅਕਲੀ ਕੀਜੇ ਦਾਨ ਕਿਸ ਬੇਸਿਸ ਤੇ ਕਰਨੀ ਚਾਹੀਦੀ ਆ ਜੋ ਇਹਨਾਂ ਦੀ ਐਗਜ਼ਾਮਪਲ ਦੇਖ ਕੇ ਹਾਂਜੀ ਗੁਰਮੁਖ ਜੀ ਚੈਰਿਟੀਆਂ ਬਹੁਤ ਆ ਯੈਸ ਤਾਂ ਜਿਹੜੀ ਸਿੱਖ ਰਿਲੀਫ ਆ ਉਹਨਾਂ ਦੀ ਵਿਲੱਖਣਤਾ ਕੀ ਆ ਵਾਟਸ ਦ ਡਿਫ ਵਾਟ ਇਜ਼ ਸੋ ਡਿਫ ਯਾ ਯੂਨੀਕ ਅਬਾਊਟ ਇਟ ਆਫ ਸਿੱਖ ਰਿਲੀਫ ਇਜ਼ ਦੈਟ ਏ ਇਟ ਵਾਸ ਬੋਰਨ ਆਫ ਦ ਸੇਮ ਐਂਗੁਇਸ਼
mm-hmm. fear and pain yeah. of those who it serves. Mm-hmm. And the main difference is the fact that we stay realistic. We don't sort of like Baji's just explained, mm-hmm. that we don't go out of our way to ask for money and, right. and for donations. And the other thing, I think you're all volunteers. Absolutely. You don't pay yeah. anything to yourself because you've got jobs, you've got full-time jobs. Yeah, we all work for yeah, yeah? every one of us. Isn't there a difficulty that Ecobasi, we want to professionalise mm. it, but then isn't there a contradiction there? No, what we're doing is we're professionalising the service, the seva. Yeah. So it's a professional standard. Mm. Yeah. That doesn't mean you have to be paid for you it. Have to give a lot of big sacrifice yeah, for it's them. Big sacrifice taking not bigger time than out. Giving your sheath. Yeah. If somebody can sheath their life, you can sheath some time. Yeah. But these things talk about transparency as well. Absolutely. What yeah. levels of transparency are we talking about here? The levels of our accounts that go into the Charities Commission are every single year, year on year on time. Mm. Every one of our transactions, like Baji said, is bank to bank. So it's easily traceable. Mm-hmm. So it's all electronic payments. Any which one payment you want to trace, just we can trace it question from. Question because it's everything's there for absolutely them to look at. Yeah, absolutely. Yeah. That's fantastic. We've yeah. had and been subject to Charities Commission investigation. Mm-hmm. Yeah. Where money that goes, was yeah. sort of we don't know where the instigation for that came from. We all have our suspicions of what mm-hmm. prompted the Charities Commission to do that. Yeah. But we passed that. You know, today, not just once either. Yeah. So yeah, we've passed those because yeah. simply we are doing what we say we are mm-hmm. doing and yeah. nothing more. Mm-hmm. You know what I mean? And what we say we are doing, we don't say until we've done. Yeah. We yeah. don't say this is our project. This is what we're planning to do. Yeah. Yeah. We're going to alleviate poverty and hunger. Yeah. Mm-hmm. No, we're not going to do that. What we are going to do, yeah. once we've done it, mm-hmm. we will say this is what we've yeah. done off of our own backs. Mm. Yeah. If you can help us, we will do it again and again yeah. and again. Mm-hmm. And we have done it again and again and again, yeah. especially when it comes to Sikh yeah. Prisoners of conscience. Mm-hmm. Yeah. We haven't released one. We've released one, realized the system, realized the procedure, what? And done it again. Again and again through, and again. Yeah, yeah absolutely. But we'll come. We'll bring other people yeah. in as well. So, key, Manjeet, you have said that getting women involved in anything is difficult, and we often blame the women. But you've broken the mold with Sikh Relief. It feels like it's almost a women's led organization. What's yeah. the magic there? What is the difference? Yeah. What's the formula? Honest, I cannot take credit for that. You're going to see some amazing women yeah. there. So you have like Surinder Fendi, very powerful you have, women. Yes. Yeah? These very women are actually my inspiration. I remember the first time I went to King's College in London and I would listen to Manjeet Benji do a presentation. Mm. I bawled my way through the entire presentation. I agree with that one. To be honest, the women were already she there really and they gave me a fantastic platform mm. to bring a new angle into something that, I mean, our entire board of directors are female, mm. going yeah. from social media to everything. And it's not only giving us courage, but it's given us mm. definitely a platform to stand alongside men. Yeah. And men mm. who would say to us that we're not doing it correctly. Yeah. And we can very professionally say to them, well, it's not a man or woman thing. No. We were given not an opportunity all. To take something that was fantastic. Yeah. I mean, for me personally, Sikh Relief, I was searching for somewhere to do seva, mm. but I was very disheartened. Mm. So what you see awesome, you know, a lot of smoke and flame and fireworks, yes. but the substance behind it. And I remember me and Baji, when Baji contacted me to be a volunteer, I grilled him for 2 hours on the phone. Where did your money go? How do I know that I you have them? What's your system? These are the questions people want to know as well. And there's the thing was, Baji was just like, I'm so glad you asked that yeah. question. And he gave me answer after answer. And then yeah. when he explained that they were just setting up the bank transparency system, but everything was traceable. So what's when you do, mean, what's it's going interesting, Dr. Balbir Singh, ਕਾ ਸਕਰੂਟਰੀ ਕਰਨੀ ਜੀ ਬਿਲਕੁਲ ਜੇ ਅਸੀਂ ਸਕਰੂਟਰੀ ਨਹੀਂ ਕਰਦੇ ਅਸੀਂ ਜਰਨਲਿਜ਼ਮ ਫਿਰ ਤਾਂ ਅਸੀਂ ਪ੍ਰੋਪਾਗੈਂਡਾ ਆ ਗਏ ਜੀ ਐਬਸੋਲੂਟ ਪਰ ਜਦੋਂ ਮੈਂ ਕਿਉਂਕਿ ਚੈਰਿਟੀ ਬਹੁਤ ਹੈਗੀਆਂ ਹੋਰ ਵੀ ਸੇਵਾ ਕਰਦੇ ਜੇ ਮੈਂ ਕੋਈ ਛੋਟਾ ਜਿਹਾ ਵੀ ਸਵਾਲ ਪੁੱਛਾਂ ਉਹਨਾਂ ਨੂੰ ਉਹ ਗੱਲ ਨੂੰ ਪੈਂਦੇ ਆ ਤੂੰ ਕੌਣ ਹੈ ਪੁੱਛਣ ਵਾਲਾ ਸਾਨੂੰ ਟਰਸਟ ਨਹੀਂ ਕਰਦਾ ਨਹੀਂ ਬਿਲਕੁਲ ਜੀ ਦੇਖੋ ਵੀ ਅਸੀਂ ਤਾਂ ਇਹ ਕਹਿੰਦੀ ਆ ਵੀ ਤੁਸੀਂ ਤਾਂ ਕਹਿੰਦੇ ਸਾਨੂੰ ਪੁੱਛੋ ਸਵਾਲ ਬਿਲਕੁਲ ਕਿਉਂਕਿ ਦੇਖੋ ਡਰ ਉੱਥੇ ਹੁੰਦਾ ਆ ਡਰ ਉੱਥੇ ਹੁੰਦਾ ਜਿੱਥੇ ਕੋਈ ਖਰਾਬੀ ਹੋਵੇ ਜਿੱਥੇ ਤੁਸੀਂ ਕੋਈ ਗਲਤ ਕੰਮ ਕਰ ਰਹੇ ਹੋ ਹਨਾ ਪਾਪ ਹੁੰਦਾ ਜਿੱਥੇ
ਜਿੱਥੇ ਤੁਹਾਨੂੰ ਪਤਾ ਵੀ ਤੁਸੀਂ ਇੱਕ ਗੁਰੂ ਨੂੰ ਮੁੱਖ ਰੱਖ ਕੇ ਆਪਣੀ ਸੱਚਾਈ ਨੂੰ ਮੁੱਖ ਰੱਖ ਕੇ ਸੇਵਾ ਕਰ ਰਹੇ ਹਾਂ, ਕਾਹਦਾ ਡਰ ਹੈ? ਤੁਸੀਂ ਜਿਹੜਾ ਮਰਜ਼ੀ ਕੁਐਸਚਨ ਪੁੱਛੋ, ਅਸੀਂ ਅੱਜ ਵੀ ਤੁਹਾਡੇ ਕੋਈ ਕੰਡੀਸ਼ਨ ਨਹੀਂ ਲਾਈ। ਜੇ ਮੈਂ ਇੱਥੇ ਲਾਈਵ ਟੋਕ 'ਤੇ ਤੁਹਾਨੂੰ ਕਹਾਂ ਵੀ ਸਾਨੂੰ ਗੁਰਨਾਮ ਸਿੰਘ ਆਹ ਨਹੀਂ ਪੁੱਛਣਾ, ਤੁਸੀਂ ਇੱਥੇ ਦੱਸ ਸਕਦੇ ਵੀ ਸਾਨੂੰ ਬਲਵੀਰ ਸਿੰਘ ਨੇ ਕਿਹਾ ਸੀ ਇੱਦਾਂ ਨਾ ਕਰਿਓ ਇੱਦਾਂ, ਬਿਲਕੁਲ ਨਹੀਂ। ਤੁਹਾਨੂੰ ਪੂਰਾ ਹੱਕ ਆ ਇੱਥੇ ਹੁਣ ਵੀ ਜਿਹੜਾ ਮਰਜ਼ੀ ਕੁਐਸਚਨ ਪੁੱਛੋ, ਜਿਸ ਤਰ੍ਹਾਂ ਦਾ ਮਰਜ਼ੀ ਪੁੱਛੋ। ਅਸੀਂ ਬੈਠੇ ਹਾਂ ਕਿਉਂਕਿ ਅਸੀਂ ਜੋ ਇੱਕ ਖੁੱਲੀ ਕਿਤਾਬ ਆ, ਓਪਨ ਬੁੱਕ ਆ ਆਪਾਂ ਕਹੋ, ਹੈ ਨਾ? ਬਿਲਕੁਲ, ਮੈਂ ਦਰਸ਼ਕਾਂ ਨੂੰ ਦੱਸਦਾ ਮਜੀਦ ਇੱਕ ਮਿੰਟ ਕਿ ਇਹਨਾਂ ਨੇ ਆਪਾਂ ਇਹਨਾਂ ਨੂੰ ਲਿਆਂਦਾ, ਸਾਡਾ ਫੈਮਿਲੀ ਸ਼ੋਅ ਆ, ਪਰ ਇਹ ਕਹਿੰਦੇ ਸਾਨੂੰ ਤੁਸੀਂ ਇੱਕ ਕਚਹਿਰੀ ਬਣਾ ਦਿਓ ਸਾਡੇ ਲਈ ਅੱਜ, ਤੁਸੀਂ ਜੋ ਵੀ ਸਵਾਲ ਪੁੱਛਣਾ ਕੋਈ ਘਾਟੀ ਇਦਾਂ ਕਹਿੰਦਾ ਹੁੰਦਾ ਸਾਨੂੰ, ਘਾਟੀ ਕੋਈ ਇਦਾਂ ਕਹਿੰਦਾ, ਚਲੋ ਆਪਾਂ ਉਹ ਤਾਂ ਨਹੀਂ ਜਾਣਾ ਬਾਰੀ ਡਿਟੇਲ, ਸਾਨੂੰ ਮੇਰੇ ਖਿਆਲ ਸਾਹਿਬ ਇੰਟਰਨੈਟ 'ਤੇ ਵੀ ਮਿਲਦਾ। ਚਲੋ ਆਪਾਂ ਆਡੀਅੰਸ ਵਿੱਚ ਚੱਲੀਏ, ਮਨਜੀਤ ਕੋ ਮੈਂ ਜਾਂਦੀ ਹਾਂ। ਤਾਂ ਮਨਜੀਤ, ਤੁਸੀਂ ਯੂਵ ਜੁਆਇਨਡ ਸਿੱਖ ਰਿਲੀਫ ਫਰੋਮ ਡੇ 1, ਸੋ ਵਾਟ ਮੇਡ ਯੂ ਜੁਆਇਨ ਸਿੱਖ ਰਿਲੀਫ? ਅੱਛਾ ਜੀ, ਅਸੀਂ ਤੇ ਜਦੋਂ ਤੇ ਰੈਸਟ ਹੋਈ ਆ, ਮਾਈ ਕਾਫੀ ਹਾਂਜੀ, ਓ ਸੌਰੀ, ਤਾਂ ਉਹਨਾਂ ਨੇ ਜਪਾਲ ਸਿੰਘ ਸਰ ਫਰਾਂਸ ਵਾਲੇ ਜਦ ਅਰੈਸਟ ਹੋਏ ਆ, ਤਾਂ ਉਸ ਵੇਲੇ ਮੈਂ ਦੇਖਦੀ ਸੀਗੀ ਕਿ ਸਾਡੇ ਸਿੱਖ ਕੌਮ ਵਿੱਚ, ਦਿਸ ਇਜ਼ 2005, ਹੈ ਨਾ, ਕਿਹੜੀ ਕਿਹੜੀ ਸੰਸਥਾ ਆ ਵੀ ਜਿਹੜੇ ਜਿਹਨੂੰ ਮੈਂ ਜਾ ਕੇ ਪੁੱਛ ਸਕੀ ਵੀ ਅਸੀਂ ਸੇਵਾ ਕਰਨੀ ਚਾਹੁੰਦੇ ਹਾਂ, ਉਹਦੇ ਕੇਸ ਬਾਰੇ, ਉਹਨਾਂ ਦੀ ਦੇਖਭਾਲ ਲਈ ਕਿੱਥੇ ਅਸੀਂ ਜਾਈਏ, ਕਿਹਨੂੰ ਅਸੀਂ ਪੁੱਛੀਏ? ਤਾਂ ਮੈਂ ਐਮਨੈਸਟੀ ਉਹਨਾਂ ਨੂੰ ਵੀ ਜਿੱਦਾਂ ਮੈਂਬਰ ਸੀਗੇ ਉਹਨਾਂ ਨੂੰ ਵੀ ਚਿੱਠੀਆਂ ਪਾਈਆਂ, ਈਮੇਲਸ ਪਾਏ, ਜਿੱਥੇ ਵੀ ਹਿਊਮਨ ਰਾਈਟ ਵਾਚ ਸਾਰੇ ਨੂੰ ਪਾਇਓ। ਕੁਦਰਤੀ ਭਾਜੀ ਦਾ ਫੋਨ ਆ ਗਿਆ, ਬਲਵੀਰ ਸਿੰਘ ਦਾ, ਬਲਵੀਰ ਸਿੰਘ ਉਹਨਾਂ ਦਾ ਫੋਨ ਆਇਆ, ਸੇਮ ਸਟੋਰੀ ਸੁਖੀ ਮੰਗਰ, ਭਾਜੀ ਕਹਿੰਦੇ ਵੀ ਸਾਨੂੰ ਸੇਵਾਦਾਰ ਚਾਹੀਦੇ ਆ। ਅੱਛਾ, ਅਸੀਂ ਕਿਹਾ ਅਸੀਂ ਹਾਜ਼ਰ ਆ, ਪਰ ਅਸੀਂ ਵੀ ਪੁੱਛਣਾ ਵੀ ਤੁਸੀਂ ਕਿੱਦਾਂ ਸੇਵਾ ਕਰਦੇ, ਹਾਊ ਇਜ਼ ਇਟ ਡਨ, ਇਨਸ ਐਂਡ ਆਊਟਸ, ਇਨਸ ਐਂਡ ਆਊਟ ਸਾਰੀ ਪੁੱਛਣੀ। ਸਾਨੂੰ ਇਹਨਾਂ ਦਾ 2.5-3 ਘੰਟੇ ਲੱਗ ਗਏ ਹੁਣੇ ਫੋਨ ਤੇ ਗੱਲ ਕਰਦੇ ਨੂੰ। ਐਂਡ ਯੂ ਨੋ, ਆਈ ਹੈਵ ਨੈਵਰ ਬੀਨ ਸੋ ਇਨਸਪਾਇਰਡ ਇਨ ਮਾਈ ਲਾਈਫ, ਯਾ, ਪਾਲ ਸਿੰਘ ਇਨਸਪਾਇਰਡ ਮੀ, ਬਾਜੀ ਬਲਬੀਰ ਸਿੰਘ ਇਜ਼ ਅਨਦਰ ਪਰਸਨ ਹੂ ਜਸਟ ਇਨਸਪਾਇਰਸ ਯੂ, ਐਂਡ ਯੂ ਨੋ, ਫਰਮ ਦੈਟ ਡੇ ਮੈਂ ਮੁੜ ਕੇ ਨਹੀਂ ਦੇਖਿਆ, ਬਸ ਸੇਵਾ ਕਰਨੀ ਕਰਨੀ ਹੈ। ਯੂ ਯੂ ਆਲਸੋ ਇਨਸਪਾਇਰ ਪੀਪਲ, ਬਿਕੋਜ਼ ਮੈਂ ਜਿੱਦਾਂ ਯੂ ਸੈਡ, ਆਈ ਸੋ ਯੂ ਵਨ, ਜਦੋਂ ਆਪਾਂ ਹਾਈਡ ਪਾਰਕ ਦੇ ਵਿੱਚ ਨਾ ਜਦੋਂ ਜਲੂਸ ਉੱਥੇ ਕੀਤਾ ਸੀਗਾ, ਟ੍ਰਾਫਲਗਰ ਸਕੁਆਇਰ ਦੇ ਵਿੱਚ ਇੱਕ ਵਾਰੀ ਤੁਸੀਂ ਸਪੀਚ ਕੀਤੀ ਸੀਗੀ, ਐਂਡ ਆਈ ਵਾਸ ਇਨ 30th ਜਦੋਂ ਹੋਇਆ ਸੀਗਾ, ਯੈਸ ਵੀ ਵਰ, ਆਪਾਂ ਕਹਿੰਦੇ ਵੀ ਬੀਬੀਆਂ ਸਪੀਚਾਂ ਨਹੀਂ ਕਰਦੀਆਂ, ਐਂਡ ਆਈ ਐਮ ਸ਼ੋਰ ਯੂ ਨੈਵਰ, ਯੂ ਜਸਟ, ਸੋ ਵਾਟ ਵਾਸ ਇਟ ਦੈਟ ਬ੍ਰੌਟ ਯੂ ਇਨ ਫਰੰਟ ਆਫ ਦ ਕੈਮਰਾ ਔਨ ਟੂ ਦ ਸਟੇਜ ਇਸ ਟੂ ਸਪੀਕਿੰਗ ਵਿਦ ਸੋ ਮਚ ਪੈਸ਼ਨ, ਵਾਟ ਇਜ਼ ਇਟ? I think it's just honesty. ਜਿਹੜੀ ਹੈ ਨਾ, ਜਿਹੜਾ ਆਪਾਂ, ਉਹ ਆਪਣਾ ਪਰਿਵਾਰ ਆ, ਜਿਹੜੇ ਆਪਣੇ ਪੰਜਾਬ ਵਿੱਚ ਬੈਠੇ ਫੈਮਿਲੀ ਆਇਆ, ਉਹਨਾਂ ਨੇ ਇੰਨੇ ਸਾਲ ਹੋ ਗਏ ਉਹਨਾਂ ਨੂੰ ਜਸਟਿਸ ਨਹੀਂ ਮਿਲਿਆ, ਇੰਨਾ ਉਹਨਾਂ ਨੇ ਤੰਗੀਆਂ ਕੱਟੀਆਂ, ਬਟ ਅੰਟਿਲ ਯੂ ਫਾਈਂਡ ਆਊਟ ਵਾਟਸ ਹੈਪਨਡ ਟੂ ਦੇਮ, ਫਿਰ ਜਦ ਤੁਹਾਨੂੰ ਪਤਾ ਲੱਗਦਾ ਆ, ਫਿਰ ਤੁਹਾਨੂੰ ਇਹੀ ਆ ਵੀ ਬਸ ਜੋ ਅਸੀਂ ਕਰ ਸਕਦੇ ਸੀ ਉਹ ਕਰਨਾ ਹੀ ਕਰਨਾ ਆ। ਐਂਡ ਐਂਡ ਦੋਜ਼ ਵਰਡਸ ਜਿਹੜੇ ਅਸੀਂ ਗੱਲਾਂ ਕਰਦੇ, ਜੇ ਅਸੀਂ ਪ੍ਰੈਜੈਂਟੇਸ਼ਨ ਕਰਦੀਆਂ ਆ, ਦੇ ਨਾਟ ਆਵਰ ਵਰਡਸ, ਦੇ ਵੋ ਇਮੋਸ਼ਨ ਆਫ ਦੋਜ਼ ਫੈਮਿਲੀਜ਼, ਐਬਸੋਲੂਟਲੀ, ਵੀ ਟ੍ਰਾਈਂਗ ਟੂ ਗੈਟ ਅਕ੍ਰੋਸ, ਸੰਗਤ ਤੋਂ ਇਹੀ ਦੱਸਣਾ ਆ ਵੀ ਅਸੀਂ ਸੇਵਾਦਾਰ ਹਾਂ, ਅਸੀਂ ਸੰਗਤ ਦੇ ਸੇਵਾਦਾਰ ਹਾਂ, ਤੇ ਅਸੀਂ ਓਨੈਸਟੀ ਐਂਡ ਟ੍ਰਾਂਸਪੈਰੈਂਸੀ ਦੇ ਨਾਲ ਸੇਵਾ ਕਰਨਾ ਚਾਹੁੰਦੇ ਹਾਂ, ਅਸੀਂ ਇਹ ਚੋਂ ਕੁਛ ਨਹੀਂ ਕੱਢਣਾ ਚਾਹੁੰਦੇ, ਅਸੀਂ ਦੇਣਾ ਚਾਹੁੰਦੇ ਹਾਂ। ਮੈਂ ਜੇ ਮਨਪ੍ਰੀਤ ਕੋਲ ਮਾਈਕ ਆ ਜਾਵੇ, ਤਾਂ ਮਨਪ੍ਰੀਤ ਸਿੰਘ ਜੀ, ਗੱਲਾਂ ਤਾਂ ਬਹੁਤ ਆਪਾਂ ਹੈਗੀਆਂ, ਕਿਉਂਕਿ ਜੇ ਮੈਂ ਵੀ ਕਰਾਂ, ਇਹ ਜਿਹੜੀ ਸਿੱਖ ਰਿਲੀਫ ਆ, ਇਹ ਵੀ ਸ਼ਹੀਦ ਪਰਿਵਾਰਾਂ ਦੀ ਇੱਕ ਤੁਸੀਂ ਕਹਿ ਸਕਦੇ ਜਥੇਬੰਦੀ, ਜਾਂ ਇਹਨੂੰ ਇੱਕ ਸੰਗਠਨ ਕਹਿ ਸਕਦੇ ਹਾਂ। ਆਪਾਂ ਮਨਜੀਤ ਦੀ ਗੱਲ ਕੀਤੀ, ਮਨਜੀਤ ਦੇ ਜੋ ਹਸਬੈਂਡ ਹੈਗੇ ਆ, ਉਹ ਆਪ ਖੁਦ ਸ਼ਹੀਦ ਪਰਿਵਾਰਾਂ ਦੇ ਵਿੱਚੋਂ ਹੈਗੇ ਆ, ਹੋਰ ਵੀ ਬ੍ਰਦਰ ਸ਼ਹੀਦ ਹੋਏ, ਬਿਲਕੁਲ ਹੋਏ ਆ, ਤੇ ਕਿਉਂਕਿ ਇੱਕ ਤਾਂ ਹੁੰਦੀ ਸੁਣੀ ਸੁਣਾਈ ਗੱਲ, ਇੱਕ ਹੁੰਦੀ ਤੁਹਾਡੇ ਨਾਲ ਆਪ ਪਰਸਨਲ ਹੋਵੇ। ਔਰ ਮਨਪ੍ਰੀਤ ਸਿੰਘ ਜੀ, ਆਪਾਂ ਸੰਘਰਸ਼ ਦੀ ਗੱਲ ਕਰਦੇ ਹਾਂ, ਅਤੇ ਮੈਨੂੰ ਇਹ ਪਤਾ ਵੀ ਜਿੰਨੀ ਮੇਰੀ ਜਾਣਕਾਰੀ ਵੀ, ਜਿਹੜੇ ਸਿੰਘਾਂ ਨੇ ਸ਼ਹੀਦੀਆਂ ਵੀ ਪਾਈਆਂ, ਜਿਹੜੇ ਸੰਘਰਸ਼ ਦੇ ਵਿੱਚ ਵੀ ਗਏ, ਉਹਨਾਂ ਨੂੰ ਹੋਰ ਕਿਸੇ ਚੀਜ਼ ਦਾ ਪਰਵਾਹ ਨਹੀਂ ਸੀ, ਉਹ ਕਹਿੰਦੇ ਸਾਡੀਆਂ ਜਾਨਾਂ ਚੱਲ ਜਾਵੇ ਪਈ, ਪਰ ਸਾਡੇ ਬੱਚੇ ਜਾਂ ਸਾਡੇ ਪਿੱਛੇ ਉਹ ਨਾ ਰੁਲਦੇ ਰਹਿਣ।
ਪਰ ਉਹਨਾਂ ਦੀ ਸਾਰ ਸ਼ਾਇਦ ਅਸੀਂ ਨਹੀਂ ਸੀ ਸੁਣੀ। ਜੇ ਨਾ ਸੁਣੋਗੇ ਤਾਂ ਫਿਰ ਅਗਲੇ ਸੰਘਰਸ਼ ਦੇ ਵਿੱਚ ਕਿਸੇ ਨੇ ਅੱਗੇ ਨਹੀਂ ਉਹਨਾਂ ਨੇ ਕਹਿਣਾ ਵੀ ਮੈਂ ਕਿਉਂ ਮੇਰਾ ਸੋ ਇਹ ਬਹੁਤ ਜ਼ਰੂਰੀ ਆ, ਇਹ ਕੰਮ ਕਰਨਾ ਬਹੁਤ ਜ਼ਰੂਰੀ ਆ ਸੰਘਰਸ਼ ਵਾਸਤੇ। ਜੀ ਬਿਲਕੁਲ, ਜੇ ਡਾਕਟਰ ਸਾਹਿਬ ਮੈਂ ਇੱਥੇ ਮੈਨਸ਼ਨ ਕਰਾਂ ਵੀ ਜਿਹੜੀ ਸਿੱਖ ਰਿਲੀਫ ਹੈ ਨਾ, ਇਹਨਾਂ ਦੀ ਇੱਕ ਵਿਲੱਖਣਤਾ ਸਭ ਤੋਂ ਵੱਡੀ ਇਹ ਹੈ ਵੀ ਜਿਹੜੀ ਚੀਜ਼ ਨੂੰ ਕੋਈ ਹੱਥ ਨਹੀਂ ਸੀ ਪਾਉਂਦਾ। ਦੇਖੋ ਜਦੋਂ ਕਿਸੇ ਨੂੰ ਅਰੈਸਟ ਕਰਦੀ ਹੈ ਨਾ ਇੰਡੀਅਨ ਗਵਰਨਮੈਂਟ, ਉਹ ਇਕੱਲਾ ਅਰੈਸਟ ਨਹੀਂ ਕਰਦੀ, ਉਹਦੇ ਨਾਲ ਇੱਕ ਪ੍ਰੋਪੇਗੈਂਡਾ ਚੱਲਦਾ ਜਿਹੜੀ ਉਸ ਇਨਸਾਨ ਨੂੰ, ਉਸ ਸ਼ਖਸ ਨੂੰ, ਉਹਦੇ ਪੂਰੇ ਪਰਿਵਾਰ ਨੂੰ ਅੱਤਵਾਦੀ ਬਣਾ ਦਿੰਦੀ ਹੈ। ਦੇ ਆਰ ਦੀ ਅਨਟੱਚੇਬਲਸ ਹੋ ਜਾਂਦੇ ਨੇ ਉਸ ਸੋਸਾਇਟੀ ਦੇ ਵਿੱਚ। ਉਹਨਾਂ ਦੀ ਮਦਦ ਕਰਨਾ ਤਾਂ ਦੂਰ, ਉਹਨਾਂ ਨੂੰ ਪੈਸੇ ਦੇਣਾ ਤਾਂ ਦੂਰ। ਜਿਹੜਾ ਉਹਨੂੰ ਪੈਸੇ ਦਿੰਦਾ ਪੁਲਿਸ ਉਹਨੂੰ ਵੀ ਫੜ ਲੈਂਦੀ, ਕਹਿੰਦੇ ਇਹਨੇ ਪਤਾ ਨਹੀਂ ਹਥਿਆਰ ਲਈ ਪੈਸੇ ਦਿੱਤੇ ਹੋਣੇ ਨੇ, ਬੰਬ ਬਣਾਉਣ ਲਈ ਪੈਸੇ ਦਿੱਤੇ ਹੋਣੇ ਨੇ। ਔਰ ਬਹੁਤ ਇਹ ਇਸ ਚੀਜ਼ ਨੂੰ ਮੈਂ ਸਮਝਦਾ ਇਹਦਾ ਕ੍ਰੈਡਿਟ ਜਿਹੜਾ ਸਿੱਖ ਰਿਲੀਫ ਦੀ ਟੀਮ ਨੂੰ ਜਾਂਦਾ ਹੈ ਕਿ ਇੱਕ ਇੰਨੀ ਅਨਟੱਚੇਬਲ ਇਸ਼ੂ ਨੂੰ ਇੱਕ ਫੈਸ਼ਨੇਬਲ ਚੀਜ਼ ਬਣਾ ਦਿੱਤਾ ਇਹਨਾਂ ਨੇ ਸਾਡੀ ਕੌਮ 'ਚ। ਇਹ ਬਹੁਤ ਵੱਡੀ ਚੀਜ਼ ਹੈ ਕਿ ਹੁਣ ਅੱਜ ਜੇ ਅਸੀਂ ਸੋਚਦੇ ਹਾਂ। ਦੂਸਰੀ ਗੱਲ ਇਹਨਾਂ ਦੀ ਵਿਲੱਖਣਤਾ, ਦੇਖੋ ਮੈਂ ਕਹਿੰਦਾ ਵੀ ਅਸੀਂ ਸਮੁੰਦਰੋਂ ਪਾਰ ਚੱਲ ਜਾਈਏ, ਕਿੱਥੇ ਕਿਸੇ ਨੂੰ ਦਾਨ ਕਰ ਦਈਏ ਕੁਛ, ਇਟ ਇਜ਼ ਵੈਰੀ ਗੁੱਡ, ਠੀਕ ਹੈ, ਸਿੱਖ ਪ੍ਰਿੰਸੀਪਲ ਹੈ। ਪਰ ਜੇ ਤੁਹਾਡੇ ਘਰ ਦੇ ਆਪਣੇ ਬੱਚੇ ਸੜਕਾਂ ਤੇ ਰੁਲ ਜਾਣ, ਜੇ ਤੁਹਾਡੇ ਘਰ ਦੇ ਸ਼ਹੀਦਾਂ ਦੇ ਪਰਿਵਾਰਾਂ ਦੇ ਬੱਚੇ ਵਿਚਾਰੇ ਗਲੀਆਂ 'ਚ ਰੁਲ ਰੁਲ ਕੇ ਡਰੱਗਾਂ 'ਚ ਚਲੇ ਗਏ, ਡਰੱਗਸ 'ਚ ਚਲੇ ਗਏ, ਉਹਨਾਂ ਪਰਿਵਾਰਾਂ ਦੀ ਸਾਰ ਲਿੱਤੇ ਬਿਨਾਂ, ਆਪਣੇ ਘਰ ਨੂੰ ਸਹੀ ਕੀਤੇ ਬਿਨਾਂ ਤੁਸੀਂ ਬਾਹਰ ਚਾਹੇ ਜਿੰਨਾ ਮਰਜ਼ੀ ਦਾਨ ਕਰ ਦਿਓ, ਲੋਕੀ ਤਾਂ ਇਹੀ ਵੇਖਣਗੇ ਨਾ ਕਿ ਦੇਖੋ ਸਿੱਖਾਂ ਦੇ ਬੱਚੇ ਰੁਲਦੇ ਪਏ ਨੇ। ਇਹਨਾਂ ਨੇ ਉਹਨਾਂ ਪਰਿਵਾਰਾਂ ਦੀ ਸਾਰ ਲਈ। ਔਰ ਕੇਵਲ ਕਿਸੇ ਬੰਦੇ ਨੂੰ ਪੈਸੇ ਦੇ ਦੇਣਾ ਨਾ, ਇਹ ਚੈਰਿਟੀ ਨਹੀਂ ਹੁੰਦੀ। ਇਹਨਾਂ ਨੇ ਉਹਦੀ ਬਾਂਹ ਫੜੀ, ਉਹਨੂੰ ਫੋਲੋ ਅਪ ਕੀਤਾ। ਇਹ ਹੁਣ ਮੈਂ ਅੱਜ ਇਹਨਾਂ ਦੇ ਕਈ ਵਾਰੀ ਦੇਖਦਾ ਵਾਂ ਕਿ ਇਹ ਕਿਸੇ ਸ਼ਹੀਦ ਪਰਿਵਾਰ ਨੂੰ ਕਈ ਵਾਰੀ FD ਕਰਾ ਦਿੰਦੇ, ਕਦੀ RD ਕਰਾ ਦਿੰਦੇ ਆ। ਉਹ ਬੰਦੇ 18 ਸਾਲ ਤੋਂ ਪਹਿਲੇ ਉਹਨਾਂ ਮਤਲਬ ਇੱਕ ਇੰਸਟਾਲਮੈਂਟਸ ਦੇ ਵਿੱਚ ਕਰ ਸਕਦੇ। ਇਹ ਨਹੀਂ ਵੀ ਕਿਸੇ ਨੂੰ ਤੁਸੀਂ 10 ਲੱਖ ਦੇ ਦਿੱਤਾ, ਕੱਲ੍ਹ ਨੂੰ ਦੇ ਮੁੰਡੇ ਨੇ ਗੱਡੀ ਕਢਾ ਲਈ, ਮੁੜ ਕੇ ਉਹਦੇ ਕੋਲ ਪੈਟਰੋਲ ਪਾਉਣ ਲਈ ਵੀ ਪੈਸੇ ਨਹੀਂ। ਸੋ ਜਿਹੜਾ ਮੁੜ ਵਸੇਬਾ ਕੀਤਾ ਇਹਨਾਂ ਨੇ, ਫਿਰ ਜਿਹੜੇ ਲੋਕ ਬਾਹਰ ਆਏ 8-8 ਸਾਲ 10-10 ਸਾਲ ਜੇਲ੍ਹਾਂ ਦੇ ਵਿੱਚ ਪਏ, ਉਹ ਭੁੱਲ ਚੁੱਕੇ ਸਨ ਕਿ ਬਾਹਰ ਪ੍ਰੈਕਟੀਕਲ ਲਾਈਫ ਕਿੱਦਾਂ ਜੀ ਜਾਂਦੀ। ਉਹਨਾਂ ਨੂੰ ਬਾਹਰ ਆ ਕੇ ਉਹਨਾਂ ਨੂੰ ਇੱਕ ਲਾਈਫ ਸ਼ੁਰੂ ਕਰਕੇ ਦੇਣਾ, ਇਹ ਬੜਾ ਸ਼ਿੱਦਤ ਦਾ ਕੰਮ ਹੈ ਮੈਂ ਸਮਝਦਾ। ਸੋ ਇਹ ਕੰਮ ਇਹਨਾਂ ਨੇ ਕੀਤਾ। ਥਰਡ ਗੱਲ ਮੈਂ ਤੁਹਾਨੂੰ ਇੱਕ ਗੱਲ ਇੱਥੇ ਜ਼ਰੂਰ ਕਹਿਣਾ ਚਾਹੁੰਦਾ, ਇਹ ਜਿਹੜੀਆਂ ਬੀਬੀਆਂ ਨੇ ਨਾ ਸਿੱਖ ਰਿਲੀਫ ਦੀਆਂ, ਅਸੀਂ ਚਾਹੇ ਜੋ ਮਰਜ਼ੀ ਕਰ ਲਈਏ, ਸਭ ਤੋਂ ਵੱਡੀ ਚਪੇੜ ਜੇ ਹਿੰਦੁਸਤਾਨ ਦੀ ਸਰਕਾਰ ਦੇ ਮੂੰਹ ਤੇ ਕਿਸੇ ਨੇ ਮਾਰੀ ਹੈ ਤੇ ਬੀਬੀਆਂ ਨੇ ਮਾਰੀ। ਕਿਉਂਕਿ ਤੁਸੀਂ ਵੇਖੋ ਹਜ਼ਾਰਾਂ ਕਰੋੜ ਉਹਨਾਂ ਨੇ ਲਗਾ ਦਿੱਤੇ ਸਾਨੂੰ ਸਿੱਖਾਂ ਨੂੰ ਅੱਤਵਾਦੀ ਵਰਲਡ ਵਾਈਡ ਕਰਾਰ ਕਰਨ ਲਈ, ਤੇ ਸਿੱਖ ਬੀਬੀਆਂ ਬਾਹਰ ਉੱਠੀਆਂ ਕਹਿੰਦੇ ਵੀ ਤੁਸੀਂ ਇਹਨਾਂ ਨੂੰ ਅੱਤਵਾਦੀ ਕਹਿੰਦੇ ਹੋ, ਨਹੀਂ ਇਹ ਸਾਡੇ ਭਰਾ ਨੇ, ਇਹ ਸਾਡੇ ਵੀਰ ਨੇ, ਇਹ ਸਾਡੇ ਪਿਓਾਂ ਵਰਗੇ ਨੇ, ਇਹ ਸਾਡੇ ਪੁੱਤਰਾਂ ਵਰਗੇ ਨੇ, ਅਸੀਂ ਇਹਨਾਂ ਦੀ ਬਾਂਹ ਫੜਾਂਗੇ, ਤੁਸੀਂ ਜੋ ਕਰਨਾ ਕਰੋ। ਮਨਪ੍ਰੀਤ ਜੀ ਤੁਸੀਂ ਗੱਲ ਕੀਤੀ, ਮੈਂ ਹੁਣ ਮੈਂ ਭੈਣ ਸੁਰਿੰਦਰ ਕੌਰ ਕੋਲ ਆਊਂਗਾ, ਕਿਉਂਕਿ ਬਿਲਕੁਲ ਤੁਸੀਂ ਗੱਲ ਦਰੁਸ਼ਟ ਕੀਤੀ। ਔਰ ਮੈਂ ਭੈਣ ਜੀ ਦੇ ਬਾਰੇ ਵੀ ਦੱਸਦਾ ਵੀ ਇਹ ਵੀ ਇਹਨਾਂ ਦੇ ਪਤੀ ਵੀ ਸ਼ਹੀਦ, ਇਹਨਾਂ ਦੇ ਬ੍ਰਦਰ ਸ਼ਹੀਦ ਸੀਗੇ, ਕਿਸੇ ਦਾ ਕੋਈ ਪਤੀ, ਕਿਸੇ ਦਾ ਕੋਈ ਭਰਾ, ਕਿਸੇ ਦੀ ਕੋਈ, ਇਹਨਾਂ ਦੇ ਬ੍ਰਦਰ ਵੀ ਸ਼ਹੀਦ ਹੋਏ ਆ, ਔਰ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਆ। ਤਾਂ ਭੈਣ ਜੀ ਤੁਸੀਂ ਵੀ ਥੋੜ੍ਹਾ ਜਿਹਾ ਆਪਣੇ ਬਲਬਲੇ ਸ਼ੇਅਰ ਕਰੋ ਵੀ ਤੁਹਾਨੂੰ ਅੰਦਰੋਂ ਇਹ ਇੰਸਪੀਰੇਸ਼ਨ ਕਿੱਦਾਂ ਮਿਲਦੀ, ਤੁਹਾਨੂੰ ਤਾਕਤ ਕਿੱਥੋਂ ਮਿਲਦੀ ਆ, ਔਰ ਤੁਸੀਂ ਇਹ ਸਿੱਖ ਰਿਲੀਫ ਦੇ ਬਾਰੇ ਵੀ ਕੀ ਕਹਿਣਾ ਚਾਹੋਗੇ? ਹਾਂਜੀ, ਪਹਿਲੀ ਗੱਲ ਤੇ ਜਿਹੜੀ ਸਾਨੂੰ ਤਾਕਤ ਮਿਲਦੀ ਉਹ ਤੇ ਸਾਨੂੰ ਆਪਣੇ ਗੁਰੂ ਕੋਲੋਂ ਹੀ ਮਿਲਦੀ ਆ। ਤੇ ਦੂਸਰੀ ਗੱਲ ਜਿੱਥੋਂ ਸਾਨੂੰ ਦੂਸਰੇ ਦੀ ਮਦਦ ਕਰਨ ਦਾ ਸਾਨੂੰ ਹੌਸਲਾ ਮਿਲਦਾ ਆ ਕਿ ਕਹਿੰਦੇ ਨੇ ਜਵੇ ਬਾਣ ਲੱਗ ਗਿਓ ਤਵੇ ਰੋਸ ਜਾਗਿਓ, ਤੇ ਇਹਨਾਂ ਦੇ ਥਰੂ ਜਦੋਂ ਅਸੀਂ ਆਪਣੇ ਪਰਿਵਾਰ ਵੱਲ ਦੇਖਦੇ ਹਾਂ ਤੇ ਮੈਂ ਹਮੇਸ਼ਾ ਇਹ ਕਹਿੰਦੀ ਹਾਂ ਕਿ ਉਹ ਵੀ ਸਾਡੇ ਪਰਿਵਾਰ ਨੇ, ਉਹ ਵੀ ਸਾਡੇ ਬੱਚੇ ਨੇ। ਹੁਣ ਸਾਡੇ ਬੱਚੇ ਠੰਡ ਲੱਗਦੀ ਆ, ਗਰਮੀ ਲੱਗਦੀ ਆ, ਬੜੇ ਸੋਹਣੇ ਬੈਠੇ ਆ, ਖਾਣਾ ਪੀਣਾ ਉਹਨਾਂ ਨੂੰ ਸਭ ਕੁਛ ਮਿਲਦਾ ਆ, ਤੇ ਉਹਨਾਂ ਬੱਚਿਆਂ ਵੱਲ ਦੇਖੀਏ ਤੇ ਜਿਹਨਾਂ ਕੋਲ ਘਰ ਵੀ ਨਹੀਂ। ਜਿਸ ਤਰ੍ਹਾਂ ਅਸੀਂ ਪਿਛਲੇ ਸਾਲ ਮੈਂ ਤੇ ਮੇਰੀ ਫਰੈਂਡ ਅਸੀਂ ਦੋਨੋਂ ਗਈਆਂ ਸੀ ਮੈਂ ਤੇ ਜਸ, ਤੇ ਅਸੀਂ ਉਹਨਾਂ ਪਰਿਵਾਰਾਂ ਨੂੰ ਮਿਲ ਕੇ ਆਏ ਔਰ ਅਸੀਂ ਉਹਨਾਂ ਦੇ ਭਾਈ ਬਾਜ ਸਿੰਘ ਉਹਨਾਂ ਦੇ ਘਰ ਗਏ, ਔਰ ਜਦੋਂ ਵੀ ਅਸੀਂ ਉੱਥੇ ਬੈਠੇ ਵੀ ਸੀਗੇ ਅਸੀਂ ਤੇ ਇਸ ਤਰ੍ਹਾਂ ਉਹਨਾਂ ਨੂੰ ਘੁੱਟਣ ਉਹਨਾਂ ਨੂੰ ਮਹਿਸੂਸ ਹੋ ਰਹੀ ਸੀ ਕਿ ਪਤਾ ਨਹੀਂ ਹੁਣ ਵੀ ਪੁਲਿਸ ਆ ਜਾਊਗੀ, ਪਤਾ ਨਹੀਂ ਹੁਣ ਵੀ ਪੁਲਿਸ ਆ ਜਾਊਗੀ। ਇਹੀ ਗੱਲ ਮੈਂ ਆਪਣੇ ਤੇ ਵੀ ਸੋਚਦੀ ਹਾਂ ਕਿ ਜਦੋਂ ਸਾਡਾ ਪਰਿਵਾਰ ਇੰਡੀਆ ਦੇ ਵਿੱਚ ਸੀ ਔਰ ਉਸ ਟਾਈਮ ਉਹਨਾਂ 'ਤੇ ਕਿਸ ਤਰ੍ਹਾਂ ਬੀਤੀ ਸੀ, ਤੇ ਜਦੋਂ ਭਰਾ ਨੂੰ ਉੱਥੇ ਲੈ ਕੇ ਉਹਦਾ ਕਾਊਂਟਰ ਕੀਤਾ, ਉਹਨਾਂ ਨੂੰ ਮਾਰਿਆ, ਈਵਨ ਉਹਨਾਂ ਦੀ ਬੋਡੀ ਵੀ ਨਹੀਂ ਸੀ ਦਿੱਤੀ, ਇੱਕ ਨਹੀਂ ਸਾਡੀ ਫੈਮਿਲੀ ਦੇ ਵਿੱਚੋਂ 3-4 ਜਾਣੇ ਇਸ ਤਰ੍ਹਾਂ ਹੋਇਆ, ਈਵਨ ਮੇਰੇ ਮਾਮੇ ਦੇ ਮੁੰਡੇ ਵੀ। ਤੇ ਉਹਨਾਂ ਦਾ ਜਦੋਂ ਤੁਸੀਂ ਦੁੱਖ ਦੇਖਦੇ ਆ ਤੇ ਅਸੀਂ ਇਹ ਚੀਜ਼ ਸੋਚਦੇ ਹਾਂ ਕਿ ਇਸ ਤਰ੍ਹਾਂ ਕਿਉਂ ਹੋ ਰਿਹਾ, ਅੱਤਵਾਦੀ ਬਣਾਉਣ ਦੇ ਵਿੱਚ ਕੀ ਆ, ਤੇ ਉਹ ਜਿਹੜਾ ਸਾਨੂੰ ਰੋਸ ਜਾਗਦਾ ਬਹੁਤ ਰੋਸ ਜਾਗਦਾ। ਤੇ ਬਾਕੀ ਰਹੀ ਗੱਲ ਆਪਣੀ ਸਿੱਖ ਰਿਲੀਫ ਦੀ, ਇਹ ਜਦੋਂ ਭਾਜੀ ਹੁਣਾਂ ਦਾ ਅਸੀਂ ਸਿੱਖ ਰਿਲੀਫ ਦਾ ਮਨਜੀਤ ਹੁਣੀ ਪਹਿਲਾਂ ਜੁਆਇਨ ਹੋਏ,
ਇਹਨਾਂ ਦੇ ਨਾਲ ਅਸੀਂ ਦੇਖਿਆ ਵੀ ਹਾਂ ਵਧੀਆ ਚੈਰਿਟੀ ਕਰ ਰਹੇ ਹਾਂ ਤੇ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ 1984 ਤੋਂ ਬਾਅਦ ਆਪਾਂ ਗੱਲ ਕੀਤੀ ਆ ਕਿ ਇੰਨੀਆਂ ਫੰਡਿੰਗ ਹੋਈ ਸੀ ਕਿਸੇ ਦਾ ਕੁਛ ਹੋਇਆ ਕਿਸੇ ਦਾ ਨਹੀਂ ਹੋਇਆ ਕੁਛ ਨਹੀਂ ਪਤਾ ਲੱਗਾ ਬਿਲਕੁਲ ਜੀ ਸੋ ਲੀਸਟ ਇਹ ਜਿਹੜਾ ਹੁਣ ਅਸੀਂ ਆਪਣੇ ਜਿਹੜੇ ਵੀ ਕਾਰਜ ਇਹ ਖੁਦ ਮਹਾਰਾਜ ਸਾਡੇ ਹੱਥੋਂ ਆਪ ਕਰਵਾ ਰਿਹਾ ਤੇ ਉਹਨਾਂ ਸੰਗਤਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜਿਹੜਾ ਸਾਨੂੰ ਸਾਥ ਦੇ ਰਹੇ ਆ ਤੇ ਅਸੀਂ ਉਹਨਾਂ ਲਈ ਕਰ ਰਹੇ ਹਾਂ ਬਿਲਕੁਲ ਸਾਡੀ ਕਮਿਟਮੈਂਟ ਹੋਈ ਹੋਈ ਆ ਕਿ ਅਸੀਂ ਸਿੱਖ ਰਿਲੀਫ ਦੇ ਨਾਲ ਰਹਿਣਾ ਤੇ ਰਹਿਣਾ ਸਾਡੇ ਘਰ ਪਾਵਾਂ ਜਿੱਥੇ ਮਰਜ਼ੀ ਚੱਲ ਜਾਣ ਸਾਨੂੰ ਉਹਨਾਂ ਦਾ ਨਹੀਂ ਹੈਗਾ ਸਾਨੂੰ ਬੱਚਿਆਂ ਦਾ ਨਹੀਂ ਸਾਨੂੰ ਉਹਨਾਂ ਬੱਚਿਆਂ ਦਾ ਆ ਕਿ ਅਸੀਂ ਪਹਿਲਾਂ ਅਸੀਂ ਆਪਣੇ ਉਹ ਭਰਾ ਦੇਖੀਏ ਅਸੀਂ ਆਪਣੇ ਵੀਰੇ ਦੇਖੀਏ ਜਿਹੜੇ ਦੇਸ਼ ਕੌਮ ਲਈ ਆਪਣੀਆਂ ਸ਼ਹੀਦੀਆਂ ਪਾ ਗਏ ਨੇ ਔਰ ਪਾ ਰਹੇ ਨੇ ਬਿਲਕੁਲ ਜੋ ਜਿਹਨੇ ਗੱਲ ਕਹੀ ਆ ਵੀ ਕਿਉਂਕਿ ਹਰੇਕ ਚਾਹੁੰਦਾ ਵੀ ਅਸੀਂ ਐਸ਼ਾ ਕਰੀਏ ਬਿਲਕੁਲ ਵੈਸਟ ਦੇ ਵਿੱਚ ਸਾਨੂੰ ਬਹੁਤ ਓਪਰਚੁਨਿਟੀਜ਼ ਆ ਪਰ ਇਹ ਕਮਿਟਮੈਂਟ ਦੇਣ ਵਾਸਤੇ ਤਾਂ ਤੁਹਾਨੂੰ ਬਹੁਤ ਕੁਛ ਤਿਆਗਣਾ ਵੀ ਪੈਂਦਾ ਤਾਂ ਇਹਨਾਂ ਦਾ ਧੰਨਵਾਦ ਸਾਡੇ ਨਾਲ ਫੋਨ 'ਤੇ ਫੌਜੀ ਸਾਹਿਬ ਜੁੜੇ ਆ ਰਿਸ਼ਪਾਲ ਸਿੰਘ ਫੌਜੀ ਸੋ ਆਪ ਅੱਛਾ ਉਹ ਡ੍ਰੌਪ ਹੋ ਗਈ ਆਪਾਂ ਮੁੜ ਕੇ ਉਹਨਾਂ ਲੈ ਲਉਂਗੇ ਜਸ ਮੈਂ ਤੁਹਾਡੇ ਵੱਲ ਆਉਂਦੀ ਹਾਂ ਤੁਸੀਂ ਦੱਸੋ ਥੋੜ੍ਹਾ ਜਿਹਾ ਤੁਸੀਂ ਕਿੱਦਾਂ ਜੁਆਇਨ ਕੀਤਾ ਸੀ ਸਿੱਖ ਰਿਲੀਫ ਬਾਰੇ ਦੱਸੋ I got into a bit of trouble, I sorted the trouble out, and I won my case. I'm very proud to say that I did win my case, and I was looking for something to do, some seva that I could do to support the fact that I did win my case. And we, Sikh Relief, had a skydive going on. Oh yes, wow. I remember that, yes. Unfortunately, I couldn't do the skydive due to health reasons, and so my daughter, who I'm very, very proud of, she's 15 at the time, she says, Mom, I know you want to do this, but you can't do it, can I do it for you? Wow. Yeah, so at the time, she's only 15. Mm-hmm. She did the skydive for me. We raised a lot of money. Wow. So inspired her as yeah, well? Yeah, she did. Yeah, did. Get involved. Yeah, we did the skydive, and ever since then, I've not looked back. Wow. It's been about 5 years now. Mm-hmm. So yeah, that's fantastic. Made a fantastic family, especially my friend here, Surinder. Yeah. Recently, ਮੈਂ ਤੁਹਾਡੇ ਤੋਂ ਵਾਪਸ ਆਉਣਾ ਜਿਹੜੇ ਆਪਣੇ ਨਾ ਵਾਲੰਟੀਅਰਸ ਆ ਇੰਡੀਆ ਵਿੱਚ ਜੀ ਉਹਨਾਂ ਦੇ ਡੇਂਜਰਸ ਕੀ ਆ ਵਿਲੇਜ ਵਿੱਚ ਦੱਸੋ ਥੋੜਾ ਜਿਹਾ ਡੇਂਜਰਸ ਕਿੰਨਾ ਔਖਾ ਉਹਨਾਂ ਨੂੰ ਬਹੁਤ ਔਖਾ ਹੈ ਕਿਉਂਕਿ ਦੇਖੋ ਇੱਕ ਸਿਸਟਮ ਆ ਹਾਂਜੀ ਉਹ ਸਿਸਟਮ ਜਿਹੜੇ ਉਸ ਸਿਸਟਮ ਨੂੰ ਲੜ ਰਹੇ ਆ ਖਿਲਾਫ ਉਹਦੇ ਉਹ ਸਿਸਟਮ ਉਹਨਾਂ ਨੂੰ ਕਿੱਦਾਂ ਚੱਲਦਾ ਆ ਜੀ ਜੀ ਇੱਕ ਤਾਂ ਦੇਖੋ ਉਹਨਾਂ ਨੂੰ ਅੰਦਰ ਕੀਤਾ ਆ ਜਿਹੜੇ ਸਿੰਘ ਆਪਣੇ ਕੌਮ ਦੀ ਖਾਤਰ ਉਸ ਸਿਸਟਮ ਦੇ ਅਗੇਂਸਟ ਲੜ ਰਹੇ ਨੇ ਉਹਨਾਂ ਨੂੰ ਜਾਂ ਉਹ ਸ਼ਹੀਦ ਕਰਦੇ ਨੇ ਜਾਂ ਫਿਰ ਉਹਨਾਂ ਨੂੰ ਉਹ ਜਿਹੜੀ ਆ ਨਜ਼ਰਬੰਦੀ ਕਰਦੇ ਨੇ ਪਰ ਤੁਸੀਂ ਇਹ ਦੇਖੋ ਵੀ ਜਿਹੜੇ ਉਸ ਸਿਸਟਮ ਦੇ ਖਿਲਾਫ ਲੜ ਰਹੇ ਸਿੰਘ ਨੇ ਉਹਨਾਂ ਦੀ ਜਿਹੜੀ ਪੈਰਵਾਈ ਉਹ ਘੱਟ ਡੇਂਜਰਸ ਨੇ ਉਹਨਾਂ ਲਈ ਉਹ ਸਮਾਂ ਉਹਨਾਂ ਤੋਂ ਵੀ ਖਤਰਨਾਕ ਨੇ ਕਿਉਂਕਿ ਉਹਨਾਂ ਦਾ ਸਾਰਾ ਐਨਰਜੀ ਜ਼ੋਰ ਉਹਨਾਂ ਦਾ ਲੱਗ ਜਾਂਦਾ ਉਹਨਾਂ ਨੂੰ ਫੰਡ ਲਈ ਉਹਨਾਂ 'ਤੇ ਕੇਸ ਚਲਾਉਣ ਲਈ ਉਹਨਾਂ ਨੂੰ ਕੋਈ ਸਜ਼ਾਵਾਂ ਦਵਾਉਣ ਲਈ ਪਰ ਇੱਕ ਉਹ ਸੰਸਥਾ ਆ ਜਾਂਦੀ ਆ ਜਿਹੜੀ ਕਹਿੰਦੀ ਨਹੀਂ ਅਸੀਂ ਇਹਨਾਂ ਨੂੰ ਛੁਡਾ ਕੇ ਆਪਣੇ ਪਰਿਵਾਰਾਂ 'ਚ ਇਹਨਾਂ ਨੂੰ ਨਿਰਦੋਸ਼ ਸਿੱਧ ਕਰਕੇ ਆਪਾਂ ਨੂੰ ਪਰਿਵਾਰਾਂ 'ਚ ਭੇਜਣਾ ਵਾਪਸ ਭੇਜਾਂਗੇ ਉਹ ਕਿੱਦਾਂ ਬਰਦਾਸ਼ਤ ਕਰਨਗੇ ਸੋ ਜਿਹੜੇ ਉੱਥੇ ਦੇ ਸਾਡੇ ਸੇਵਾਦਾਰ ਨੇ ਜਿਹੜੇ ਪੰਜਾਬ ਦੀ ਧਰਤੀ ਦੇ ਉੱਤੇ ਭਾਵਾਂ ਉਹ ਸਾਡੇ ਸਿਆਸੀ ਬੰਦਿਆਂ ਦੀ ਪੈਰਵਾਈ ਕਰ ਰਹੇ ਨੇ ਕੋਰਟਾਂ ਕਚਹਿਰੀਆਂ 'ਚ ਜਾਂਦੇ ਨੇ ਭਾਵਾਂ ਜੇਲ੍ਹਾਂ 'ਚ ਜਾਂਦੇ ਨੇ ਭਾਵਾਂ ਪਰਿਵਾਰਾਂ 'ਚ ਜਾਂਦੇ ਨੇ ਉਹ ਇੱਕ ਬਹੁਤ ਵੱਡਾ ਖਤਰਾ ਆਪਣੇ ਨਾਲ ਲੈ ਕੇ ਚੱਲਦੇ ਨੇ ਉਹਨਾਂ ਨੂੰ ਕੁਛ ਵੀ ਹੋ ਸਕਦਾ ਆ ਭਾਵਾਂ ਕਿਸੇ ਪਰਿਵਾਰ ਕੋਈ ਸੇਵਾ ਹੀ ਦੇਣ ਗਏ ਬੱਚੇ ਦੀ ਪੜ੍ਹਾਈ ਲਈ ਪੈਸੇ ਦੇਣ ਗਏ ਪਰ ਉਹਨਾਂ ਨੇ ਘਰ ਮੁੜਨਾ ਕਿ ਨਹੀਂ ਮੁੜਨਾ ਭਾਵਾਂ ਉਹ ਕਿਸੇ ਕੋਰਟ ਕਚਹਿਰੀ 'ਚ ਕਿਸੇ ਦੀ ਸਿੰਘ ਦੀ ਤਰੀਕ ਭੁਗਤਣ ਗਏ ਆ ਉਹਨਾਂ ਦਾ ਕੋਈ ਪਤਾ ਨਹੀਂ ਰਾਹ 'ਚ ਕੋਈ ਐਕਸੀਡੈਂਟ ਕਰਾ ਕੇ ਉਹਨਾਂ ਦਾ ਕੋਈ ਇੱਦਾਂ ਦਾ ਹਾਦਸਾ ਕਰ ਸਕਦੇ ਨੇ ਖਾਸ ਕਰਕੇ ਜਦੋਂ ਉਹ ਵੀ ਫਿਰ ਜਿਗਰੇ ਵਾਲੇ ਆ ਜਿਹੜੀ ਸੇਵਾ ਕਰ ਰਹੇ ਆ ਦੇਖੋ ਜੀ ਉਹ ਉਹਨਾਂ ਦੀ ਸਭ ਤੋਂ ਜ਼ਿਆਦਾ ਇੱਥੇ ਨਾਲੋਂ ਤੁਸੀਂ ਸੋਚਿਆ ਜਾਓ ਦੇਖੋ ਜੀ ਪੈਸਾ ਦੇਣਾ ਤਾਂ ਸੌਖਾ ਜਾਂ ਕੰਮ ਔਖਾ ਕੰਮ ਤਾਂ ਇਹ ਸੀ ਭਾਈ ਸਾਹਿਬ ਉਹਨਾਂ ਨੂੰ ਗੱਲ ਸੁਣੋ ਇਹ ਜਿਹੜੇ ਨਾ ਹੁਣ ਜਿੱਦਾਂ ਭਾਈ ਗੁਰਚਰਨ ਸਿੰਘ ਨੇ ਭਾਈ ਹਵਾਰਾ ਦੀ ਜਿਹੜੀ ਪੈਰਵਾਈ ਕਰਦੇ ਆ ਜੀ ਉਹਨਾਂ 'ਤੇ ਜਿਹੜੀ ਬੀਤੀ ਆ ਉਹ ਸਾਰੀ ਕਹਾਣੀ ਦਾ ਮੈਨੂੰ ਪਤਾ ਚਲੋ ਇਹ ਤਾਂ ਹੈ ਜੇ ਖਾੜਕੂ ਸਿੰਘ ਦੀ ਤੁਸੀਂ ਕੋਈ ਕਿਸੇ ਦੀ ਕੇਸ ਦੀ ਪੈਰਵਾਈ ਕਰਦੇ ਆ ਦੈਨ ਯੂ ਵਿਲ ਬੀ ਇਨ ਟ੍ਰਬਲ ਪਰ ਉੱਦਾਂ ਵੀ ਜਿਹੜਾ ਪੰਜਾਬ ਦਾ ਸਿਸਟਮ ਆ ਜੇ ਵੈਸੇ ਚੈਰਿਟੀ ਵਾਸਤੇ ਕੰਮ ਕਰਨਾ ਹੋਵੇ ਜਦੋਂ ਨਾ ਪਾਲਾ ਸਿੰਘ ਉਹਨਾਂ ਦੇ ਨਾਲ ਅਸੀਂ ਗਏ ਹਾਂ ਤਾਂ ਉਹ ਇੱਕ ਸਾਡਾ ਮੁੰਡਾ ਪੱਕਾ ਹੀ ਹੁੰਦਾ ਸੀ ਨਾਲ ਮਤਲਬ ਵਾਲੰਟਰੀ ਸੇਵਾ ਕਰਦਾ 20 ਸਾਲ ਦਾ ਹਰਮਿੰਦਰ ਪਿੰਡ ਘੋੜੇਵਾਹ ਪਿੰਡ ਆ ਇੱਥੇ ਭਾਜੀ ਸੁਖਵੀਰ ਸਿੰਘ ਚੰਗੇ ਮੰਨੇ ਪਰਮੰਨੇ ਕੀਰਤਨੀ ਜਥੇ ਦੇ ਤੇ ਉਹ ਚਲਾਉਂਦਾ ਹੁੰਦਾ ਸੀ ਹੁਣ ਅਸੀਂ ਅੱਧੀ ਰਾਤ ਨੂੰ ਮੁੜਨਾ ਸਿਆਲੂ ਦਿਨ ਧੁੰਦ ਪਈ ਹੁੰਦੀ ਕੁਛ ਨਹੀਂ ਦਿਸਦਾ ਬਿਲਕੁਲ ਨਹੀਂ ਦਿਸਦਾ ਹੁੰਦਾ ਕੁਛ ਵੈਸੇ ਹੀ ਰਿਸਕ ਬਹੁਤ ਹੈ ਜੀ ਮੈਂ ਉਹਨੂੰ ਕਹਿਣਾ ਵੀ ਹਰਮਿੰਦਰ ਮੈਂ ਉਹੀ ਗੱਲ ਹੋਈ ਇੱਕ ਵਾਰੀ ਕਿਤੇ ਅਨੰਦਪੁਰ ਸਾਹਿਬ ਨੂੰ ਜਾਂਦੇ ਸੀ ਮੁੰਡੇ ਅਨੰਦਪੁਰ ਸਾਹਿਬ ਨੂੰ ਮੋਟਰਸਾਈਕਲ ਤੇ ਉਹ ਐਕਸੀਡੈਂਟ ਹੋ ਗਿਆ ਚੜਾਈ ਕਰ ਗਿਆ ਮੁੰਡਾ ਇੱਕ ਪਾਸੇ ਕਾਨੂੰਨ ਇੱਕ ਪਾਸੇ ਪੁਲਿਸ ਇੱਕ ਪਾਸੇ ਜੁਡੀਸ਼ਰੀ
ਦੂਜੇ ਪਾਸੇ ਵੈਸੇ ਹੀ ਜਿਹੜਾ ਸਿਸਟਮ ਹੈਗਾ ਉੱਥੇ ਟ੍ਰੈਫਿਕ ਸਿਸਟਮ ਲਾ ਲਓ, ਖਾਸ ਕਰਕੇ ਰਾਤਾਂ ਨੂੰ ਮੇਰਾ ਖਿਆਲ ਜਿਹੜੇ ਤੁਹਾਡੇ ਸੇਵਾਦਾਰ ਬਹੁਤਾ ਰਾਤਾਂ ਨੂੰ ਜਾਣਾ ਪਊਗਾ ਕਿਉਂਕਿ ਉੱਥੇ ਨਾਕੇ ਲੱਗੇ ਹੁੰਦੇ ਆ, ਪਿੰਡ ਇੱਦਾਂ ਦੇ ਨੇ ਜਿੱਥੇ ਉਹ ਕੋਈ ਟਰਾਂਸਪੋਰਟ ਨਹੀਂ ਜਾਂਦੇ ਹੁੰਦਾ ਹੀ ਨਹੀਂ, ਉੱਥੇ ਕਈ ਵਾਰੀ ਤੁਰ ਕੇ ਜਾਣਾ ਪੈਂਦਾ ਜਾਂ ਕੋਈ ਸਕੂਟਰ ਜਾਂ ਕੋਈ ਹਲਕਾ ਜਿਹਾ ਉੱਥੇ ਵਹੀਕਲ ਕਰਨਾ ਪੈਂਦਾ ਤੁਹਾਨੂੰ, ਅਤੇ ਕਈ ਵਾਰੀ ਮੁੜਨਾ ਬੜਾ ਔਖਾ ਹੁੰਦਾ, ਟਾਈਮ ਸਿਰ ਤੁਹਾਨੂੰ ਪਿੰਡ ਆਪਣੇ ਬਹੁਤ ਦੂਰ ਤੱਕ ਜਾਂਦੇ ਨੇ ਸਿੰਘ, ਅਤੇ ਕਈ ਵਾਰੀ ਉੱਥੇ ਗੁਰਦੁਆਰਿਆਂ 'ਚ ਸਾਡੇ ਸੇਵਾਦਾਰਾਂ ਨੂੰ ਰਾਤ ਕਿਸੇ ਵਾਰੀ ਬੱਸ ਸਟੈਂਡਾਂ 'ਤੇ ਸੌਣਾ ਪੈਂਦਾ, ਕਿਸੇ ਟ੍ਰੇਨਾਂ 'ਚ ਸੌਣਾ ਪੈਂਦਾ, ਬਹੁਤ ਔਖਾ ਆ। ਇੱਕ ਮੈਂ ਜ਼ਰੂਰ ਹਾਈਲਾਈਟ ਕਰਨਾ ਚਾਹੁੰਦਾ ਗੱਲ ਵੀ, ਖਾਸ ਕਰਕੇ ਜਦੋਂ ਆਊਟ ਆਫ ਪੰਜਾਬ ਜਾਂਦੇ ਨੇ ਸਾਡੇ, ਜਿੱਦਾਂ ਗੁਰਦੀਪ ਸਿੰਘ ਖਹਿਰਾ ਮਹਾਰਾਸ਼ਟਰ 'ਚ ਸੀ, ਬਿਲਕੁਲ ਉਹ ਮਹਾਰਾਸ਼ਟਰ ਨੂੰ ਜਾਣਾ ਤੁਹਾਨੂੰ ਘੱਟ ਤੋਂ ਘੱਟ 10-15 ਦਿਨ ਚਾਹੀਦੇ ਆ ਹਾਂਜੀ ਆਉਣ ਜਾਣ ਲਈ, ਉੱਥੇ ਫਿਰ ਕੰਮ ਵੀ ਕਰਨਾ, ਉੱਥੇ ਦੀ ਇੱਕ ਜ਼ਬਾਨ ਵੀ ਵੱਖਰੀ ਆ, ਉੱਥੇ ਲੋਕਾਂ ਦਾ ਕਲਚਰ ਵੀ ਵੱਖਰਾ ਆ। ਤੁਸੀਂ ਦੇਖੋ ਉਸ ਇਲਾਕੇ ਦੇ ਵਿੱਚ ਕਦੇ ਰਾਜਸਥਾਨ 'ਚ, ਕਦੇ ਮਹਾਰਾਸ਼ਟਰ 'ਚ, ਕਦੇ ਯੂਪੀ 'ਚ, ਸਾਰੇ ਬਣੇ ਸਿੰਘ ਜੇਲ੍ਹਾਂ 'ਚ ਬੈਠੇ ਨੇ, ਤਾਂ ਉੱਥੇ ਦੀਆਂ ਤੁਸੀਂ ਜਾ ਕੇ ਜਦੋਂ ਉੱਥੇ ਵਿਚਰਦੇ ਆ, ਤੁਹਾਡੇ ਉਹ ਸੇਵਾਦਾਰ ਲਈ ਕਿੰਨਾ ਖਤਰਾ ਆ, ਬਹੁਤ ਹਾਂਜੀ, ਉੱਥੇ ਦੇ ਲੋਕਾਂ ਦਾ ਮਾਇੰਡ ਸੈੱਟ ਕਿਹੋ ਜਿਹਾ ਆ, ਉਹ ਤੁਹਾਨੂੰ ਕਿੱਦਾਂ ਟ੍ਰੀਟ ਕਰਦੇ ਆ, ਯਾਨੀ ਕਿ ਦੂਸਰੀ ਗੱਲ ਵੀ ਜਿੰਨਾ ਚਿਰ ਸੇਵਾ ਕਰਦੇ ਨੂੰ ਹੋ ਗਿਆ 2008 ਤੋਂ ਲੈ ਕੇ ਹੁਣ ਇਹ ਚੈਰਿਟੀ ਲੀਗਲੀ ਇਸਟੈਬਲਿਸ਼ ਹੋਈ ਆ, ਮੇਰੇ ਖਿਆਲ ਜੇ ਤੁਸੀਂ ਸਾਡੇ ਸੇਵਾਦਾਰ ਨੂੰ ਹਿਸਟਰੀ ਚਾਰਟ ਦੇਖੋਗੇ ਤਾਂ ਤੁਹਾਨੂੰ ਇਹ ਦਿਸੇਗਾ ਵੀ ਹਰ ਹਫ਼ਤੇ ਹਰ ਮਹੀਨੇ ਉਹਨਾਂ ਨੂੰ ਕਿਸੇ ਨਾ ਕਿਸੇ ਥਾਣੇ 'ਚ ਬੈਠੇ ਹੁੰਦੇ ਨੇ, ਜਾਂ ਕਿਤੇ ਉਹ ਇੰਟੈਲੀਜੈਂਸ ਸਰਵਿਸ ਵਾਲੇ ਉਹਨਾਂ ਨੂੰ ਇੰਟੈਰੋਗੇਟ ਕਰ ਰਹੇ ਹੁੰਦੇ ਨੇ ਇਹ ਸਵਾਲ ਜਵਾਬ। ਸੋ ਇਹ ਪਰ ਕਿਉਂਕਿ ਉਹ ਇਸ ਮਾਇੰਡ ਸੈੱਟ ਦੇ ਨੇ, ਇਸ ਕਰਕੇ ਉਹਨਾਂ ਨੂੰ ਇਸ ਪ੍ਰੋਜੈਕਟਾਂ ਦੀ ਇੰਪੋਰਟੈਂਸ ਦਾ ਪਤਾ, ਜਿਸ ਕਰਕੇ ਪਿੱਛੇ ਨਹੀਂ ਹਟ ਰਹੇ। ਸੋ ਆਪਾਂ 2-3 ਕੁ ਮਿੰਟ ਰਹਿੰਦੇ ਬ੍ਰੇਕ ਵੱਲ ਜਾਣਾ, ਆਪਾਂ ਬਾਅਦ 'ਚ ਆਡੀਅੰਸ ਤੋਂ ਬ੍ਰੇਕ ਤੋਂ ਬਾਅਦ ਆਉਂਗੇ। ਵਿਚਰ ਸਿੰਘ ਗੁਰਮੁਖ ਸੁਖੀ, there's lots of challenges, yes, yeah, lots of hope as well, because ek mai dekhi jithe challenge da hega mera, how many kinniyan nu tusi chitaya, you know, 200 plus 200 aur Gurdeep Singh Khere di gal ki ਤਾਂ ਕਿ ਮਹਾਰਾਸ਼ਟਰ ਦੇ ਵਿੱਚ ਗੱਲਦੇ ਸੀ ਉਹਨੇ ਲਾਈਫ। ਦੇਖੋ ਜੀ ਉੱਥੇ ਨਾ ਜੇ ਪਿੱਛੇ ਜਾਓ ਸਾਲ ਵਿੱਚ ਜਗਮੋਹਨ ਸਿੰਘ ਨੂੰ ਰਾਜਸਥਾਨ ਚ ਦੇਖੋ, ਉੱਥੇ ਨਾ ਤਾਂ ਰਿਸ਼ਤੇਦਾਰ ਕੋਈ ਕਿਸੇ ਨੇ, ਕਿੰਨੇ ਫਾਰ ਇਅਰਸ ਨੋਬਡੀ ਵਾਸ ਏਬਲ ਟੂ ਕਮ ਵਿਜ਼ਿਟ ਦੇਮ। ਸਭ ਤੋਂ ਵੱਡੀ ਗੱਲ ਨਾ, ਸਾਨੂੰ ਸੁਖੀ ਨੂੰ ਪਤਾ ਹੈ ਗੱਲ ਕੋਈ ਬਹੁਤ ਇਨਵੋਲਵ ਰਹੀ ਹੈ ਕਰਕੇ, ਜੇ ਨਾ ਤੁਸੀਂ ਇੱਕ ਪ੍ਰਿਜ਼ਨ ਨੂੰ ਇੱਕ ਹੋਰ ਲਿਖੋਗੇ ਨਾ ਕਿਦਾਂ ਨਾਲ ਲਿਖ, ਹੁਣ ਮਹਾਰਾਸ਼ਟਰ 'ਚ ਬੰਦਾ ਬੈਠਾ ਆ, ਨਾ ਉਹਨੂੰ ਤੁਹਾਡੇ ਪੰਜਾਬ ਦੇ ਸੰਘਰਸ਼ ਬਾਰੇ ਪਤਾ, ਨਾ ਤੁਹਾਡੀ ਉਹਦੀ ਤੁਹਾਡੇ ਲੋੜਾਂ ਦਾ ਪਤਾ, ਧਰਮ ਪਰਿਵਰਤਨ ਤੱਕ ਮੇਰਾ ਖਿਆਲ ਉਹਨਾਂ ਨੂੰ ਹਿੰਦੁਸਤਾਨੀਆਂ ਨੂੰ ਇੱਕ ਗੱਲ ਸਿਖਾਈ ਜਾਂਦੀ ਆ, ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ, ਤੇ ਸਾਰੀ ਦੁਨੀਆ ਨਾਲ ਸਾਡਾ ਹਿੰਦੁਸਤਾਨ ਵਧੀਆ ਆ, ਭਾਵਾਂ ਉਹ ਇੱਕ ਨਾਗਰਿਕ ਇੱਕ ਸਿਟੀਜ਼ਨ ਉੱਥੇ ਇੰਡੀਆ ਦਾ ਭਾਵਾਂ ਕੁਛ ਵੀ ਕਰਦਾ ਹੋਵੇ, ਪਰ ਉਹਨੂੰ ਸਕੂਲ ਤੋਂ ਲੈ ਕੇ ਜ਼ਿੰਦਗੀ ਵਿੱਚ ਇਹ ਸਿਖਾਇਆ ਜਾਂਦਾ, ਈਵਨ ਜੇਲ੍ਹ 'ਚ ਵੀ ਇਹ ਗਾਣਾ ਲਾਇਆ ਜਾਂਦਾ ਐਵਰੀ ਮੋਰਨਿੰਗ ਐਂਡ ਈਵਨਿੰਗ, ਵੀ ਸਾਰ ਤੋਂ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ ਹਮ ਗੁਲ, ਯਾਨੀ ਕਿ ਉਹ ਤੁਸੀਂ ਦੇਖੋ ਜਿਸ ਜੇਲ੍ਹ 'ਚ ਰਹਿ ਰਿਹਾ ਆ, ਉਸ ਜੇਲ੍ਹ ਦੇ ਜਿਹੜੇ ਭਾਵਾਂ ਕ੍ਰਿਮੀਨਲ ਨੇ ਪਰ ਉਹ ਹਿੰਦੁਸਤਾਨੀ ਤਾਂ ਹੈਗੇ ਨਾ, ਉਹ ਇੱਕ ਦੇਸ਼ ਦੇ ਵਿਰੁੱਧ ਲੜਾਈ ਲੜਨ ਵਾਲਾ ਉਹ ਕਿੰਨੇ ਖਤਰੇ 'ਚ ਆ ਬੰਦਾ, ਜੇ ਉੱਥੇ ਦੇ ਇਨਮੇਟਸ ਇਕੱਠੇ ਹੋ ਕੇ ਉੱਥੇ ਜੰਪ ਕਰ ਜਾਣ, ਉਹਦਾ ਗਲਾ ਘੁੱਟ ਦੇਣ ਸੁੱਤੇ ਪੈ ਜਾਂਦਾ, ਉਹਨੂੰ ਮਾਰ ਦੇਣ, ਪੇ ਤਾਂ ਹਿੰਦੁਸਤਾਨ ਦੇ ਖਿਲਾਫ ਲੜਾਈ ਲੜਨ ਵਾਲਾ ਮਹਾਰਾਸ਼ਟਰ ਬੈਠਾ, ਸਾਨੂੰ ਕੀ ਪਤਾ ਪੰਜਾਬੀਆਂ ਦਾ। ਸੁਖੀ, ਵੀ ਜਸਟ ਗਾਟ ਅ ਮਿੰਟ ਟੂ ਗੋ ਆਫਟਰ ਬ੍ਰੇਕ, ਵੀ ਵਾਚ ਫਿਲਮਸ ਸਮਟਾਈਮਸ ਡੋਂਟ ਯੂ, ਇਨ ਥੀਸ ਕਾਈਂਡ ਆਫ ਹਾਲੀਵੁੱਡ ਫਿਲਮਸ, ਵੈਨ ਵੀ ਸੀ you know prisoners in Middle Eastern jails or in South American jails, you can't think of bigger horror stories than these. No, we have traumatic. We used to translate a lot of them when they came from and Punjab. You actually been to India as well, yes, seen with their own eyes. We have really good relationship with the sevadars out there, yeah. So I remember we met Parminder out there, and like we all girls got together, we brought him loads of gifts and everything, but he literally had a fleeting visit with us. He was off to Fatehgarh Sahib, then he was off to Anandpur Sahib, then he was off to see Gurdeep Singh Khera. He had very very fleeting moments in time, but translating those stories in those early days was one of the hardest bits of the seva that we ever did. So we did Gurdeep Singh Khera story, and he was one of the, he's been the focus of like, when we have our bad days, when our charity accounts are being frozen or something's happening, I remember translating that story. That's and amazing. Thinking our difficulties and nothing's been compared to. So I just need to finish that off. We have to go to the break now, but up a break, so we'll pick it up from there after the break. ਇੱਕ ਵਾਰ ਫਿਰ ਕਾਲ ਚੰਦ ਕੇ ਦਰਸ਼ਕਾਂ 106 ਦੇਸ਼ਾਂ ਦੇ ਵਿੱਚ ਦੇਖ ਰਹੇ ਸਨ, ਅੱਜ ਦਾ ਸਵਾਗਤ ਹੈਗਾ। ਅੱਜ ਅਸੀਂ ਵਨ ਸ਼ੋ, ਇੱਕ ਵਿਸ਼ੇਸ਼ ਸਪੈਸ਼ਲ ਵਨ ਸ਼ੋ ਹੈ ਜਿਸ 'ਤੇ ਅਸੀਂ ਜੋ ਸਿੱਖ ਕੌਮ ਜਾਂ ਸਾਡੇ ਮੌਜੂਦਾ ਜੋ ਸੰਘਰਸ਼ ਦੇ ਜਿਹਨਾਂ ਪਰਿਵਾਰਾਂ ਨੇ ਯੋਗਦਾਨ ਪਾਇਆ, ਜਿਹਨੇ ਸ਼ਹੀਦੀਆਂ ਪਾਈਆਂ, ਉਹਨਾਂ ਦੇ ਪਰਿਵਾਰ
ਔਰ ਉਹਨਾਂ ਦੀ ਸਾਰ ਵਾਸਤੇ ਚੈਰਿਟੀ ਵਾਸਤੇ ਦੇਖਭਾਲ ਵਾਸਤੇ ਜੋ ਸਿੱਖ ਰਿਲੀਫ ਚੈਰਿਟੀ ਕੁਝ ਸਾਲ ਪਹਿਲਾਂ ਸਥਾਪਿਤ ਹੋਈ ਸੀਗੀ ਜਿਸ ਨੇ ਬਹੁਤ ਜ਼ਿਆਦੀਆਂ ਬੁਲੰਦੀਆਂ ਤੱਕ ਇੱਕ ਇਗਜ਼ਾਮਪਲ ਦਿੱਤੀ ਸਾਨੂੰ 200 ਤੋਂ ਵੱਧ ਕੈਦੀ ਜਿਹੜਾ ਕਿ ਕਈ 20-20 ਸਾਲਾਂ ਤੱਕ ਗਲਦੇ ਸੀ ਜੇਲ੍ਹਾਂ ਦੇ ਵਿੱਚ ਮਹਾਰਾਸ਼ਟਰ ਤੋਂ ਲੈ ਕੇ ਰਾਜਸਥਾਨ ਤੱਕ ਜਿਨ੍ਹਾਂ ਨੇ ਕਿਸੇ ਉਹਨਾਂ ਦੀ ਬਾਤ ਨਹੀਂ ਸੀ ਪੁੱਛੀ ਇੱਥੇ ਤੱਕ ਪਹੁੰਚ ਗਏ ਸੀ ਉਹ ਧਰਮ ਪਰਿਵਰਤਨ ਤੱਕ ਵੀ ਪਹੁੰਚ ਗਏ ਸੀ ਵੀ ਜੇ ਨਹੀਂ ਸਾਡੀ ਕੋਈ ਸਾਰ ਲੈਂਦਾ ਤਾਂ ਫਿਰ ਸਾਨੂੰ ਇੱਥੇ ਆਪਣਾ ਸਿਲਸਿਲਾ ਕਰਨਾ ਪਊਗਾ ਔਰ ਉਹਨਾਂ ਦੀਆਂ ਕਹਾਣੀਆਂ ਉਹਨਾਂ ਦੀ ਸਟੋਰੀ ਸੁਣ ਕੇ ਵੀ ਦਿਲ ਬੜਾ ਪ੍ਰਭਾਵਿਤ ਹੁੰਦਾ ਸਾਡੇ ਨਾਲ ਭਾਈ ਰਸ਼ਪਾਲ ਸਿੰਘ ਫੌਜੀ ਵੀ ਜੁੜੇ ਆ ਜਿਨ੍ਹਾਂ ਨੇ ਇਸ ਚੈਰਿਟੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਔਰ ਸੰਘਰਸ਼ ਦੇ ਵਿੱਚ ਵੀ ਫੌਜੀ ਸਾਹਿਬ ਦਾ ਯੋਗਦਾਨ ਹੈ ਰਸ਼ਪਾਲ ਸਿੰਘ ਜੀ ਫਤਿਹ ਬੁਲਾਉਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਕੀ ਕਹਿਣਾ ਚਾਹੋਗੇ ਇਸ ਦੇ ਬਾਰੇ ਜੋ ਆਪਾਂ ਪ੍ਰੋਗਰਾਮ ਅੱਜ ਕਰ ਰਹੇ ਹਾਂ ਹਾਂਜੀ ਮੈਨੂੰ ਲੱਗਦਾ ਫੌਜੀ ਲਾਈਨ ਡ੍ਰੌਪ ਹੋ ਗਈ ਮੈਦਾਨ ਤਾਂ ਨਹੀਂ ਛੱਡਣ ਵਾਲਾ ਲਾਈਨ ਡ੍ਰੌਪ ਹੋ ਗਈ ਚਲੋ ਆਪਾਂ ਸੁੱਖੀ ਵੱਲ ਜਾਂਦੇ ਚਲੋ ਮੋਰਚਾ ਆਪਾਂ ਮੋਰਚਾ ਬੰਦੀ ਮੁੜ ਕੇ ਉਹਨਾਂ ਨੂੰ ਬੁਲਾ ਲਵਾਂਗੇ ਸੁੱਖੀ ਵੇਅਰ ਯੂ ਲੈਫਟ ਆਫ ਕੈਨ ਯੂ ਜਸਟ ਕੈਰੀ ਔਨ ਫਰਮ ਦੈਟ ਸੋ ਵੀ ਵਰ ਜਸਟ ਟਾਕਿੰਗ ਅਬਾਊਟ ਹਾਊ ਇਨ ਦੀ ਅਰਲੀ ਡੇਜ਼ ਵੀ ਹੈਡ ਦ ਸੇਵ ਆਫ ਟ੍ਰਾਂਸਲੇਟਿੰਗ ਗਮ ਗੁਰਦੀਪ ਸਿੰਘ ਖੈਰਾ ਸਟੋਰੀ ਐਂਡ ਵੀ ਵਰ ਟਾਕਿੰਗ ਅਬਾਊਟ ਹਾਊ ਵੀ ਵਾਚ ਫਿਲਮਸ ਐਂਡ ਯੂ ਨੋ ਬਟ ਆਈ ਮੀਨ ਟੂ ਰੀਡ ਦੈਟ ਸਟੋਰੀ ਆਈ ਥਿੰਕ ਦ ਹੋਰਿਫਿਕ ਪਾਰਟ ਆਫ ਦੈਟ ਵਾਸ ਇਟ ਵਾਸ ਅ ਰਿਐਲਿਟੀ ਇਟ ਵਾਸ ਸਮਵਨਸ ਲਾਈਫ ਯੂਜ਼ਿੰਗ ਅਦਰ ਪ੍ਰਿਜ਼ਨਰਸ ਡਿਸਕਾਰਡਡ ਟੂਥਬ੍ਰਸ਼ ਸ਼ੀ ਇਜ਼ ਹੈਵਿੰਗ ਅ ਡਬਲ ਲਾਈਫ ਸੈਂਟੈਂਸ ਪੁਟ ਔਨ ਯੂ ਬੀਇੰਗ ਇਨ ਅ ਵੈਰੀ in a prison where you were hated because you were seen to be anti-national. When prisoners would die in the prison, he would try and strip as much of the clothes off the corpse or have the prisoner who died, his clothes would be handed. He's a strapping 6-foot lad. This is a script for a Hollywood film, yes. isn't it? But the sad part I mean, Papillon, it makes Papillon look like something nothing. Baji's case alone is a blockbuster waiting to be written. It's a blockbuster. We've got Rishpal Singh. I'm going to take the Morja Morke and take the Morja Morke. ਭਾਈ ਬਲਵੀਰ ਸਿੰਘ ਬੈਂਸ ਤੇ ਭਾਈ ਕੁਲਵੰਤ ਸਿੰਘ ਢੇਸੀ ਤੇ ਹੋਰ ਸਾਰੇ ਸੱਜਣਾਂ ਨੂੰ ਮੇਰੇ ਵੱਲੋਂ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸਿੱਖ ਰਿਲੀਫ ਬਾਰੇ ਕੀ ਕਰਨਾ ਉਹ ਇੱਕ ਮੁਹਾਵਰਾ ਤੇ ਕਹਤੇ ਕੋ ਸੋਭਾ ਜੀ ਜਿਹੜਾ ਇਹ ਆਪਣੀ ਮਿਸਾਲ ਆਪ ਹੈ ਇਹਨਾਂ ਨੇ ਜੇਲ੍ਹਾਂ ਵਿੱਚ ਜਿਸ ਕਦਰ ਸੇਵਾ ਕੀਤੀ ਹੈ ਜੇਲ੍ਹਾਂ ਚੋਂ ਕੈਦੀਆਂ ਨੂੰ ਲੰਬੀ ਲੰਬੀਆਂ ਉਮਰਾਂ ਜਿਹੜੇ 20-25 ਸਾਲ ਤੋਂ ਵਿਚਾਰੇ ਨਰਕ ਭੋਗਦੇ ਸੀ ਉਹਨਾਂ ਨੂੰ ਜੇਲ੍ਹਾਂ ਚੋਂ ਛਡਾ ਕੇ ਉਹਨਾਂ ਨੂੰ ਇਹਨਾਂ ਨੇ ਕਾਰੋਬਾਰ ਦਿੱਤੇ ਆ ਮੁੜ ਵਸੇਵੇ ਲਈ ਉਹਨਾਂ ਨੇ ਬਹੁਤ ਵਧੀਆ ਯਤਨ ਕੀਤੇ ਆ ਜੇ ਆਪਾਂ ਦੇਖਿਆ ਜਾਵੇ ਤਾਂ ਸਿੱਖ ਰਿਲੀਫ ਦਾ ਇਸ ਵੇਲੇ ਇਹਨਾਂ ਦੇ ਬਰਾਬਰ ਕਿਸੇ ਵੀ ਸੰਸਥਾ ਨੇ ਕੰਮ ਨਹੀਂ ਕੀਤਾ ਵੈਸੇ ਬਹੁਤ ਹੋਰ ਵੀ ਸੇਵਾ ਕਰ ਰਹੇ ਏਦਾਂ ਦੀ ਗੱਲ ਨਹੀਂ ਪਰ ਇਹਨਾਂ ਦੇ ਬਰਾਬਰੀ ਨਹੀਂ ਕੋਈ ਕਰ ਸਕਿਆ ਇਸ ਗੱਲ ਦੀ ਦਾਤ ਦਿੰਦਾ ਦਾਸ ਸਿੱਖ ਰਿਲੀਫ ਨੂੰ ਕਿ ਇਹਨਾਂ ਨੇ ਬਹੁਤ ਹੀ ਵਧੀਆ ਉਪਰਾਲੇ ਕੀਤੇ ਆ ਸਿੱਖ ਰਿਲੀਫ ਨੇ ਆਪਣੇ ਕੈਦੀ ਵੀਰਾਂ ਲਈ ਸ਼ਹੀਦ ਪਰਿਵਾਰਾਂ ਲਈ ਬਹੁਤ ਮਤਲਬ ਇਹਨਾਂ ਨੇ ਯੋਗਦਾਨ ਪਾਇਆ ਬਾਕੀ ਦੂਸਰੀ ਗੱਲ ਹੈ ਜਿਹੜਾ ਹੁਣ ਇਹਨਾਂ ਨੇ ਨਵਾਂ ਪ੍ਰੋਜੈਕਟ ਸ਼ੁਰੂ ਕੀਤਾ ਹੈਗਾ ਪਿਛਲੀ ਗੱਲ ਬੰਜਾਰੇ ਸਿੱਖਾਂ ਦਾ ਪ੍ਰੋਜੈਕਟ ਉਹ ਵੀ ਮਤਲਬ ਇਹਨਾਂ ਨੇ ਜਿਹੜੀ ਪਹਿਲਕਦਮੀ ਕੀਤੀ ਆ ਵੈਸੇ ਹੋਰ ਸਮਾਨ ਦੇਣਾ ਫਰਿੱਜਾਂ ਦੇਣੀਆਂ ਹੋਰ ਏਦਾਂ ਦੀਆਂ ਗੱਲਾਂ ਕਰਨੀਆਂ ਤਾਂ ਹਰੇਕ ਬੰਦਾ ਸੇਵਾ ਕਰਦਾ ਆਪਣੇ ਦੌਰ 'ਚ ਬਹੁਤ ਚੰਗੀ ਗੱਲ ਹੈ ਪਰ ਇਹਨਾਂ ਨੇ ਕਾਰੋਬਾਰ ਦੇ ਕੇ ਜੋ ਪਹਿਲਕਦਮੀ ਕੀਤੀ ਆ ਬਹੁਤ ਹੀ ਵਧੀਆ ਮਤਲਬ ਜਿੱਦਾਂ ਉਪਰਾਲਾ ਇਹਨਾਂ ਦਾ ਤੇ ਦੂਸਰਾ ਇਹਨਾਂ ਦੇ ਨਾਲ ਮਤਲਬ ਹੁਣ ਕੁਲਵੰਤ ਸਿੰਘ ਨੂੰ ਢੇਸੀ ਮੇਰੇ ਵੀਰ ਹੈਗੇ ਆ ਉਹਨਾਂ ਨੂੰ ਬਹੁਤ ਜ਼ਿਆਦਾ ਜਾਣਕਾਰੀ ਹੈ ਕਿ ਅਸੀਂ ਇਕੱਠੇ ਕੰਮ ਕਰਦੇ ਰਹੇ ਹਾਂ ਲਗਾਤਾਰ ਹਰੇਕ ਸਾਲ 8-10 ਦਿਨ ਹਫ਼ਤਾ 2 ਹਫ਼ਤੇ ਉੱਧਰ ਜ਼ਰੂਰ ਲਾਈ ਦੇ ਸੀਗੇ ਸੇਵਾ ਵਿੱਚ ਤੇ ਇਹਨਾਂ ਨੂੰ ਇਸ ਬਾਰੇ ਕਾਫ਼ੀ ਪਤਾ ਹੈਗਾ ਆ ਪਰ ਜਿੱਦਾਂ ਹੁਣ ਜੇ ਆਪਾਂ ਉਹਨਾਂ ਨੂੰ ਲੋੜਵੰਦਾਂ ਨੂੰ ਆਪਾਂ ਕਾਰੋਬਾਰ ਦੇ ਦਈਏ ਕੋਈ ਕੰਮ ਦੇ ਦਈਏ ਤਾਂ ਉਹਨਾਂ ਦੇ ਸਾਰੇ ਮਸਲੇ ਹੱਲ ਹੋ ਜਾਂਦੇ ਉਹਨਾਂ ਨੂੰ ਸਮਾਨ ਕਿੰਨੇ ਕੁ ਦੇਰ ਤੱਕ ਦਿੰਦੇ ਰਹਾਂਗੇ ਇਸ ਕਰਕੇ ਬਹੁਤ ਉਪਰਾਲਾ ਇਹਨਾਂ ਦਾ ਤੇ ਇਹ ਪ੍ਰੋਜੈਕਟ ਇੰਨਾ ਵੱਡਾ ਆ ਜੀ ਗੁਰਮੁਖੋ ਕਿ ਸਰਕਾਰੀ ਮੁਤਾਬਕ 12-14 crore ਸਿਗਲੀਗੜ੍ਹ ਬੰਜਾਰੇ ਸਿੱਖ ਸਤਨਾਮੀਏ ਸਿੱਖ ਕਬੀਰਪੰਥੀਏ ਸਿੱਖ ਇਹ ਸਾਰੇ ਆਪਣੇ ਭਾਰਤ ਵਿੱਚ ਫੈਲੇ ਆ ਜੇ ਆਪਾਂ ਸਿੱਖ ਕੌਮ ਆਪਾਂ ਤਾਂ ਅਜੇ ਤਾਂ 5-6 ਜਥੇਬੰਦੀਆਂ ਹੀ ਆ ਜੇ ਮਤਲਬ ਕਿ ਇਹਦੇ ਲਈ
ਸਾਰੀ ਕੌਮ 20 ਸਾਲ ਤੱਕ ਲੱਗੀ ਜਾਵੇ ਤਾਂ ਵੀ ਇਹ ਪ੍ਰੋਜੈਕਟ ਦੀ ਪੂਰਤੀ ਨਹੀਂ ਹੁੰਦੀ, ਐਡਾ ਵੱਡਾ ਪ੍ਰੋਜੈਕਟ ਹੈਗਾ ਜੀ। ਇਸ ਲਈ ਜਿਹੜਾ ਇਹਨਾਂ ਨੇ ਕੰਮ ਵਧਿਆ ਹੈਗਾ ਆ, ਬਹੁਤ ਚੰਗੀ ਗੱਲ ਹੈਗੀ ਆ ਕਿ ਆ ਬੀਬੀਆਂ ਨੂੰ ਮਸ਼ੀਨਾਂ ਦੇ ਕੇ ਉਹਨਾਂ ਨੂੰ ਕਾਰੋਬਾਰ ਵੀ ਦੇਣਾ, ਉਹਨਾਂ ਨੂੰ ਕੱਪੜੇ ਵੀ ਸਿਲਾਈ ਕਰਨ ਨੂੰ ਦੇ ਰਹੇ ਆ। ਬਿਲਕੁਲ ਜੀ, ਤੇ ਉੱਥੇ ਫੈਕਟਰੀਆਂ ਖੋਲ ਕੇ ਸ਼ਾਇਦ ਮਤਲਬ ਦੋ ਫੈਕਟਰੀਆਂ ਖੋਲਣਗੇ ਇੰਦੌਰ ਤੋਂ ਜਾਂ ਬੰਬੇ ਤੋਂ, ਪਰਿਵਾਰ ਸਾਂਭਲੂਗੇ ਜਿੱਦਾਂ। ਹਾਂ, ਆਪਣਾ ਪਰਿਵਾਰ ਉਹ ਆਪ ਸਾਂਭਣ ਗਏ। ਹਾਂਜੀ ਭੈਣ ਜੀ, ਸਭ ਤੋਂ ਵੱਡਾ ਯੋਗਦਾਨ ਇਹੀ ਹੈ ਕਿ ਉਹਨਾਂ ਨੂੰ ਕਾਰੋਬਾਰ ਦਿਓ, ਉਹਨਾਂ ਨੂੰ ਪੈਸੇ ਨਾ ਦਿਓ, ਉਹਨਾਂ ਨੂੰ ਸਮਾਨ ਨਾ ਦਿਓ, ਉਹਨਾਂ ਨੂੰ ਕਾਰੋਬਾਰ ਦਿਓ। ਫੌਜੀ ਸਾਹਿਬ, ਚੰਗੀ ਗੱਲ ਹੈ ਕਿ ਸੈਕਟਰੀ ਨੇ ਜੋ ਪ੍ਰੋਗਰਾਮ ਵਿਢਿਆ ਹੈਗਾ ਕਿ ਉਹਨਾਂ ਨੂੰ ਕਾਰੋਬਾਰ ਦੇਣੇ। ਬਿਲਕੁਲ, ਉਹਨਾਂ ਨੂੰ ਬੈਲਡਿੰਗ ਦਾ ਕੰਮ ਸਿਖਾ ਲੈਣਾ, ਉਹਨਾਂ ਨੂੰ ਮਤਲਬ ਕਿ ਰਾਜ ਮਿਸਤਰੀ ਦਾ ਕੰਮ, ਕਾਰਪੈਂਟਰੀ ਦਾ ਕੰਮ, ਏਦਾਂ ਦੇ ਕੰਮ ਉਹਨਾਂ ਨੂੰ ਸਿਖਾ ਲੈਣੇ। ਉਹਨਾਂ ਨੂੰ ਛੋਟੀ ਛੋਟੀਆਂ ਦੁਕਾਨਾਂ ਪਾ ਦਿਓ। ਮਨਜ ਕੌਰ ਵੀ ਹੈਗੀ ਆ, ਉਹਨਾਂ ਤੋਂ ਵੀ ਪੁੱਛਣਾ ਕਿਉਂਕਿ ਜਿਹੜਾ ਸਾਡਾ ਹੁਣ ਪ੍ਰੋਗਰਾਮ ਹੀ ਹੁਣ ਆਪਾਂ ਇਸ ਤੇ ਫੋਕਸ ਕਰਨੀ ਸੀ। ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ, ਤੁਸੀਂ ਫੋਨ ਕੀਤਾ। ਵਾਹਿਗੁਰੂ ਜੀ ਕਾ ਖਾਲਸਾ। ਮੈਂ ਗੱਲ ਕੀਤੀ ਸੀ ਆਪਣੇ ਵੀਰ ਨਾਲ। ਹਾਂਜੀ ਹਾਂਜੀ, ਆਪਣੇ ਚੈਰਿਟੀ ਕਰਦੇ ਹੈਗੇ ਭਾਈ ਲਾਲੋ, ਗੁਰਮਤ ਪ੍ਰਚਾਰ ਸੋਸਾਇਟੀ ਵੱਲੋਂ ਬੁਲਵਿੰਟਨ ਦੀ ਹੈ ਜੀ ਜੀ, ਉਹਨਾਂ ਵੱਲੋਂ 500 ਪਾਉਂਡ ਉਹ ਸੇਵਾ ਕਰਦੇ ਆ ਮਸ਼ੀਨਾਂ ਲਈ। ਚਲੋ ਬਹੁਤ ਧੰਨਵਾਦ ਭਾਈ ਲਾਲੋ, ਚੈਰਿਟੀ ਟਰਸਟ, ਬਹੁਤ ਵਧੀਆ। ਹਾਂਜੀ ਓਕੇ, ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ। ਮੈਂ ਮੰਜ ਕੌਰ ਕੋਲ ਆਉਣਾ, ਪਰ ਇਸ ਤੋਂ ਪਹਿਲਾਂ ਟਿਚ ਸਾਹਿਬ, ਇਹਨਾਂ ਨੇ ਸਿੱਖ ਲਈ ਘਰ ਵਣਜਾਰੇ ਦੀ ਗੱਲ ਕੀਤੀ ਸੀ, ਔਰ ਕਈ ਮੇਰੇ ਜਿਹੜੇ ਕਈ ਵੀਰ ਆ ਉਹ ਕਈ ਸ਼ੰਕਾ ਕਰਦੇ ਆ ਵੀ ਖਰਿਆ ਐਵੇਂ ਆ ਆਪਣੇ ਵੱਲੋਂ ਹੀ ਬਣਾਈ ਜਾਂਦੇ ਆ ਵੀ ਕਿੱਦਾਂ ਹੋ ਸਕਦਾ। ਮੈਂ ਖੁਦ ਮੁੰਬਈ ਦੇ ਵਿੱਚ ਟਾਟਾ ਇੰਸਟੀਟਿਊਟ ਆਫ ਸੋਸ਼ਲ ਸਾਇੰਸ ਤੋਂ ਮੈਂ ਵਿਜ਼ਿਟਿੰਗ ਪ੍ਰੋਫੈਸਰ, ਪਿੱਛੇ 3 ਸਾਲ ਦੀ ਗੱਲ, ਮੈਂ ਗਿਆ ਸੀ ਮਨਜੀਤ ਵੀ ਨਾਲ ਸੀ ਜੀ, ਤਾਂ ਉਸ ਇੰਸਟੀਟਿਊਟ ਦੇ ਵਿੱਚ ਉੱਥੇ ਜਿਹੜੇ ਪ੍ਰੋਫੈਸਰ ਆ ਉਹ ਕਹਿੰਦੇ ਅਸੀਂ ਰਿਸਰਚ ਕਰਦੇ ਹਾਂ ਮਹਾਰਾਸ਼ਟਰ ਦੇ ਵਿੱਚ ਪਿੰਡਾਂ ਦੇ ਪਿੰਡ ਸਾਨੂੰ ਲੱਭਦੇ ਸਿੱਖਾਂ ਦੇ, ਔਰ ਮੈਨੂੰ ਉਹ ਹਿੰਦੂ ਸੀ ਕਹਿੰਦੇ ਤੁਸੀਂ ਕਿਉਂ ਨਹੀਂ ਇਹਨਾਂ ਦੀ ਗੱਲ ਕਰਦੇ। ਜਦੋਂ ਨਾ ਇਹ ਪ੍ਰੋਫੈਸਰ ਸਾਹਿਬ ਗੱਲ ਤੁਰੀ ਆ, ਇਹ 2002 ਦੀ ਗੱਲ ਆ। ਦਰਅਸਲ ਸਕੋਟਲੈਂਡ ਦੇ ਸਿੰਘ ਸੀਗੇ, ਟੂ ਬੀ ਵੈਰੀ ਓਨੈਸਟ, ਜਿਹਨਾਂ ਨੇ ਗੱਲ ਤੋਰੀ ਆ। ਅਤੇ ਉਹ ਗੁਰਮਤ ਪ੍ਰਕਾਸ਼ ਦਾ ਇੱਕ ਅੰਕ ਆ ਜੀ, ਸੰਨ 2002 ਅਕਤੂਬਰ ਦਾ। ਗੁਰਮਤ ਪ੍ਰਕਾਸ਼ ਤੁਹਾਨੂੰ ਪਤਾ ਸ਼੍ਰੋਮਣੀ ਕਮੇਟੀ ਦਾ ਪੇਪਰ ਆ, ਜਿਹਦੇ ਵਿੱਚ ਲੇਖ ਸੀਗੇ ਸਾਰੇ ਵਿਦਵਾਨਾਂ ਦੇ, ਟੋਪ ਦੇ ਜਿਹੜੇ ਹੈਗੇ ਵਿਦਵਾਨ, ਇਹ ਉਹਨਾਂ ਦੀ ਰਿਸਰਚ ਸੀਗੀ। ਇਹ ਬਹੁਤ ਵੱਡੀ ਗਿਣਤੀ ਜਿਹੜੀ ਇਸ ਵੇਲੇ ਸਿੱਖਾਂ ਦੇ ਹੈ ਹੀ ਨਹੀਂ, ਨਜ਼ਰ ਥੱਲੇ ਨਹੀਂ ਹੈਗੀ ਵੀ ਸਾਡੀ ਗਿਣਤੀ ਬਹੁਤ ਵੱਡੀ, ਬਾਬੇ ਨਾਨਕ ਦਾ ਘਰ ਬਹੁਤ ਵੱਡਾ, ਪਰ ਅਸੀਂ ਉੱਧਰ ਕਦੇ ਧਿਆਨ ਹੀ ਨਹੀਂ ਦਿੱਤਾ। ਵਣਜਾਰਾ ਕ੍ਰਾਂਤੀ ਦਲ ਉਹਨਾਂ ਦਾ ਆਪਣਾ ਇੱਕ ਮਤਲਬ ਲੀਡਰ ਵੀ ਹੈਗਾ ਜੀ ਈਵਨ, ਅਤੇ ਉਹਨਾਂ ਦੀ ਆਪਣੀ ਜਿਹੜੀ ਹੈਗੀ ਸਾਡੀ ਗਿਣਤੀ ਹੈਗੀ 4-5 ਕਰੋੜ, ਉਹਨਾਂ ਦੀ ਆਪਣੀ ਇਹ ਸਟੇਟਮੈਂਟ ਆ। ਇਹ ਵੱਖਰੀ ਗੱਲ ਆ ਵੀ ਉਹ ਸਰੂਪ ਵਿੱਚ ਨਹੀਂ ਹੈਗੇ ਜਿਹੜੇ ਵਣਜਾਰੇ ਆ, ਉਹ ਜਿਹੜਾ ਜਦੋਂ ਨਾ ਵਿਆਹ ਹੁੰਦਾ ਲਾੜੇ ਦੇ ਜਿੱਦਾਂ ਪੱਗ ਨਾਲ ਰੁਪਈਆ ਬੰਨਦੇ ਤਾਂ ਬਾਬੇ ਨਾਨਕ ਦਾ ਘੋੜਾ ਵੀ ਬਾਬੇ ਨਾਨਕ ਦਾ ਕਹਿੰਦੇ ਆ, ਚੂੜਾ ਬਾਬੇ ਨਾਨਕ ਦਾ, ਇੱਦਾਂ ਹੈਗੀਆਂ ਉਹਨਾਂ ਦੀਆਂ ਰਸਮਾਂ, ਨਾ ਬਾਬੇ ਨਾਨਕ ਨਾਲ ਸਾਰੇ ਕਰਦੇ ਆ। ਪਰ ਜਿਹੜੇ ਸਿਕਲੀਗਰ ਸਮਾਜ ਆ, ਇਹ ਤਾਂ ਜੇ ਕੋਈ ਕੇਸ ਨੂੰ ਕੈਂਚੀ ਵੀ ਲਾ ਲਵੇ ਕੇਸਾਂ ਨੂੰ ਤਾਂ ਬਾਹਰ ਕੱਢ ਦਿੰਦੇ ਆਪਣੇ ਪਿੰਡ 'ਚ। ਯੈਸ, ਵੈਰੀ ਸਟ੍ਰਿਕਟ ਜਿੱਦਾਂ ਕਾਫੀ। ਫਿਰ ਹੋਰ ਭੈਣ ਜੀ ਗੱਲ ਤੁਹਾਨੂੰ ਦੱਸਾਂ, ਦੇਖੋ ਇਹ ਗੱਲਾਂ ਕਰਨੀਆਂ ਬੜੀਆਂ ਸੌਖੀਆਂ, ਇੱਥੇ ਬੈਠ ਕੇ ਅਸੀਂ ਜੋ ਮਰਜ਼ੀ ਚਲੋ ਨਾਰੇ ਨੂਰੇ ਲਾ ਚੱਲੀਏ, ਉੱਥੇ ਇੱਕ ਵਾਰੀ ਇਹ ਵਾਕਿਆ ਵੀ ਹੋਇਆ, ਯੂ ਵਿਲ ਬੀ ਵੈਰੀ ਸਰਪ੍ਰਾਈਜ਼ ਟੂ ਹੀਅਰ ਦਿਸ, ਵੀ ਛੋਟੇ ਬੱਚਿਆਂ ਦੀ ਇੱਕ ਮਤਲਬ ਜੀਪ ਜਾ ਰਹੀ ਸੀ ਜੀ, ਨਿਹੰਗ ਸਿੰਘ ਨਾਲ ਸੀਗੇ ਭਾਈ ਬਲਵਿੰਦਰ ਸਿੰਘ, ਉਹਨਾਂ 'ਤੇ ਅਟੈਕ ਕਰਤਾ ਉਹਨੂੰ। ਘੱਟ ਗਿਣਤੀਆਂ ਨੂੰ ਕਿਤੇ ਸੌਖਾ ਨਹੀਂ ਹੈ ਜੀਣਾ ਬਾਹਰ, ਉਹ ਸਿੰਘ ਹੰਦਾ ਸੀ ਗਤਕਾ, ਉਹਨੇ ਪੈਂਤਲਾ ਪੁੰਤਲਾ ਕੱਢ ਕੇ ਮਤਲਬ ਬਚਾਇਆ, ਲੇਕਿਨ ਉਹਨਾਂ ਨੇ ਜੀਪ ਜੂਪ ਭੰਨੀ ਬੱਚਿਆਂ ਨੂੰ ਵੀ, ਮਤਲਬ ਜਿੰਨਾ ਕੁ ਹੋਇਆ ਉਹਨਾਂ ਨੇ ਕੀਤਾ। ਸੋ ਇਹ ਜਿਹੜਾ ਹੈਗੇ ਆ ਇਹ ਖਤਰੇ ਮੁੱਲ ਲੈ ਕੇ ਕੰਮ ਕਰ ਹੁੰਦਾ, ਉਦਾਂ ਨਹੀਂ ਕਰ ਹੋਣਾ, ਇਹ ਬੜਾ ਵੱਡੀ ਪ੍ਰੋਜੈਕਟ ਹੈ, ਬਹੁਤ ਵੱਡਾ ਕੰਮ ਹੈ। ਮੰਚ ਕੌਰ, ਜੋ ਕਿ ਆਪਾਂ ਨਵੇਂ ਪ੍ਰੋਜੈਕਟ ਦੇ ਬਾਰੇ ਵੀ ਗੱਲ ਕਰਨੀ ਹੈ, ਮੰਚ ਦਾ ਇੱਕ ਕਹਾਵਤ ਆ, ਇਟਸ ਅ ਸੇਇੰਗ that if you teach some, if you give somebody a fish, they can feed their family for one day, but if you teach them to fish, then they can feed their family for the rest of their lives. Yeah, yani ki tusi je kise lodwand tajruba dinne ha, koi technique skill dinne ha, ta ki guna zyada oda phal hunda ha, par sadi aadat hundi hai assi paise band dinne ha, politician photos khicha lende ha, chikka ohna da jehda maqsad kuch hor hunda, a jehda long term strategy getting people on their feet, jo fauji ne gal kiti, that's a really critical phase now in the work that Sikh Relief is doing, isn't it? And just tell us about that work. And what's it called? You've got a name for it. You've got a name for this as well. Kirt Kamai. Kirt Kamai, yeah? Learn to earn. Learn to earn, yeah. Tell us about that, Hanji. Kirt Kamai is about earning an honest living. Yeah. Learn to earn. So basically it's for women
that are able to go out, they'll get educated, and then they'll be able to earn and feed for their families. This is a long-term project. You can give somebody some money, and that money will not be last very long. So this will be a long-term project, and it's more long-term goals. So you can see more results from it. It's like kapde leede jidan ni suit hunde bhi hunde so sewing, fashion to change hunda randa na scale. What's the scale? Because are you going to scale this one up? Because yes, you know, I mean, it seems to me that if like education, you can actually touch a lot of people, can't you? Yes, what we're going to be doing is we're going to be managing the project, how much it's costing us for one machine to do, you know, and the materials, everything else needed within the project. Mm-hmm. So what's the cost of the machine and the whole for one machine? Yeah. Gurmukh, I know we're going to come to you ਕੋਈ ਵੀ ਤੁਸੀਂ ਧਰਮ ਦੇਖਦੇ ਆ ਜਾਂ ਤੁਸੀਂ ਨੇਸ਼ਨ ਦੇਖਦੇ ਆ ਜੇ ਉਹਦਾ ਇਕਨੋਮਿਕਲੀ ਤੁਸੀਂ ਉਹਨੂੰ ਸਹੀ ਨਹੀਂ ਕਰਦੇ ਨਾ ਉਹ ਕਦੀ ਸਸਟੇਨੇਬਲ ਨਹੀਂ ਹੁੰਦਾ ਸੋ ਜ਼ਰੂਰੀ ਹੁੰਦਾ ਜੇਕਰ ਤੁਸੀਂ ਆਪਣੀ ਕਮਿਊਨਿਟੀ ਨੂੰ ਸਟਰੋਂਗ ਕਰਨਾ ਆ ਤਾਂ ਉਹਦੀ ਸਸਟੇਨੇਬਿਲਿਟੀ ਜਿਹੜੀ ਹੈਗੀ ਆ ਸਸਟੇਨੇਬਿਲਿਟੀ ਜਿਹੜੀ ਹੈਗੀ ਉਹ ਜ਼ਰੂਰੀ ਆ ਅਤੇ ਉਹ ਜੇ ਉਹ ਇਕਨੋਮਿਕਲੀ ਉਹ ਸਹੀ ਨਹੀਂ ਹੈਗਾ ਸਟਰੋਂਗ ਨਹੀਂ ਹੈਗਾ ਤੁਸੀਂ ਕਦੀ ਵੀ ਉਹਨੂੰ ਮੇਨਟੇਨ ਨਹੀਂ ਕਰ ਸਕੋਗੇ ਬਿਲਕੁਲ ਜੋ ਗੁਰੂ ਨਾਨਕ ਸਾਹਿਬ ਜੀ ਦਾ ਸਾਨੂੰ ਕਿਰਤ ਕਰਮ ਦਾ ਇੱਕ ਸੰਦੇਸ਼ ਸੀਗਾ ਨਾ ਆਦੇਸ਼ ਸੀਗਾ ਉਹ ਬਹੁਤ ਵੱਡਾ ਉਹਦੇ ਪਿੱਛੇ ਬਹੁਤ ਵੱਡੀ ਫਿਲੋਸਫੀ ਆ ਬੇਸਿਕਲੀ ਜੇ ਅਸੀਂ ਸਮਝੀਏ ਤਾਂ ਅਸੀਂ ਸਾਰੇ ਇੱਥੇ ਕਿਰਤੀ ਹਾਂ ਜਿੰਨੇ ਵੀ ਇੱਥੇ ਕੰਮ ਕਰਕੇ ਆਪਣਾ ਘਰ ਪਾਲਦੇ ਹਾਂ ਮੋਰਗੇ ਦਿੰਦੇ ਹਾਂ ਬਿੱਲ ਦਿੰਦੇ ਹਾਂ ਬੱਚੇ ਪਾਲਦੇ ਹਾਂ ਉਹਨਾਂ ਨੂੰ ਯੂਨੀਵਰਸਿਟੀ ਤੱਕ ਪਹੁੰਚਾਉਂਦੇ ਹਾਂ ਤਾਂ ਅਗਾਂਹ ਆਪਣਾ ਬਿਜ਼ਨਸ ਵੀ ਕਰਦੇ ਹਾਂ ਜੇ ਉਸ ਕੌਨਸੈਪਟ ਨੂੰ ਅਸੀਂ ਜਿਹੜੀ ਟੀਮ ਨੇ ਸਾਰੀ ਨੇ ਸਿੱਖ ਲਈ ਨੇ ਸੋਚਿਆ ਵੀ ਅਸੀਂ ਆਪਣੇ ਭਵਿੱਖ ਲਈ ਆਪਾਂ ਕਿੱਦਾਂ ਆਪਣੀ ਕੌਮ ਨੂੰ ਤਕੜਾ ਕਰ ਸਕਦੇ ਹਾਂ ਅਸੀਂ ਆਪਣੇ ਭਾਈਚਾਰੇ ਨੂੰ ਕਿੱਦਾਂ ਆਪਣੇ ਪੈਰਾਂ 'ਤੇ ਖੜਾ ਕਰ ਸਕਦੇ ਹਾਂ ਦਾਨ ਦੇ ਕੇ ਨਹੀਂ ਹੋ ਸਕਦਾ ਬਿਲਕੁਲ ਸੋ ਇਹ ਹੈਗਾ ਵੀ ਉਹਨੂੰ ਕਿਰਤ ਦਈਏ ਅਸੀਂ ਕਿਰਤ ਦਾ ਦਾਨ ਦਈਏ ਉਹ ਕਿਰਤ ਕਰੇ ਆਪਣੇ ਪਰਿਵਾਰ ਦੇ ਵਿੱਚ ਉਹ ਕਿਰਤ ਦੀ ਸਕਿੱਲ ਲੈ ਕੇ ਆਪਣੇ ਪਰਿਵਾਰ ਨੂੰ ਕਿਤੋਂ ਕਈਆਂ ਨੂੰ ਹੁੰਦਾ ਹੈ ਪੜ੍ਹਾਈ ਦਾ ਉਹਨੂੰ ਵਿੱਦਿਆ ਉਹਨੂੰ ਜਿੱਦਾਂ ਪੜ੍ਹਾਈ ਦੀ ਵਿੱਦਿਆ ਦੇ ਸਕਦੇ ਤੁਸੀਂ ਕਈਆਂ ਦਾ ਪ੍ਰੈਕਟੀਕਲ ਸੋ ਕਈ ਲੋਕ ਨਾ ਦੇਖੋ ਕਈਆਂ ਲੋਕਾਂ ਕੋਲ ਮੀਨਸ ਨਹੀਂ ਹੁੰਦੇ ਪੜ੍ਹਨ ਦੇ ਉਹ ਗਰੀਬ ਹੁੰਦੇ ਜਾਂ ਉਹਨਾਂ ਕੋਲ ਉਹ ਨਹੀਂ ਹੁੰਦਾ ਸਿਸਟਮ ਲੇਕਿਨ ਇਕੁਅਲੀ ਉਹ ਲੋਕ ਜਿਹੜੇ ਹੁੰਦੇ ਆ ਸਕਿਲਡ ਮਾਈਂਡਡ ਹੁੰਦੇ ਆ ਉਹਨਾਂ ਨੂੰ ਇੱਕ ਮੌਕਾ ਦਿੱਤਾ ਜਾਵੇ ਤਾਂ ਉਹ ਕਿਤੇ ਦੇ ਕਿਤੇ ਪਹੁੰਚ ਜਾਂਦੇ ਆ ਗੁਰਮੁਖ ਮੈਂ ਤੁਹਾਡੇ ਕਿਉਂਕਿ ਵੀ ਟਾਕ ਅਬਾਊਟ ਸਕੇਲਿੰਗ ਥਿੰਗਸ ਅਪ ਕਿਉਂਕਿ ਆਪ ਜੇ ਤੁਸੀਂ ਹੁਣ ਇਸ ਪਾਸੇ ਤੁਰ ਪਏ ਆ ਸਿੱਖ ਦੀ ਕਰਮਨ ਜਾਲੀ ਦੀ ਵੀ ਗੱਲ ਕੀਤੀ ਆ Then you're not talking about 200 families or 300, or you're talking about 200,000 potentially. Absolutely, eventually. So how do you kind of scale it up? Is it self-generating this? It is self-generating. What we've worked out is it costs £1,000 for one person to go through the course from coming in as an absolute novice, as a newcomer, to being, it's sort of an apprentice scheme, if you like. Mm. So they're coming in, it's 200 places per course, if you like. That's 200 machines, but then when they leave upon graduation, they are given a machine. So they are now then self-sufficient. And they can teach others then. Absolutely. Really good. Yeah. And they can so then, call then, that, the Gaurias would call this empowerment, wouldn't they? Yeah. Well, can I just finish? You asked about scaling it up. Yeah. At the moment, it's ladies, BBR with machines and kapre and sewing. Mm. Eventually, it will be, you know, I said earlier, we don't like saying what we're planning to do. Yeah. We'd rather show you the results and say we've done it. We are close. Mm. So I can say that when you asked about scaling up, where we're going with this is for young men to be given skills as carpentry, electricians, and plumbing and stuff like that, and those courses are coming. Girit Gamai is going to be the groundstone for Sikh Relief's future. Sounds and the future of the Sikh path. I talked about empowerment. I mean, it seems to me that this is what the gurus envisioned, wasn't it? Course, to empower a nation, not to make them charity cases. Mm. So it's really important that when we talk about charity, we don't mean it in the kind of negative sense. We're talking about it in terms of longer term as well. Mm. Yeah, I think if you look at the aims and objectives of Sikh Relief from the start, it has always been about this model of sustainability and where we walk away by the end of it is even with our prisoners, with the children that we educate, with the medical that we've done in this project now, we start, we empower,
then we step back let that flourish. So it's a bit like planting a seed, watching it flower. Now we want that little garden that we've planted to turn into a forest. Because if you want to embed the concept of Sikhi, you cannot just preach it. No. You have to take the context, the content, you have to apply it and see the results. And I think this is where people in India now are so, if you look at social, economical, you know, the state in Punjab is just a mess. They need hope. They need something to look forward to. Exactly. And if we provide that hope now in one generation, that is going to have a knock-on effect. And they'll have a vision to go somewhere. Yeah. You know, Manjay, for me, appa nu hun kinne saal ho gaye program karde nu. Ji. Te pehla bhi appa kite sige, ta ehi awaaz aundi sige, jadon appa bahar bhi karde hunde sige. ਵੀ ਪੈਸੇ ਮੰਗੀ ਜਾਂਦੇ ਆ ਸਾਡੇ ਗੁਰਦੁਆਰੇ ਜੇਬਾਂ ਖਾਲੀ ਕਰਾਉਂਦੇ ਵਿਜ਼ਨ ਕੋਈ ਨਹੀਂ ਕੁਛ ਪਤਾ ਨਹੀਂ ਲੱਗਦਾ ਤਾਂ ਮੈਨੂੰ ਇੰਨਾ ਚਾਅ ਆ ਜਿੱਦਾਂ ਸੁਣ ਕੇ ਕਿ ਜਿੱਦਾਂ ਅਸੀਂ ਯੂਨੀਵਰਸਿਟੀਆਂ ਦੇ ਵਿੱਚ ਜਿਹੜੇ ਇੰਟਰਨੈਸ਼ਨਲ ਰਿਲੀਫ ਏਜੰਸੀ ਜਿੱਦਾਂ ਉਹ ਗੱਲਾਂ ਕਰਦੇ ਆ ਸ਼ਾਰਟ ਟਰਮ ਲੌਂਗ ਟਰਮ ਅਪਸਕੇਲਿੰਗ ਇੰਪਾਵਰਮੈਂਟ ਐਜੂਕੇਸ਼ਨ ਆਈ ਐਮ ਹੇਅਰਿੰਗ ਦਿਸ ਆਈ ਡੋਂਟ ਹੇਅਰ ਦਿਸ ਫਰੋਮ ਸਿੱਖ ਚੈਰਿਟੀਜ਼ ਆਈਵ ਗਾਟ ਟੂ ਬੀ ਓਨੈਸਟ ਦੇਰ ਸਮਥਿੰਗ ਰਿਫਰੈਸ਼ਿੰਗ ਅਬਾਊਟ ਦਿਸ ਗੁਰਮੁਖ ਹਨ ਨਾ Touchwood, this is what we were about. When Benji was saying earlier that she properly grew Baji before she joined Sikh Relief and chose that this is where she's going to give her. You know, we're all going to give Seva some small, some larger scale. Yes. But if you're planning to do Seva properly, then you want to know that there's a chance of it. The Safal Hogi. Putting your foot in the right Baji direction. Was literally subject to an encounter. Literally, like 2 hours, 3 hours. Baji, look, it's all good asking somebody to help you, but what are you doing? What is it? Where does it come from? And I took a hold of the accounts. Right. Yeah. You want to finish? Go on. If I can, Yes, of course. And basically, I took hold of his accounts and I was like, look, there's billions of pounds yearly. You mentioned accounts. Yeah. What kind of money are we talking about is being spent? And is it all being spent? Do you have... Because I was reading about the some of the charities 30% admin costs, 40% admin costs. Yep. Are you guys jet setting around the world? Zero in staying costs. Hotels? No, absolutely not. Zero admin costs. We wish. Nobody's paid here. I don't know how other people do it. Do you get a salary, Balbir Singh? There's no way that I can get a salary. Jada Sikh Relief da ek beauty bhi hai. Bada hamare di kripa na is bakshish hai. Ki sada koi admin cost nahi hai. Sadi koi salary nahi hai. ਸਾਡਾ ਕਿਸੇ ਤਰ੍ਹਾਂ ਦਾ ਵੀ ਕੋਸਟ ਨਹੀਂ ਹੈ ਵੀ ਜਿਹੜਾ ਵੀ ਸੰਗਤ ਦਿੰਦੀ ਹੈ ਸਾਨੂੰ ਉਹ 100% ਜਿਹੜਾ ਸਾਡਾ ਹੈਗਾ ਉਹ ਜਿਹੜੇ ਸਾਡੇ ਪ੍ਰੋਜੈਕਟਸ ਹੈਗੇ ਉਹਨਾਂ 'ਤੇ ਜਾਂਦਾ ਹੈਗਾ ਅਤੇ ਜਿਹੜੇ ਹੁਣ ਇਹ ਪ੍ਰੋਜੈਕਟ ਤੁਸੀਂ ਇੱਕ ਸਵਾਲ ਕੀਤਾ ਮੈਂ ਵਿੱਚੇ ਰਹਿ ਗਿਆ ਤੁਹਾਡਾ ਮੇਰਾ ਸਵਾਲ ਵੀ ਇਹ ਅਸੀਂ 6 ਸੈਂਟਰ ਉੱਥੇ ਖੋਲ੍ਹ ਦਿੱਤੇ ਨੇ ਆਪਣੇ ਮਹਾਰਾਸ਼ਟਰ ਦੇ ਵਿੱਚ ਫਿਰ ਉੱਥੋਂ ਸ਼ੁਰੂ ਕੀਤਾ ਆ ਪਰ ਇਹ ਇਕੱਲਾ ਮਹਾਰਾਸ਼ਟਰ ਤੱਕ ਨਹੀਂ ਹੈਗਾ ਇਹ ਪੰਜਾਬ ਦੇ ਵਿੱਚ ਵੀ ਹੋਣਾ ਆ ਇਹ ਰਾਜਸਥਾਨ ਦੇ ਵਿੱਚ ਵੀ ਜਾਏਗਾ ਹੋਰ ਸਟੇਟਾਂ 'ਚ ਵੀ ਜਾਏਗਾ ਵਧੇ ਫੁੱਲੇਗਾ ਸਤਿਗੁਰੂ ਜਿੱਥੇ ਵੀ ਸਿੱਖ ਵਸੋਂ ਸਾਡੀ ਹੈਗੀ ਆਪਣੇ ਅਸੀਂ ਕਮਿਊਨਿਟੀ ਨੂੰ ਤਕੜਾ ਕਰਨਾ ਚਾਹੁੰਦੇ ਹਾਂ 6 ਸੈਂਟਰ ਅਸੀਂ ਇਸੇ ਖੋਲ੍ਹ ਦਿੱਤੇ ਨੇ ਜਿਹਦੇ ਵਿੱਚ 200 ਬੀਬੀਆਂ ਦਾ ਉੱਥੇ ਸਿਖਲਾਈ ਸੈਂਟਰ ਦਾ ਪ੍ਰਬੰਧ ਕਰ ਦਿੱਤਾ ਗਿਆ ਹੈਗਾ ਉਹ 200 ਬੀਬੀਆਂ ਦੇ ਨੇਮ ਐਡਰੈਸ ਕੰਟੈਕਟ ਸਾਰਾ ਕੁਝ ਸਾਡੇ ਕੋਲ ਹੈਗਾ ਇਹ ਚਾਰਟ ਬਣਾ ਹੈਗਾ ਸਾਰਾ ਜਿਨ੍ਹਾਂ ਨੂੰ ਮੌਕਾ ਦਿੱਤਾ ਜਾਊਗਾ ਵੀ ਅਗਲੇ 4 ਮਹੀਨਿਆਂ ਦਾ ਕੋਰਸ ਕੰਪਲੀਟ ਕਰਕੇ ਅਤੇ ਫਿਰ ਉਹਨਾਂ ਨੂੰ ਅਸੀਂ ਮਸ਼ੀਨਾਂ ਦੇਵਾਂਗੇ ਉਹ ਫਿਰ ਆਪਣੇ ਜਾਂ ਕਿ ਪਿੰਡ ਦੇ ਵਿੱਚ ਜਾਂ ਆਪਣੇ ਘਰ ਦੇ ਵਿੱਚ ਜਿੱਥੇ ਵੀ ਆਪਣਾ ਕੋਈ ਖੋਲ੍ਹਣਾ ਚਾਹੁੰਦੇ ਨੇ ਅਤੇ ਸਾਡੀ ਇੱਕ ਟੀਮ ਦੀ ਇਹ ਵੀ ਕੋਸ਼ਿਸ਼ ਹੋਊਗੀ ਵੀ ਜੇ ਉੱਥੇ ਆਲੇ ਦੁਆਲੇ ਕੋਈ ਫੈਕਟਰੀਆਂ ਹੈਗੀਆਂ ਨੇ ਜਾਂ ਉੱਥੇ ਕੋਈ ਵੱਡੇ ਸਕੇਲ ਦੇ ਉੱਤੇ ਕੰਮ ਉਹਨਾਂ ਨੂੰ ਮਿਲ ਸਕਦਾ ਉਹਨਾਂ ਨੂੰ ਉੱਥੇ ਇੰਪਲੋਇਮੈਂਟ ਵੀ ਮਿਲੇਗੀ ਤਾਂ ਕਿ ਉਹਨਾਂ ਦੀ ਸਕਿੱਲ ਜਿਹੜੀ ਹੈਗੀ ਆ ਉਹ ਯੂਜ਼ ਹੋ ਸਕਦੀ ਹੈ ਹਾਂਜੀ ਪ੍ਰਭਵੀਰ ਮੈਂ ਤੁਹਾਡੇ ਵੱਲ ਆਉਂਦੀ ਹਾਂ ਮੈਨੂੰ ਪਾਵਰਮੈਂਟ ਦੀ ਗੱਲ ਕਰਦੇ ਲੇਡੀਜ਼ ਪਾਵਰਮੈਂਟ ਮੈਂ ਤੁਹਾਡੇ 'ਚ ਵੀ ਦੇਖਿਆ ਇੱਕ ਪਾਵਰਮੈਂਟ ਤੁਸੀਂ ਨਾ ਬਲਵੀਰ ਸਿੰਘ ਦੇ ਨਾਲ ਤੁਸੀਂ ਸ਼ੋਅ ਵੀ ਕਰਦੇ ਹੁੰਦੇ ਹੋ ਮੈਂ ਨੋਟ ਕੀਤਾ ਜੀ ਪਹਿਲਾਂ ਤੇ ਆਪ ਸਭ ਜੀ ਨੂੰ ਤੇ ਅਕਾਲ ਚੈਨਲ ਵਿਊਰਸ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਸੋ ਮੈਂ ਸਟਾਰਟ ਤੇ ਪਹਿਲਾਂ ਇੱਥੋਂ ਹੀ ਕਰੂੰਗੀ ਕਿ ਸਿੱਖ ਰਿਲੀਫ ਇਜ਼ ਯੂਨੀਕ ਚੈਰਿਟੀ ਜੀ ਜੀ ਬਿਕੋਜ਼ ਵੀ ਹੈਵ lots of charities hai jehde seva karde aa langar di seva karde aa ja hor vi bahut tarah diyan sevaan karde par Sikh Relief prisoners di Sikh Relief prisoners di ja Shaheed Singh parivaran di madad kardi aa te naal hi naal bahut hor vi bahut sevaan karde like bachiyan di padhai la lo tusi ji ji ja koi vi kudrati aafta je ohde vich la lo and hun jehda Sikh Relief wallo nama project shuru kita gaya learn to earn which is bahut hi good kam hai guys very excellent so,
ਐਂਡ ਮੈਂ ਭਾਈ ਸਾਹਿਬ ਜੀ ਉਹਨਾਂ ਨੂੰ ਬਹੁਤ ਹੀ ਇਤਫਾਕ ਦੇ ਨਾਲ ਹੀ ਮਿਲੀ ਹਾਂ ਕਿਸੇ ਜਦੋਂ ਮੈਨੂੰ ਮਾਈ ਹਸਬੈਂਡ ਉਹ ਹਾਫ ਮੈਰਾਥਨ ਰਨ ਕਰਦੇ ਆ ਹਾਂਜੀ ਸੋ ਜੁਆਇਨ ਕਰਿਓ ਨਾ ਹਾਂਜੀ ਜ਼ਰੂਰ ਵੀ ਡੋਂਟ ਪੁੱਟ ਆਈਡੀਆਜ਼ ਇਨਟੂ ਮੰਚੀ ਸਾਈਕਲਿੰਗ ਇਨ ਦਾ ਆਮ ਨਾਟ ਵੈਰੀ ਗੁੱਡ ਯਾ ਨਾਓ ਯੂ ਗੋਟ ਟੂ ਗੈਟ ਮੀ ਟੂ ਡੂ ਇਟ ਓਕੇ ਯੈਸ ਮੇਬੀ ਹਿਮ ਦੈਟਸ ਰਾਈਟ ਯੂ ਰਾਈਟ ਦੈਟ ਉਹਨਾਂ ਨੂੰ ਗਈ ਸੀ ਸਪੋਰਟ ਕਰਨ ਆਪਣੇ ਹਸਬੈਂਡ ਸਪੋਰਟ ਕਰਨ ਤੇ ਮੈਂ ਭਾਈ ਸਾਹਿਬ ਜੀ ਉਹਨਾਂ ਨੂੰ ਉੱਥੇ ਦੇਖੇ ਤੇ ਜਦੋਂ ਤੁਸੀਂ ਦੇਖੇ ਇੱਕ ਗੁਰਸਿੱਖ ਦੂਜੇ ਗੁਰਸਿੱਖ ਨੂੰ ਦੇਖਦਾ ਤੇ ਮੈਂ ਭਾਈ ਸਾਹਿਬ ਜੀ ਉਹਨਾਂ ਨੂੰ ਫਤਿਹ ਬੁਲਾਉਣ ਗਈ ਤੇ ਫਿਰ ਇਹਨਾਂ ਨੇ ਮੈਨੂੰ ਸਿੱਖ ਲੀਫ ਬਾਰੇ ਦੱਸਿਆ ਸੋ ਗੱਲ ਹੋਈ ਭਾਈ ਸਾਹਿਬ ਕਹਿੰਦੇ ਤੁਸੀਂ ਆਪਣੇ ਹਸਬੈਂਡ ਨੂੰ ਵੀ ਬੁਲਾਇਆ ਸੋ ਇਹ ਵੀ ਬੀਜ ਪਾ ਰਹੇ ਸਾਰੇ ਬੀਜ ਹਾਂਜੀ ਇਸ ਲਾਈਕ ਮੈਨੂੰ ਆ ਜਸਟ ਵਾਂਟ ਟੂ ਸੇ ਭਾਈ ਸਾਹਿਬ ਜੀ ਡਾਊਨ ਟੂ ਅਰਥ ਮੈਨ ਜਿਹਨੇ ਤੁਸੀਂ ਇੰਨਾ ਕੁਛ ਇਹਨਾਂ ਕੋਲੋਂ ਸਿੱਖ ਸਕਦੇ ਆ ਐਂਡ ਆਮ ਵੈਰੀ ਪ੍ਰਾਊਡ ਆਫ ਯੂ ਵੀਰ ਜੀ ਮੈਂ ਤੁਹਾਨੂੰ ਟੋਕਦੀ ਇੱਥੇ ਇੱਕ ਮੈਂ ਟੋਕਦੀ ਨਹੀਂ ਮੈਂ ਨਾ ਤੇ ਪਤਾ ਕਿਉਂ ਪ੍ਰਾਊਡ ਹੈ ਬੀਬੀਆਂ ਨੂੰ ਮੋਰੇ ਕਰਦੇ ਆ ਆਮ ਵੈਰੀ ਪ੍ਰਾਊਡ ਉਹਦਾ ਮੈਂ ਰੀਜ਼ਨ ਦੱਸਦਾ ਤੁਹਾਨੂੰ ਕੀ ਉਹ ਕੋਈ ਨਾ ਤੁਸੀਂ ਮੈਨੂੰ ਕਹਿੰਦੇ ਆ ਨਾ ਅਸਲ 'ਚ ਗੱਲ ਇਹ ਆ ਅਸਲ 'ਚ ਗੱਲ ਇਹ ਆ ਦੁਨੀਆ ਦੇ ਵਿੱਚ ਬੀਬੀਆਂ ਦੇ ਵਿੱਚ ਬਹੁਤ ਟੈਲੈਂਟ ਨੇ ਬਾਕੀ ਕਮਿਊਨਿਟੀਆਂ ਨੇ ਉਹ ਟੈਲੈਂਟ ਨੂੰ ਅੱਗੇ ਲਿਆਂਦਾ ਆ ਹਾਂਜੀ ਬਦਕਿਸਮਤੀ ਆ ਅਸੀਂ ਆਪਣੀ ਕਮਿਊਨਿਟੀ ਦੇ ਵਿੱਚ ਇਹ ਬੀਬੀਆਂ ਨੂੰ ਅੱਗੇ ਨਹੀਂ ਆਉਣ ਤੇ ਆਉਣ ਕਾਨ ਨਹੀਂ ਦਿੱਤਾ ਪਰ ਸਿੱਖ ਲੀਫ ਨੇ ਜਦੋਂ ਦੀ ਵੀ ਸ਼ੁਰੂ ਹੋਈ ਆ ਸਾਡੇ ਗੁਰੂਆਂ ਨੇ ਦਰਜਾ ਦਿੱਤਾ ਸੀ ਅੱਜ ਸੁਖੀ ਕੌਰ ਸਾਡੀ ਸਪੋਕਸਪਰਸਨ ਆ ਇਹ ਬੁਲਾਰਾ ਆ ਸਾਡੀ ਹਾਂਜੀ ਇਹ ਸਾਰਾ ਕੁਝ ਸਾਹਮਦੀ ਹੈ ਜਦੋਂ ਕੋਈ ਪ੍ਰੈਸ ਸਟੇਟਮੈਂਟ ਹੁੰਦੀ ਹੈ ਕੋਈ ਗੱਲ ਆਉਂਦੀ ਆ ਉਹਨਾਂ ਹੁਣ ਭਾਈ ਸਾਹਿਬ ਵੀ ਹੋ ਗਏ ਨੇ ਜੀ ਜੀ ਲੇਕਿਨ ਬੀਬੀਆਂ ਕੋ ਬਹੁਤ ਸਾਰੇ ਡਿਪਾਰਟਮੈਂਟ ਨੇ ਸਿੱਖ ਲਈ ਕੋ ਇਹਨਾਂ ਕੋ ਬਹੁਤ ਟੈਲੈਂਟ ਆ ਆ ਜਿਹੜਾ ਦਿਨ ਆਪਾਂ ਮਨਾ ਕੇ ਹਟੇ ਮਾਘੀ ਦਾ ਮਾਤਾ ਭਾਗਕੌਰ ਦਾ ਇਤਿਹਾਸ ਮਾਤਾ ਭਾਗਕੌਰ ਦਾ ਇਤਿਹਾਸ ਉਹ ਇਤਿਹਾਸ ਇਹ ਹੈ ਕਿ ਜਦੋਂ ਸਿੰਘ ਬਦਾਵਾ ਲੈ ਕੇ ਛੱਡ ਗਿਆ ਸੀ ਗੁਰੂ ਸਾਹਿਬ ਨੂੰ ਉਹ ਮੋੜੇ ਬੀਬੀਆਂ ਨੇ ਸੀ ਬਿਲਕੁਲ ਤੇ ਉਹਦੀ ਕਿਰਪਾ ਬੰਦੂਕ ਕਹਿੰਦੇ ਚੁੱਕੀ ਨਹੀਂ ਜਾਂਦੀ ਮਾਤਾ ਭਾਗਕੌਰ ਦੀ ਮਤਲਬ ਇੰਨੀ ਵੱਡੀ ਉਹਨਾਂ ਦੀ ਕੁਰਬਾਨੀ ਸੀ ਸਵਾਲ ਕਰ ਮੈਨੂੰ ਬਹੁਤ ਇਨਕਰੇਜ ਕੀਤਾ ਐਂਡ ਸਲੋਲੀ 4-5 ਸ਼ੋ ਭਾਈ ਸਾਹਿਬ ਜੀ ਉਹਨਾਂ ਨੇ ਨਾਲ ਕਰ ਚੁੱਕੀਆਂ ਹੁਣ ਸੋ ਆਈ ਫੀਲ ਵੈਰੀ ਪ੍ਰਾਊਡ ਆਈ ਫੀਲ ਆਈ ਐਮ ਵੈਰੀ ਹੈਪੀ ਆਈ ਐਮ ਜਸਟ ਜੋਇਨ ਸਿੱਖ ਰਿਲੀਫ ਟੀਮ ਸੋ ਆਈ ਕੈਨ ਲਰਨ ਅ ਲੋਟ ਹੈਗੀ Actually, I'm not the legally jano kehnde a volunteer or a part of this charity. Yeah. It's because of the Surinder auntie, she's my Pua ji. Achha ji. I was not like today also I was not like I'm gonna be in front of the camera or yeah. something so je gal kariye ki kiddan jode han ja ki gal hai mere father saab he was like in the Kharku, he was with the Sant Bhindranwala ji. So, for like, jo ona di asin struggle suni ya, ja khud asin dekhi ya, aaj kinne saal ho chukke ya us cheez nu, right? Us time we, my grandfather, us time apanu mana si ki asin speaker laga ke Gurdwara Sahib de vich kuch bhi lecture nahi kar sakte. But my grandfather, he did that. He was a government servant. He was in the UT police, Chandigarh. Onane lecture kita, and due to that, he got dismissed. Kyunki utthe koi CBI da person si report karti, got dismissed. And my father, he was with Sant Bhindranwala ji. So,
ਉੱਥੇ ਜਦੋਂ ਅਟੈਕ ਹੋਇਆ ਆ ਤਾਂ ਸਿਰਫ ਮੇਰੇ ਫਾਦਰ ਔਰ ਉਹਨਾਂ ਦਾ ਇੱਕ ਫਰੈਂਡ ਸੀਗਾ ਜੋ ਟੰਕੀ ਦੇ ਵਿੱਚ ਟੰਕੀ ਵਾਲਾ ਜੋ ਮੋਰਚਾ ਲੱਗਾ ਸੀ ਉਹਦੇ ਵਿੱਚ ਸੀ ਔਰ ਉਹਨਾਂ 'ਚੋਂ ਉਹਨਾਂ ਦੇ ਫਰੈਂਡ ਦੀ ਡੈਥ ਹੋ ਗਈ ਐਂਡ ਮਾਈ ਫਾਦਰ ਸਮ ਹਾਓ ਇਸਕੇਪਡ ਆ ਐਂਡ ਉਹਨਾਂ ਨੇ ਉਸ ਤੋਂ ਬਾਅਦ ਆਪਣਾ ਭੇਸ ਬਦਲ ਲਿਆ ਜਿਸ ਤਰ੍ਹਾਂ ਪਹਿਲਾਂ ਕਰਦੇ ਸੀ ਪਰ ਆਫਟਰ ਦੈਟ ਆਲਸੋ ਪੁਲਿਸ ਨੂੰ ਪਤਾ ਚੱਲ ਗਿਆ ਕਿ ਕਿੱਥੇ ਹੈ ਪਰਸਨ ਫਾਇੰਡ ਆਊਟ 7 years he was in the Rajasthan jail no one was like kise nu pata nahi si ki a person jinda hai ya kuch bhi sare ghar de halaat maade ho chuke si kyunki kuch job nahi si so I was wondering ki us time te agar eh ji koi sanstha hundi ta shayad us time ਇਹ ਸਿਰਫ ਸਾਡੇ ਘਰ ਦਾ ਨਹੀਂ ਹਰ ਘਰ 'ਚ ਇਹੀ ਹਾਲ ਸੀਗਾ ਪੂਰੇ ਪੰਜਾਬ 'ਚ ਐਂਡ ਨਾਟ ਓਨਲੀ ਇਨ ਪੰਜਾਬ ਲਾਈਕ ਦਿੱਲੀ ਕੀ ਹੋਇਆ ਉਸ ਟਾਈਮ ਤਾਂ ਇਹ ਸੰਸਥਾ ਜਿਹੜੀ ਹੈ ਇਟਸ ਲਾਈਕ ਇੰਸਪੀਰੇਸ਼ਨ ਇਟਸ ਲਾਈਕ ਐਵਰੀਥਿੰਗ ਫੋਰ ਸਿੱਖਸ ਰਾਈਟ ਨਾਓ ਰਾਈਟ ਈਵਨ ਸਾਨੂੰ ਬਹੁਤ ਅਸੀਂ ਮੈਂ ਇੰਡੀਆ ਤੋਂ ਥੋੜ੍ਹੀ ਦੇਰ ਹੋਈ ਆ ਮੈਨੂੰ ਇੱਥੇ ਆਇਆ ਨੂੰ ਮੈਨੂੰ ਨਹੀਂ ਸੀ ਪਤਾ ਕੋਈ ਸਿੱਖ ਰਿਲੀਫ ਨਾਮ ਦੀ ਸੰਸਥਾ ਹੁੰਦੀ ਆ ਅਨਲੈਸ ਆਈ ਮੈਟ ਭੂਆ ਜੀ I came here, I was wondering, oh my god, yeah, you're doing great work and jinna vi ho sakda ya sade youth ton ja kuch vi assi inna de naal ha and we are proud firstly to be Sikh and then to be part of this Navkiran Deep we are proud of you as well jehde tusi thode jehde thode bujurg ya thode father thode grandfather unna de purniya te tusi vi is ਇਹ ਵੀ ਆ ਸਾਡਾ ਸੰਘਰਸ਼ ਮੁੱਕਾ ਨਹੀਂ ਹੈਗਾ ਇਹ ਇੱਕ ਸਟੇਜ ਨੇ ਇੱਕ ਨਵੀਂ ਸਟੇਜ ਆ ਸਾਡੀ ਬਿਲਕੁਲ ਬਿਲਕੁਲ ਨਾਲੇ ਸਿੰਘ ਤੱਕ ਕਦੇ ਮੈਦਾਨ ਛੱਡਦਾ ਹੀ ਨਹੀਂ ਹੈਗਾ ਡਾਕਟਰ ਸਾਹਿਬ ਜਿਹੜੀ ਆ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੰਮ ਹੁੰਦੀ ਹੈ ਨਾ ਉਹਨਾਂ ਦੀਆਂ ਪ੍ਰੋਬਲਮਸ ਜਿਹੜੀਆਂ ਸਮਝਣੀਆਂ ਉਹ ਬੜੀਆਂ ਔਖੀਆਂ ਨੇ ਹੁਣ ਪਿੱਛੇ ਇੱਕ ਸਾਕਾ ਹੋਇਆ ਸੀ ਸਿਕਲੀ ਕਲਾਂ ਦਾ ਸਾਰਾ ਮਤਲਬ ਉਹਨਾਂ ਨੇ ਪਿੰਡ ਫੜ ਲਿਆ ਸਾਰੇ ਬੱਚੇ ਵੀ ਬੀਬੀਆਂ ਵੀ ਹੋਇਆ ਕੀ ਆ ਇਤਿਹਾਸਕ ਤੌਰ 'ਤੇ ਮੈਂ ਦੋ ਮਿੰਟ ਕੇ ਲੈਣਾ ਜਦੋਂ ਮੁਗਲਾਂ ਦੀ ਸਰਕਾਰ ਸੀ ਨਾ ਛੇਵੇਂ ਪਾਤਸ਼ਾਹ ਦੇ ਵੇਲੇ ਇਹ ਆਏ ਉਹਨਾਂ ਦੇ ਸੰਪਰਕ ਵਿੱਚ ਲੋਹਾਰ ਸੀਗੇ ਇਹ ਉਹ ਹਥਿਆਰ ਬਣਾਉਂਦੇ ਸੀਗੇ ਹਥਿਆਰ ਬਣਾਉਣ ਵਾਲੇ ਬੰਦੇ ਨੂੰ ਤਾਂ ਤੁਹਾਨੂੰ ਪਤਾ ਜੰਗਲ 'ਚ ਰਹਿਣਾ ਪਊਗਾ ਉਹਦਾ ਤਾਂ ਛੱਡਣਾ ਨਹੀਂ ਸਰਕਾਰ ਅੰਗਰੇਜ਼ ਆ ਗਏ ਇਹ ਉਦੋਂ ਵੀ ਜੰਗਲ 'ਚ ਹੀ ਸੀਗੇ ਇਹ ਉਦੋਂ ਵੀ ਹਥਿਆਰ ਹੀ ਬਣਾਉਂਦੇ ਸੀ ਹੁਣ ਸਮਾਂ ਆ ਗਿਆ ਇਹ ਹੁਣ ਵੀ ਜੰਗਲ 'ਚ ਹੀ ਆ ਕਿਉਂਕਿ ਹੁਣ ਵੀ ਹਥਿਆਰ ਹੀ ਬਣਾਉਂਦੇ ਸੀਗੇ ਸੋ ਕਿੱਤਾ ਬਦਲਿਆ ਉਹਨਾਂ ਦਾ ਬਦਲਿਆ ਜਾਵੇ ਇਸ ਕਰਕੇ ਸਿੱਖ ਰਿਲੀਫ ਇਸ ਗੱਲੋਂ ਵੀ ਧੰਨਤਾ ਹੋ ਗਿਆ ਕਿਉਂਕਿ ਮੈਨੂੰ ਬਹੁਤ ਸਿੰਘਾਂ ਨੇ ਸੋਹਣ ਸਿੰਘ ਨੇ ਉੱਥੇ ਜੀ ਸੇਵਾ ਕਰਦੇ ਨੇ ਉਹਨਾਂ ਨੇ ਪਹਿਲਾਂ ਮੈਨੂੰ ਅਪਰੋਚ ਕੀਤੀ ਸੀ ਵੀ ਦੇਖੋ ਇਹਨਾਂ ਨੂੰ ਬਹੁਤ ਵੱਡੀ ਲੋੜ ਹੈ ਇਸ ਵੇਲੇ ਕਿੱਤਾ ਬਦਲਣ ਦੀ ਉਦੋਂ ਬਗੈਰ ਤਾਂ ਗੱਲ ਨਹੀਂ ਬਣਨੀ ਅਤੇ ਬਹੁਤ ਸੰਸਥਾਵਾਂ ਨੂੰ ਜਿਹਨਾਂ ਨੂੰ ਮੈਂ ਜਾਣਦਾ ਸੀ ਜਿਹਨਾਂ 'ਚ ਮੈਂ ਕੰਮ ਕੀਤਾ ਉਹਨਾਂ ਨੂੰ ਅਪਰੋਚ ਕੀਤਾ ਵੀ ਭਾਈ ਹੈਲਪ ਕਰੋ ਹੈ ਨਾ ਪਰ ਭਾਈ ਬਲਵੀਰ ਸਿੰਘ ਉਹਨਾਂ ਨੇ ਬਾਂਹ ਫੜੀ ਇਹਦੀ ਅਤੇ ਅਸੀਂ ਇਹ ਜਿਹੜੇ ਹੈਗੇ ਇਹਨਾਂ ਨੂੰ ਕੰਮ ਦੇਵਾਂਗੇ ਸ਼ੁਰੂ ਬੀਬੀਆਂ ਤੋਂ ਕਰਦੇ ਹਾਂ ਸੋ ਇਹ 200 ਬੀਬੀਆਂ ਨੂੰ ਮਤਲਬ ਇਸ 200 ਪਰਿਵਾਰਾਂ ਨੂੰ ਕਹਿ ਲਓ ਤੁਸੀਂ ਤੇ ਬਹੁਤ ਵੱਡੀ ਮਤਲਬ ਹੈਗੀ ਹੈ ਸ਼ੁਰੂਆਤ ਸੋ ਸਾਡਾ ਸਮਾਂ ਵੀ ਦੌੜੀ ਜਾਂਦਾ ਸਾਡੇ ਕੋਲ 10 ਕੁ ਮਿੰਟ ਰਹਿ ਗਏ ਆ ਤੇ ਮੈਂ ਮਨਪ੍ਰੀਤ ਜੀ ਤੁਸੀਂ ਪਹਿਲਾਂ ਵੀ ਵਿਚਾਰ ਦਿੱਤੇ ਸੀ ਹੁਣ ਆਪਾਂ ਵਿਜ਼ਨ ਦੀ ਗੱਲ ਕਰਦੇ ਆ ਜੀ ਕੌਮ ਦਾ ਸੰਘਰਸ਼ ਕਈ ਪਹਿਲੂਆਂ ਤੇ ਕਈ ਪੱਖਾਂ ਚਲੋ ਉਹ ਹੁਣ ਨਹੀਂ ਹੈ ਉਹ ਸਾਡੀ ਹਿਸਟਰੀ ਦੇ ਵਿੱਚ ਵੀ ਹੈਗਾ ਜੀ ਪਰ ਇਹ ਵੀ ਕਈ ਜਿਹੜੇ ਮਿਲਟਰੀ ਜਿਹੜੇ ਹਿਸਟੋਰੀਅਨ ਹੁੰਦੇ ਆ ਉਹ ਕਹਿੰਦੇ ਵੀ 95% ਕੋਈ ਵੀ ਜੰਗ ਯੁੱਧ ਹੋਵੇ ਉਹ ਸਾਈਕੋਲੋਜੀਕਲ ਵਾਰਫੇਅਰ ਹੁੰਦਾ ਬਿਲਕੁਲ ਤੇ ਅੱਜ ਮੇਰਾ ਖਿਆਲ ਹੈ ਸਭ ਤੋਂ ਜ਼ਿਆਦਾ ਸਾਡੇ 'ਤੇ ਤਸ਼ੱਦਦ ਸਾਈਕੋਲੋਜੀਕਲੀ ਹੋ ਰਿਹਾ ਔਰ ਸਿੱਖ ਰਿਲੀਫ ਇਹਨੂੰ ਚੈਲੰਜ ਕਰਦੀ ਆ ਬਿਲਕੁਲ ਵਿਜ਼ਨ ਵੀ ਇਹੀ ਆ ਵੀ ਆਪਾਂ ਮਾਨਸਿਕ ਰੋਗੀ ਨਹੀਂ ਬਣਨਾ ਇਹ ਸਾਨੂੰ ਬਣਾਉਣਾ ਚਾਹੁੰਦੇ ਆ ਬਿਲਕੁਲ ਇਹਦੇ ਬਾਰੇ ਵੀ ਤੁਸੀਂ ਖੁਸ਼ ਕਹੋ ਜੀ ਬਿਲਕੁਲ ਹਾਲਾਤ ਡਾਕਟਰ ਸਾਹਿਬ ਤੁਸੀਂ ਤਾਂ ਸਮਝਦਾਰ ਹੋ ਟੋਰਚਰ ਦੇ ਤਰੀਕੇ ਬਦਲ ਗਏ ਨੇ ਪਰਸੀਕਿਊਸ਼ਨ ਦੇ ਤਰੀਕੇ ਬਦਲ ਗਏ ਨੇ ਪਰ ਹਾਲਾਤ ਅੱਜ ਵੀ ਉਹੀ ਹੈ ਸਿੱਖ ਅੱਜ ਵੀ ਇੱਕ ਮਿਨੋਰਟੀ ਨੇ ਜਿਹਦਾ ਆਪਣਾ ਕੋਈ ਦੇਸ਼ ਨਹੀਂ ਪਰਸੀਕਿਊਸ਼ਨ ਅੱਜ ਤੱਕ ਜਾਰੀ ਹੈ ਚਾਹੇ ਉਹ ਪੁਲਿਸ ਹੋਵੇ ਚਾਹੇ ਜੁਡੀਸ਼ਰੀ ਹੋਵੇ ਸਿੱਖ ਰਿਲੀਫ ਮੈਂ ਸਮਝਦਾ ਕਿ ਦੇਖੋ ਜਦੋਂ ਕਿਸੇ ਹੋਰ ਖਿੱਤੇ ਦੇ ਬੰਦੇ ਨੂੰ ਕੁਛ ਵੀ ਹੁੰਦਾ ਉਹਦੇ ਲਈ ਗੌਰਮੈਂਟ ਹੈਗੀ ਪਰ ਅਨਫੋਰਚੁਨੇਟਲੀ ਸਿੱਖਾਂ ਲਈ ਕੋਈ ਗੌਰਮੈਂਟ ਨਹੀਂ ਹੈਗੀ ਮੈਂ ਸਿੱਖ ਰਿਲੀਫ ਵਰਗੀਆਂ ਔਰਗਨਾਈਜੇਸ਼ਨਸ ਨੂੰ ਇੱਦਾਂ ਦੇਖਦਾ ਵੀ ਇਹ ਇੱਕ ਪੈਰਲਲ ਗੌਰਮੈਂਟ ਨੇ ਸਿੱਖਾਂ ਦੇ ਵਾਸਤੇ ਜੇ ਸਿੱਖ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਤੇ ਕਿਹਦੇ ਕੋਲ ਜਾਵੇ ਜੇ ਇਹੋ ਜਿਹੀਆਂ ਇੰਸਟੀਟਿਊਸ਼ਨਸ ਹੋਣ ਦੇਖੋ ਅਸੀਂ ਸਾਰੇ ਇੱਕ ਦੇਸ਼ ਬਣਾਉਣਾ ਚਾਹੁੰਦੇ ਹਾਂ ਆਪਣਾ ਹਰ ਕੌਮ ਦਾ ਇੱਕ ਸੁਪਨਾ ਹੁੰਦਾ ਵੀ ਸਾਡਾ ਕੋਈ ਦੇਸ਼ ਹੋਵੇ ਮੈਂ ਇਹ ਸਮਝਦਾ ਵੀ ਦੇਸ਼ ਬਣਾਉਣ ਤੋਂ ਪਹਿਲਾਂ ਇੱਕ ਦੇਸ਼ ਦੀ ਤਰ੍ਹਾਂ ਐਕਟ ਕਰਨਾ ਬਹੁਤ ਜ਼ਰੂਰੀ ਔਰ ਮੈਨੂੰ ਇਹ ਲੱਗਦਾ ਵੀ ਸਿੱਖ ਰਿਲੀਫ ਜੇ ਆਪਾਂ ਦੇਖੀਏ ਤੇ ਜੇ ਤੁਸੀਂ ਦੇਸ਼ ਬਣਾਉਣਾ ਹੈ ਕੇਵਲ ਆਰਮੀ ਨਹੀਂ ਰੱਖਣੀ ਪੈਣੀ ਤੁਹਾਨੂੰ ਆਰਮੀ ਵੀ ਚਾਹੀਦੀ ਸਿਵਲ ਸਰਵੈਂਟ ਵੀ ਚਾਹੀਦੇ ਨੇ ਤੁਹਾਨੂੰ ਹੋਮ ਮਿਨਿਸਟਰੀ ਵੀ ਚਾਹੀਦੀ ਹੈ ਤੁਹਾਨੂੰ ਇੱਕ ਐਜੂਕੇਸ਼ਨ ਤੇ ਵੈਲਫੇਅਰ ਦਾ ਸਿਸਟਮ ਵੀ ਚਾਹੀਦਾ ਹੁਣ ਅਨਫੋਰਚੁਨੇਟਲੀ ਕਿਉਂਕਿ ਸਾਡੀਆਂ ਆਪਣੀਆਂ
ਕੁਐਸਚਨ ਮੈਂ ਇੱਥੇ ਗੱਲ ਜ਼ਰੂਰ ਕਹਾਂਗਾ ਐਸਡੀਪੀਸੀ ਹੈ 1 ਅਰਬ ਬਜਟ ਦਾ 1 ਅਰਬ ਯਾਨੀ ਕਿ 1 ਬਿਲੀਅਨ ਪਾਊਂਡ ਦਾ ਜੇ ਅਸੀਂ ਗੱਲ ਕਰੀਏ ਇਹ ਕੰਮ ਉਹਨਾਂ ਦੇ ਕਰਨ ਵਾਲੇ ਸਨ ਪਰ ਉਹ ਉੱਥੇ ਗਵਰਨਮੈਂਟ ਦੀ ਘੁਸਪੈਠ ਹੋ ਚੁੱਕੀ ਉਹਨਾਂ ਨੇ ਕਿਸੇ ਦੀ ਸਾਰ ਨਹੀਂ ਲਈ ਬਲਕਿ ਉਹ ਸਾਡਾ ਹੁਣ ਬੇੜਾ ਗਰਕ ਕਰਨ ਲਈ ਤੁਲੇ ਨੇ ਮੈਂ ਸਮਝਦਾ ਪਰਮਾਤਮਾ ਦਾ ਬੜਾ ਸ਼ੁਕਰ ਹੈ ਕਿ ਇਹੋ ਜਿਹੀਆਂ ਆਰਗਨਾਈਜੇਸ਼ਨਸ ਇਹਨਾਂ ਨੇ ਸਿੱਖ ਕੌਮ ਦੀ ਸਾਰ ਲਈ ਔਰ ਵਿਜਨ ਬਦਲੀ ਮੈਂ ਅੱਜ ਵੀ ਜਦੋਂ ਅਰਦਾਸ 'ਚ ਅਸੀਂ ਸੁਣਦੇ ਹਾਂ ਨਾ ਵੀ ਜਿਹੜਾ ਸੱਚੇ ਪਾਤਸ਼ਾਹ ਉਹ ਕੀ ਹੈ ਨਿਆਸਰਿਆਂ ਦਾ ਆਸਰਾ ਨਿਊਟਿਆਂ ਦੀ ਓਟ ਹੈ ਔਰ ਨਿਮਾਣਿਆਂ ਦਾ ਮਾਣ ਹੈ ਔਰ ਇਹੋ ਜਿਹੀਆਂ ਆਰਗਨਾਈਜੇਸ਼ਨ ਅੱਜ ਉਹ ਸਾਡੇ ਗੁਰੂ ਸਾਹਿਬ ਦਾ ਕੰਮ ਕਰ ਰਹੀਆਂ ਜਿਨ੍ਹਾਂ ਨੂੰ ਕੋਈ ਨਹੀਂ ਪੁੱਛਦਾ ਜਿਹੜਾ ਬਿਲਕੁਲ ਨਾ ਉਮੀਦ ਹੋ ਚੁੱਕੇ ਹੁੰਦੇ ਨੇ ਉਹਨਾਂ ਨੂੰ ਉਮੀਦ ਦੀ ਕਰਨ ਦਿਖਾਉਣ ਵਾਲੀ ਜਿਹੜੀ ਇਹ ਸਿੱਖ ਰਿਲੀਫ ਹੈ ਔਰ ਵਿਜਨ ਵੀ ਚੇਂਜ ਕਰ ਰਹੀ ਹੈ ਜਿੱਦਾਂ ਹੁਣ ਅਸੀਂ ਗੱਲ ਕਰੀਏ ਵੀ ਇੱਕ ਮਦਦ ਕਰ ਦੇਣਾ ਔਰ ਮਦਦ ਕਰਕੇ ਉਸ ਨੂੰ ਫਿਰ ਸਹੀ ਰਸਤੇ ਤੇ ਵਾਪਸ ਬਾਕੀ ਦੀ ਦੁਨੀਆਂ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਉਹਨੂੰ ਖੜਾ ਕਰਨਾ ਆਪਣੇ ਪੈਰਾਂ ਤੇ ਸਾਰੀਆਂ ਕੌਮਾਂ ਦੀ ਮਦਦ ਕਰਨੀ ਚਾਹੀਦੀ ਕੱਲੀ ਵੀ ਚਾਹੀਦੀ ਕੋਈ ਸ਼ੱਕ ਦੀ ਗੱਲ ਨੀ ਸਾਡਾ ਧਰਮ ਕਰਦਾ ਵੀ ਆ ਪਰ ਜੇ ਕੌਮ ਤੁਹਾਡੀ ਆਪਣੀ ਕੌਮ ਤੁਹਾਡੀ ਬੇੜੀ ਡੁੱਬੀ ਜਾਂਦੀ ਆ ਤੁਸੀਂ ਕਹਿ ਵੀ ਅਸੀਂ ਦੂਜਿਆਂ ਦਾ ਮਦਦ ਕਰਨੀ ਤੇ ਤੁਸੀਂ ਡੁੱਬ ਜਾਓਗੇ ਜਿੰਨਾ ਅਸੀਂ ਸਟਰੋਂਗ ਹੋ ਗਏ ਓਨਾ ਆਪਾਂ ਸਰਬੱਤਾ ਭਲਾ ਪਰ ਅੱਜ ਸਾਨੂੰ ਵੀ ਫੋਕਸ ਕਰਨਾ ਪਊਗਾ ਸਾਡੀ ਕੌਮ ਤੇ ਜੈਨੋਸਾਈਡ ਹੋਇਆ ਸਾਡੇ ਤੇ ਤਾਂ ਆਪਾਂ ਜੇ ਉਹਨਾਂ ਨੂੰ ਇੱਕ ਪਾਸੇ ਰੱਖ ਕੇ ਤਾਂ ਦੂਜਿਆਂ ਕੋਲ ਜਾ ਕੇ ਜੀ ਅਸੀਂ ਉੱਥੇ ਵੀ ਤੁਹਾਨੂੰ ਉਹ ਵੀ ਇੱਕ ਥੋੜੇ ਜਿਹਾ ਸਾਡਾ ਫੋਕਸ ਜਿਹੜੀ ਹੈ ਉਹ ਸਹੀ ਨਹੀਂ ਰਹਿੰਦੀ ਬਲਬੀਰ ਸਿੰਘ ਜੀ ਆਪਾਂ ਹੁਣ ਸਮਾਪਤੀ ਪਾ ਸਾਡੇ ਕੋਲ ਮਨਜੀਤ ਮੈਂ ਤੁਹਾਡੇ ਵੱਲ ਆਉਣਾ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਆਪਣੇ ਵਿਊਜ਼ ਦੈਨ ਵੈਲਕਮ ਵਿਲ ਰਾਊਂਡ ਅਪ ਯਾ ਵਾਟ ਮੈਸੇਜ ਵੁੱਡ ਯੂ ਲਾਈਕ ਟੂ ਗਿਵ ਆਰ ਵਿਊਜ਼ ਜਿਹੜਾ ਅਸੀਂ ਮੈਸੇਜ ਦੇਣਾ ਚਾਹੁੰਦੇ ਹਨ ਉਹ ਹੈਗਾ ਕਿ ਜਿਹੜਾ ਅਸੀਂ ਸੇਵਾ ਕਰਦੇ ਹਾਂ ਕੌਮ ਦੀ ਇਹ ਆਪਣੀ ਸੰਗਤ ਦੇ ਸਹਿਯੋਗ ਦੇ ਨਾਲ ਹੀ ਆ ਕਿਉਂਕਿ ਅਸੀਂ ਹੈਗੇ ਹਾਂ ਮੋਹਰੇ ਹੋ ਕੇ ਅਸੀਂ ਸੇਵਾ ਕਰਦੇ ਹਾਂ ਔਰ ਕਈ ਸੰਗਤ ਕਹਿੰਦੇ ਤੁਸੀਂ ਬਹੁਤ ਬਹੁਤ ਵਧੀਆ ਕੰਮ ਕਰਦੇ ਬਹੁਤ ਚੰਗਾ ਕੰਮ ਕਰਦੇ ਪਰ ਅਸੀਂ ਇਸ ਸੰਗਤ ਤੋਂ ਕਹਿਣਾ ਚਾਹੁੰਦੇ ਅਸੀਂ ਸਿਰਫ ਇਹ ਕੰਮ ਤਾਂ ਹੀ ਕਰ ਸਕਦੇ ਜੇ ਸੰਗਤ ਸਾਡੇ ਪਿੱਛੇ ਸਾਡੇ ਨਾਲ ਹਨ ਹਨਾ ਤਾਂ ਉਹ ਹੈਗਾ ਮਾਇਕ ਤੌਰ 'ਤੇ ਵੀ ਅਰਦਾਸਾਂ ਵੀ ਕਿਉਂਕਿ ਜਿਹੜੇ ਉਹ ਪਰਿਵਾਰ ਬੈਠੇ ਆ ਪਿੱਛੇ ਜਿਹਨਾਂ ਜਿਹੜੇ ਸਾਡੇ ਵੱਲ ਦੇਖਦੇ ਆ ਵੀ ਸਾਨੂੰ ਵੀ ਆ ਕੇ ਹੈਲਪ ਕਰੂਗੇ ਉਹ ਵੀ ਹਰੇਕ ਦੀ ਮਾਇਕ ਤੌਰ 'ਤੇ ਵੀ ਨਹੀਂ ਹੈਗੀ ਉਹਨਾਂ ਨੂੰ ਕਈ ਵਾਰੀ ਇਹ ਹੁੰਦਾ ਵੀ ਹੌਸਲਾ ਹੀ ਹੋਵੇ ਉਹ ਆਪਣੇ ਮੈਡੀਕਲ ਦਾ ਵੀ ਹੁੰਦਾ ਆ ਐਜੂਕੇਸ਼ਨ ਦਾ ਹੁੰਦਾ ਸਾਰੇ ਤਰ੍ਹਾਂ ਦੇ ਹੈਗੇ ਆ ਸੋ ਆਪਾਂ ਉਹਨਾਂ ਦਾ ਪਰਿਵਾਰਕ ਮੈਂਬਰ ਆ ਜੀ 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 ਬਿਲਕੁਲ ਤਾਂ ਅਸੀਂ ਫਿਰ ਇਹ ਵੀ ਕਹਿੰਦੇ ਆ ਵੀ ਸਾਡੀ ਜਿਹੜੀ ਸੇਵਾ ਆ ਜਿੱਦਾਂ ਭਾਈ ਸਾਹਿਬ ਨੇ ਇੱਕ ਕਿਹਾ ਸਾਡੀ ਸੇਵਾ ਅਸੀਂ ਇੱਥੇ ਤਾਂ ਦੌੜ ਭੱਜ ਕਰਦੇ ਹਾਂ ਪਰ ਜਿਹੜੀ ਅਸੀਂ ਸੇਵਾ ਜਿਹੜੇ ਸਾਡੇ ਵਾਲੰਟੀਅਰਸ ਇੰਡੀਆ ਵਿੱਚ ਆ ਉਹਨਾਂ ਨੂੰ ਅਸੀਂ ਵੀ ਧੰਨਵਾਦ ਕਰਦੇ ਵੀ ਉਹਨਾਂ ਨੇ ਸਾਨੂੰ ਵੀ ਮੌਕਾ ਦਿੱਤਾ ਉਹ ਗਾਹ ਸੇਵਾ ਪਰਿਵਾਰਾਂ ਕਰ ਸਕਦੇ ਹਾਂ ਅਸੀਂ ਸਿਰਫ ਇਹੀ ਕਹੂੰਗੇ ਵੀ ਜਿਹੜੀ ਸੰਗਤ ਆ ਵੀ ਤੁਸੀਂ ਸਾਡੇ ਨਾਲ ਮੋਢੇ ਦੇ ਨਾਲ ਮੋਢਾ ਖੜੋ ਸਾਡਾ ਸਹਿਯੋਗ ਦੇਵੋ ਜਿਹੜੀ ਆ ਤੁਹਾਨੂੰ ਹੋਰ ਵੀ ਕੋਈ ਪ੍ਰੋਜੈਕਟ ਸਾਨੂੰ ਦੱਸਦੇ ਆ ਵੀ ਅਸੀਂ ਕਰ ਸਕਦੇ ਹਾਂ ਸਾਨੂੰ ਉਹ ਵੀ ਸਾਨੂੰ ਦੱਸੋ ਵੀ ਆਪਾਂ ਜਿਹੜਾ ਪੰਜਾਬ ਆਪਾਂ ਕਹਿੰਦੇ ਸਾਡਾ ਪੰਜਾਬ ਡੁੱਬਦਾ ਆ ਆਪਾਂ ਉਹਨੂੰ ਆਪਾਂ ਹਰਿਆਈ ਤੇ ਲੈ ਕੇ ਆਈਏ ਸੁਖੀ What message would you like to give and where would you like seek relief to go to? What level? 20 years time, where are we going? Honestly, in 20 years time, seek relief shouldn't exist. That should be the aim goal of every charity, that you have achieved something so powerful and you've left such a powerful legacy that there is no need for you to come in and plant those seeds, because the seeds that you have planted have flowered and started replanting themselves. What I would say is do keep in touch with the work that we do. We are on Facebook, we are on Twitter. Do visit us at www.seekrelief.org. We are also finally on Twitter. We got kicked and dragged onto Twitter, which is seek@seekrelief.org, and we're on Facebook, so do keep in touch with us, and also most importantly our YouTube channel and Insta. We're on Instagram. But also our YouTube channel, don't take our word for it. I've always said this, we have powerful interviews and footage of most of the cases that we have done. The reason we do this is so we can feed back to the Sangat and show what your support and your faith in us has achieved. And I'm going to echo what Manjeet Singh said, thank you to all the Sangat, because the fact that we're sitting here today is because you've had faith in us and you've believed in us even through the difficult times, and we thank you for that. So do keep in touch with us. Gurumukhi ji, I want to ask him something. Oh, okay. Specifically, yeah? You're going to get grilled now. You know, my mum, when she used to go to the market, she used to buy cloth
you stretch it and pull it and test it out if it's good quality. If people out there want to donate or want to do seva for any charity, what tests should they be applying? What questions should they be asking? cost effectiveness and effectiveness of the actual project. How much is it going to cost? And what is ਉਹ ਚੋਂ ਫਲ ਕਿਹੜਾ ਨਿਕਲਣਾ ਜਦ ਹੁਣ ਆਪਣਾ ਜ਼ਮੀਨਦਾਰ ਹੁੰਦਾ ਹੁਣ ਆਪਣਾ ਦੇਖਣਾ ਪਏ ਆਹ ਇੰਨੀ ਮੇਰੀ ਜ਼ਮੀਨ ਆ ਇਹ 'ਚ ਕਿਹੜਾ ਮੈਂ ਬੀਜ ਬੀਜਾਂ ਜਿਹ 'ਚੋਂ ਆਮ ਗੋਇੰਗ ਟੂ ਗੈਟ ਦ ਮੋਸਟ ਪ੍ਰੋਫਿਟ ਫਰੋਮ ਸੋ ਇਟ ਗੋਜ਼ ਬੈਕ ਟੂ ਦ ਸੇਮ ਐਨਾਲੋਜੀ ਵੀ ਆਰ ਪਲਾਂਟਿੰਗ ਵਾਟ ਵੀ ਸੀ ਐਜ਼ ਦ ਮੋਸਟ ਫਰੂਟਫੁਲ ਫਰੂਟ ਦੈਟਸ ਗੋਇੰਗ ਟੂ ਕਮ ਫਰੋਮ ਦੇਅਰ ਐਂਡ ਵੀ ਆਰ ਇਨਵੈਸਟਿੰਗ ਇਨ ਦ ਪੀਪਲ ਆਫ ਪੰਜਾਬ ਐਂਡ ਦੈਟਸ ਆਰ ਗੋਲ ਦੈਟਸ ਆਰ ਫਰੂਟ ਦੈਟ ਵੀ ਡੋਨਟ ਨੀਡ ਵੀ ਆਰ ਨਾਟ ਫਿਲਿੰਗ ਆਰ ਪਾਕਿਟਸ We're filling Punjab with beautiful faces, faces that have been missing for far too many decades. So what is 20 years from now, what would you like to see? Exactly the same effects? As Osuki Kaur said, we shouldn't exist. There should be no, I'll tell you what I'll do. I'll hark back to what Manpreet Singh said as well. He's telling us that SGPC has a budget of £1 billion. We've had a budget of just over £1 million and we've spent almost £1 million. So we're not taking that money, we are investing that money. So and if the SGPC could do the same, that would be beautiful. So that's going to dust man be so far Sikh relief ne 10 lakh pound aur eh bhi dasde hai jo thode 10 lakh pound ditte hai na oh 10 lakh pound utthe laga eh nahi bhi utthe 20% 30% kad liya jinni paini tusi de rahe ohi utthe lagde a eh inna to jo marzi tusi puch bhi sakde a charity nahi sanu puchhan di lod bhi nahi government di charity commission di website utthe koi bhi jave utthe tap in kar leve Sikh relief utthe sare account sade aa jane a £1 million de nere tere sada jada asi spend kita a sikhan de cause de utte ਪੰਜਾਬ ਦੇ ਲੋਕਾਂ ਦੇ ਉੱਤੇ ਪੰਜਾਬ ਦੇ ਜਿਹੜੀਆਂ ਸਮੱਸਿਆਵਾਂ ਨੇ ਉਹਦੇ ਉੱਤੇ ਸੋ ਅਸੀਂ ਹੈਵਲੀ ਇਨਵੈਸਟ ਕਰ ਰਹੇ ਹਾਂ ਤੇ ਸਾਡਾ ਆਪਣਾ ਕੋਈ ਖਰਚ ਨਹੀਂ ਆ ਨਾ ਸਾਡੀ ਕਿਸੇ ਦੀ ਤਨਖਾਹ ਆ ਤੇ ਨਾ ਸਾਡਾ ਕੋਈ ਐਡਮਿਨ ਆ ਮਾਰੀ ਕਿਰਪਾ ਨਾਲ ਸਾਰੇ ਆਪਣੇ ਕਿਰਤੀ ਆ ਸਾਡੇ ਜਿੰਨੇ ਵੀ ਵਾਲੰਟੀਅਰ ਹੈਗੇ ਸੇਵਾਦਾਰ ਹੈਗੇ ਆ ਸਾਰੇ ਕਿਰਤ ਕਰਕੇ ਆਪਣੇ ਪਰਿਵਾਰਾਂ ਨੂੰ ਸੰਗਤਾਂ ਦੇ ਸਹਿਯੋਗ ਦੇ ਨਾਲ £1 billion ਐਨੂਅਲੀ ਜਾ ਸਕਦਾ ਹੋਰ ਸੰਸਥਾਵਾਂ ਨੂੰ ਸਾਨੂੰ ਥੋੜੇ ਜਿਹਾ ਮਦਦ ਸਾਨੂੰ ਸਪੋਰਟ ਦਿਓ ਤਾਂ ਅਸੀਂ ਵੀ ਤੁਹਾਨੂੰ ਫਲ ਲੈ ਕੇ ਜਾਵਾਂਗੇ ਡੋਨੇਸ਼ਨ ਜੇ ਕਰਨਾ ਹੋਵੇ ਤਾਂ ਕਿੱਦਾਂ ਹਾਂ ਸਾਡੇ ਆਪਣਾ ਮੈਂ ਦੱਸ ਦਊਂ ਵੀ ਆਪਣਾ ਇੱਕ ਸ਼ੋਅ ਆਉਂਦਾ ਹੈਗਾ ਕਾਲ ਚੈਨਲ 'ਤੇ 6:30 to 7 ਵਜੇ ਹਰ ਸੈਟਰਡੇ ਆਉਂਦਾ ਹੈਗਾ ਅਤੇ ਜਿਹਦੇ ਵਿੱਚ ਅਸੀਂ ਆਪਣੀ ਅਕਾਊਂਟੇਬਿਲਿਟੀ ਦੱਸਦੇ ਹਾਂ ਸਾਡੇ ਹਾਂਜੀ ਅਤੇ ਜੇ ਸਾਡਾ ਤੁਸੀਂ ਡੋਨੇਸ਼ਨ ਦਾ ਦੇਖਣਾ ਹੈਗਾ ਤੁਸੀਂ www.sikhrelief.org 'ਤੇ ਜਾਓ ਉੱਥੇ ਸਾਰੇ ਸਾਡੇ ਅਕਾਊਂਟ ਨੰਬਰ ਵੀ ਹੈਗੇ ਨੇ ਤੁਸੀਂ ਉੱਥੇ ਦੇਖ ਸਕਦੇ ਨੇ ਅਤੇ ਸਾਡੇ ਜਿਹੜੇ ਪ੍ਰੋਗਰਾਮ ਹੋਣਗੇ ਉਹਨਾਂ ਨੂੰ ਵਾਚ ਕਰੋ ਜੇ ਅਸੀਂ ਇੰਨੇ ਔਖੇ ਪ੍ਰੋਜੈਕਟ ਕਰਕੇ ਕੌਮ ਨੂੰ ਰਿਜ਼ਲਟ ਦੇ ਸਕਦੇ ਹਾਂ ਤਾਂ ਜਿਹੜਾ ਸਾਡਾ ਕਿਰਤ ਕਮਾਈ ਦਾ ਪ੍ਰੋਜੈਕਟ ਹੈਗਾ ਲਰਨ ਟੂ ਅਰਨ ਦਾ ਪ੍ਰੋਜੈਕਟ ਹੈਗਾ ਮੇਰੇ ਖਿਆਲ 'ਚ ਕੌਮ ਇੱਧਰ ਨੂੰ ਧਿਆਨ ਦੇਵੇ ਅਤੇ ਆਪਣੀ ਕਮਿਊਨਿਟੀ ਨੂੰ ਬੜਾ ਸਟੇਬਲ ਅਤੇ ਸਟਰੋਂਗ ਕਰ ਸਕਦੇ ਆ ਤਾਂ ਜ਼ਰੂਰੀ ਆ ਵੀ ਅਸੀਂ ਉਹਨਾਂ ਗੁਰਸਿੱਖਾਂ ਦੀ ਬਾਂਹ ਫੜੀਏ ਅਤੇ ਉਹਨਾਂ ਨੂੰ ਵੀ ਕਿਤੇ ਮੁਕਾਮ 'ਤੇ ਪਹੁੰਚਾਈਏ ਅੱਗੇ ਨਾ ਪ੍ਰੋਡਿਕਸ਼ਨ ਹੁੰਦੀ ਸੀ ਜਿਹੜੀ ਨਗਰੀ ਜੇ ਵਰਲਡ ਵਾਰ ਲੱਗੀ ਤਾਂ ਉਹ ਪਾਣੀ 'ਤੇ ਲੱਗਣੀ ਆ ਪਰ ਹੁਣ ਪ੍ਰੋਡਿਕਸ਼ਨ ਬਦਲ ਗਈ ਆ ਦਰਅਸਲ ਲੜਾਈ ਲੱਗ ਚੁੱਕੀ ਹੈ ਜੇ ਤੁਸੀਂ ਧਿਆਨ ਨਾਲ ਵਰਲਡ ਪੋਲੀਟਿਕਸ ਦੇਖੋ ਜਿਹੜੀ ਮਾਡਰਨ ਡੈਮੋਕ੍ਰੇਸੀ ਹੈਗੀ ਇਹਦੇ ਵਿੱਚ ਨੰਬਰ ਕਾਊਂਟਸ ਅਤੇ ਅੱਜ ਜਿਹੜੀਆਂ ਜੱਫੀਆਂ ਪੈ ਰਹੀਆਂ ਨੇ ਅਮੈਰੀਕਾ ਦੀ ਇਜ਼ਰਾਈਲ ਦੀ ਨਰਿੰਦਰ ਮੋਦੀ ਸਾਰੇ ਇੱਦਾਂ ਹੋਏ ਨਾ ਇਹਦੇ ਪਿੱਛੇ ਸਿਰਫ ਜਿਹੜੀ ਮੁਸਲਮਾਨਾਂ ਦੀ ਰਿਲੀਜੀਅਸ ਡੈਮੋਗ੍ਰਾਫੀ ਹੈਗੀ ਹੈ ਨਾ ਉਹ ਕੰਮ ਕਰ ਰਹੀ ਫਰਟੀਲਿਟੀ ਰੇਟ ਜਿਹਨੂੰ ਆਪਾਂ ਕਹਿੰਦੇ ਹਾਂ ਗਰੋਥ ਤੁਹਾਡੀ ਜਨਸੰਖਿਆ ਸੋ ਇੱਕ ਤੇ ਆਪਣਾ ਵੈਸੇ ਹੀ ਪਰਿਵਾਰ ਹੈ ਸਾਡਾ ਫਰਜ਼ ਹੁੰਦਾ ਵੀ ਸਾਡੇ ਪਰਿਵਾਰ ਦੇ ਜੀ ਵਿਚਾਰੇ ਲੜਾਈਆਂ ਜੁੱਦਾਂ 'ਚ ਪਿੱਛੇ ਰਹਿ ਗਏ ਉਹਨਾਂ ਦੀ ਅਸੀਂ ਬਾਂਹ ਫੜੀਏ ਦੂਜੀ ਗੱਲ ਡੈਮੋਕ੍ਰੇਸੀ ਕੋਈ ਵੀ ਆ ਉਹਦੇ ਵਿੱਚ ਨੰਬਰ ਕਾਊਂਟਸ ਤੁਹਾਡਾ ਇੱਕ ਬਹੁਤ ਵੱਡਾ ਪਰਿਵਾਰ ਜਿਹੜਾ ਹੈਗਾ ਉਹਦੀ ਹਾਲੇ ਵੀ ਸ਼ੁਮਾਰੀ ਨਹੀਂ ਹੋ ਰਹੀ ਆਪਣੀ ਵੋਟਿੰਗ ਸਿੱਖੀ 'ਚ ਨਹੀਂ ਹੋ ਰਹੀ ਉਹਨਾਂ ਨੂੰ ਰੈਕੋਗਨਾਈਜ਼ ਕਰਨਾ ਉਹਨਾਂ ਨੂੰ ਅਸਟੈਬਲਿਸ਼ ਕਰਨਾ ਉਹਨਾਂ ਨੂੰ ਮੁੜ ਕੇ ਫੋਰੋ ਸਿਸਟਮ ਦੇ ਵਿੱਚ ਲਿਆਉਣਾ ਤਾਂ ਉਹਨਾਂ ਨੂੰ ਖੜੇ ਕਰਨਾ ਸਾਡਾ ਜਿਹੜੇ ਦਰਸ਼ਕ ਸਾਡੇ ਕੋਲ ਮਿੰਟ ਰਹਿ ਗਿਆ ਜਿਹਨਾਂ ਕੋਈ ਸ਼ੰਕਾ ਹੈਗਾ ਉਹਨਾਂ ਦਾ ਤੁਸੀਂ ਸ਼ੰਕਾ ਦੂਰ ਕਰੋ ਜੇ ਕੋਈ ਫਿਰ ਵੀ ਹੈਗਾ ਸ਼ੰਕਾ ਹਾਂ ਸ਼ੰਕਾ ਦੇਖੋ ਟਰੈਕ ਰੈਕੋਰਡ ਹੁੰਦਾ ਕਿਸੇ ਵਿਅਕਤੀ ਦਾ ਇਟਸ ਨਾਟ ਅੱਜ ਤਾਂ ਅਸੀਂ ਸ਼ੁਰੂ ਨੂੰ ਕੀਤਾ ਤਾਂ ਬਹੁਤ ਸਮਾਂ ਹੋ ਗਿਆ ਪਹਿਲਾਂ ਫਿਰ ਲੋਕੀ ਕਹਿੰਦੇ ਤੁਸੀਂ ਡਿਸਟਰੈਕਟ ਕਰ ਦੇਵਾਂਗੇ ਤੁਸੀਂ ਧਿਆਨ ਜਦੋਂ ਪਾਉਣਾ ਪਾ ਲਓ ਵੀ ਵਿਲ ਵੇਟ ਐਂਡ ਸੀ ਯੋਰ ਰਿਜ਼ਲਟਸ ਤੇ ਆਪਾਂ ਰਿਜ਼ਲਟ ਤੁਹਾਨੂੰ ਦੇਵਾਂਗੇ ਉਹ ਰਿਜ਼ਲਟ ਅਸੀਂ ਦਿੱਤੇ ਆ ਸੋ ਦਰਸ਼ਕ ਕਿਉਂਕਿ ਸਾਡਾ ਹੁਣ ਸਮਾਂ ਸਮਾਪਤ ਆ ਜੋ ਟੇਸੀ ਸਾਹਿਬ ਨੇ ਗੱਲ ਕੀਤੀ ਵੀ ਤੁਸੀਂ ਸ਼ਕਲ ਨਾ ਦੇਖੋ ਬੰਦੇ ਦੀ ਨਾ ਤੁਸੀਂ ਦੇਖੋ ਵੀ ਉਹ ਬੋਲਦਾ ਕਿੰਨਾ ਵਧੀਆ ਕਿਉਂਕਿ ਅੱਜ ਕੱਲ੍ਹ ਬੁਲਾਰੇ ਵੀ ਬੜੇ ਤਕੜੇ ਤੇ ਤੁਹਾਡੀ ਜੇਬਾਂ ਖਾਲੀ ਕਰਾ ਦਿੰਦੇ ਆ ਔਰ ਮਾਰਕੀਟਾਂ ਦੇ ਵਿੱਚ ਤੁਹਾਨੂੰ ਪਰਫਿਊਮ ਖੋਟਾ ਪਰਫਿਊਮ ਵੇਚ ਦਿੰਦੇ ਆ ਜੀ ਕਹਿੰਦੇ ਪੌਂਡਾ ਲੈ ਲਓ ਤੁਸੀਂ ਕੰਮ ਦੇਖੋ ਉਹਨਾਂ ਦੇ ਰਿਜ਼ਲਟ ਦੇਖੋ ਬਿਲਕੁਲ ਜੀ ਤੇ ਸਿੱਖ ਰਿਲੀਫ ਬਿਲਕੁਲ ਟ੍ਰਾਂਸਪੇਰੈਂਸੀ ਅਸੀਂ ਇਹਨਾਂ ਨੂੰ ਅੱਜ ਵਨ ਸ਼ੋਟ ਤਦੇ ਲਿਆਂਦਾ
ਕਰਕੇ ਅਸੀਂ ਇਹਨਾਂ ਦਾ ਜਿਹੜਾ ਮਾਡਲ ਆ ਐਗਜ਼ਾਮਪਲ ਆ ਅਸੀਂ ਚਾਹੁੰਦੇ ਵੀ ਦੂਜੀਆਂ ਚੈਰਟੀਆਂ ਵੀ ਫੋਲੋ ਕਰਨ ਕਿਉਂਕਿ ਸਾਰੀਆਂ ਚੈਰਟੀਆਂ ਸਿੱਖੀ ਦੇ ਕੰਮ ਕਰਦੇ ਮੁਬਾਰਕ ਆ ਪਰ ਕੋਈ ਵੀ ਕੰਮ ਕਰਨਾ ਹੋਵੇ ਤਾਂ ਐਫੀਸ਼ੀਐਂਸੀ ਚਾਹੀਦੀ ਆ ਤੇ ਇਫੈਕਟਿਵਨੈਸ ਚਾਹੀਦੀ ਆ ਸੋ ਇੱਥੇ ਸਮਾਪਤੀ ਕਰਦੇ ਹਾਂ ਭੁੱਲ ਚੁੱਕ ਮਾਫ਼ ਕਰੋ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ